ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਟੂ एवरीवन ਦੋਸਤੋ ਅੱਜ 14 ਜੁਲਾਈ 2021 ਦੇ ਕਰੰਟ ਅਫੇਅਰ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਉਮੀਦ ਕਰਦੇ ਹਾਂ ਹਰ ਰੋਜ਼ ਦੀ ਤਰ੍ਹਾਂ ਕਿ ਤੁਹਾਡੀ ਜੋ ਤਿਆਰੀ ਹੈ ਬਹੁਤ ਚੰਗੀ ਚੱਲ ਰਹੀ ਹੋਵੇਗੀ ਅਪਕਮਿੰਗ ਜੋ ਐਗਜ਼ਾਮਸ ਨੇ ਚਾਹੇ ਤੁਹਾਡਾ ਪੁਲਿਸ ਦਾ ਐਗਜ਼ਾਮ ਹੋਵੇ ਨਾਇਬ ਸਿਲਦਾਰ ਦਾ ਐਗਜ਼ਾਮ ਹੋਵੇ ਪਟਵਾਰੀ ਦਾ ਐਗਜ਼ਾਮ ਹੋਵੇ ਐਕਸਾਈਜ਼ ਹੋਵੇ ਕੋਆਪਰੇਟਿਵ ਹੋਵੇ ਜੋ ਵੀ ਤੁਸੀਂ ਫਿਲ ਕੀਤਾ ਹੈ ਉਸ ਨੂੰ ਤੁਸੀਂ ਪੂਰੀ ਲਗਨ ਨਾਲ ਹੈ ਮਿਹਨਤ ਨਾਲ ਹੈ ਉਸ ਨੂੰ ਤੁਸੀਂ ਦੋਸਤੋ ਅਚੀਵ ਕਰ ਲਵੋਗੇ ਅਤੇ ਨਾਲ ਹੀ ਦੋਸਤੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਵੀ ਬਹੁਤ ਚੰਗੀ ਹੋਵੇਗੀ ਇਹ ਵੀ ਮੈਂ ਕਾਮਨਾ ਕਰਦਾ ਹਾਂ ਤਾਂ ਦੋਸਤੋ ਇੱਥੇ ਇਸ ਦੇ ਨਾਲ ਅਸੀਂ ਅੱਜ ਦਾ ਜੋ ਕਰੰਟ ਅਫੇਅਰ ਹੈ ਦੋਸਤੋ ਅੱਜ ਦੇ ਵਿਚਾਰ ਨਾਲ ਹੈ ਉਸ ਦੀ ਸ਼ੁਰੂਆਤ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਜ਼ਰੂਰ ਚਾਹਾਂਗਾ ਕਿ ਦੋਸਤੋ ਜਿੰਨੇ ਵੀ ਸਟੂਡੈਂਟਸ ਆ ਚੁੱਕੇ ਨੇ ਸਾਰੇ ਦੇ ਸਾਰੇ ਸੈਸ਼ਨ ਨੂੰ ਇੱਕ ਵਾਰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦੇਣਾ ਤਾਂ ਕਿ ਹਰੇਕ ਉਸ ਬੱਚੇ ਤੱਕ ਹੈ ਆਪਣੀ ਆਵਾਜ਼ ਆਪਣਾ ਐਜਰਸੈਸ਼ਨ ਹੈ ਪਹੁੰਚ ਸਕੇ ਜਿਸ ਨੂੰ ਇਸ ਕਰੰਟ ਅਫੇਅਰ ਦੀ ਜ਼ਰੂਰਤ ਹੈ ਠੀਕ ਹੈ ਤਾਂ ਦੋਸਤੋ ਅੱਜ ਦਾ ਜੋ ਵਿਚਾਰ ਹੈ ਠੀਕ ਹੈ ਬੜਾ ਹੀ ਖੂਬਸੂਰਤ ਜਿਹਾ ਵਿਚਾਰ ਹੈ ਠੀਕ ਹੈ ਤਾਂ ਮੈਨੂੰ ਲੱਗਦਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਦੋਸਤੋ ਅਗਲੀ ਪੀੜ੍ਹੀ ਨੂੰ ਜਾਂ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਸਾਡੇ ਜੋ ਵੀ ਕਜ਼ਨਸ ਨੇ ਭੈਣ ਭਰਾ ਠੀਕ ਹੈ ਯਾਰ ਜੋ ਵੀ ਅਸੀਂ ਜੋ ਸਾਡਾ ਫੈਮਲੀ ਹੈ ਜਾਂ ਗਵਾਂਡੀ ਨੇ ਠੀਕ ਹੈ ਤਾਂ ਬੱਚਿਆਂ ਨੂੰ ਕੀ ਸਿਖਾਉਣਾ ਚਾਹੀਦਾ ਠੀਕ ਹੈ ਆਸ-ਪਾਸ ਦੇ ਵਿੱਚ ਠੀਕ ਹੈ ਕੀ ਤੁਸੀਂ ਸਭ ਤੋਂ ਵੱਧ ਵਧੀਆ ਚੀਜ਼ ਹੈ ਕਿਸੇ ਨੂੰ ਦੇ ਸਕਦੇ ਹੋ ਸਿਖਾ ਸਕਦੇ ਹੋ ਤਾਂ ਦੋਸਤੋ ਉਹ ਜੋ ਹੈ ਸਿਖਾ ਸਕਦੇ ਹੋ ਜਾਂ ਕਿਸੇ ਨੂੰ ਤੁਸੀਂ ਦੇ ਸਕਦੇ ਹੋ ਦੋਸਤੋ ਜੇ ਤੁਸੀਂ ਉਸ ਨੂੰ ਹੌਸਲਾ ਦੇਵੋ ਜੇ ਤੁਸੀਂ ਉਸ ਨੂੰ ਐਨਕੋਰੇਜ ਕਰੋ ਉਸ ਦੇ ਜੋ ਵੀ ਉਸ ਦਾ ਜੋ ਮਕਸਦ ਹੈ ਜ਼ਿੰਦਗੀ ਦੇ ਵਿੱਚ ਕਿਉਂਕਿ ਦੋਸਤੋ ਜੇ ਤੁਸੀਂ ਖੁਦ ਲੀਡਰ ਹੋ ਠੀਕ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੇ ਵਿੱਚ ਲੀਡਰਸ਼ਿਪ ਵਾਲੇ ਗੁਣ ਨੇ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਹਰੇਕ ਇਨਸਾਨ ਦੇ ਵਿੱਚ ਠੀਕ ਹੈ ਲੀਡਰਸ਼ਿਪ ਦੇ ਗੁਣ ਜ਼ਰੂਰ ਹੁੰਦੇ ਨੇ ਕੋਈ ਉਸ ਨੂੰ ਪਛਾਣ ਲੈਂਦਾ ਹੈ ਕੋਈ ਉਸ ਨੂੰ ਨਹੀਂ ਪਛਾਣਦਾ ਤਾਂ ਉਹਨਾਂ ਨੂੰ ਪਛਾਣ ਕੇ ਦੋਸਤੋ ਲੋਕਾਂ ਦੇ ਵਿੱਚ ਵੀ ਉਹ ਜੋ ਲੀਡਰਸ਼ਿਪ ਹੈ ਉਹ ਜੋ ਤੁਹਾਡਾ ਤਜਰਬਾ ਹੈ ਉਹ ਜੋ ਤੁਹਾਡਾ ਜੋ ਪਿਛਲੇ ਗਲਤੀਆਂ ਤੋਂ ਸਿੱਖਿਆ ਹੋਇਆ ਜੋ ਤੁਹਾਡਾ ਜੋ ਰਿਜ਼ਲਟਸ ਨੇ ਉਹ ਤੁਹਾਨੂੰ ਜ਼ਰੂਰ ਸ਼ੇਅਰ ਕਰਨੇ ਚਾਹੀਦੇ ਨੇ ਅਤੇ ਜਦੋਂ ਤੁਸੀਂ ਆਪਣੇ ਐਕਸਪੀਰੀਅੰਸ ਆਪਣੇ ਜੋ ਚੰਗੇ ਬੁਰੇ ਜੋ ਦੌਰ ਦੀ ਦਾ ਜੋ ਨਤੀਜਾ ਹੈ ਠੀਕ ਹੈ ਜਾਂ ਫਿਰ ਜੋ ਆਪਣੀ ਲੀਡਰਸ਼ਿਪ ਦੇ ਜੋ ਗੁਣ ਜੋ ਤੁਹਾਨੂੰ ਲੱਗਦਾ ਹੈ ਤੁਹਾਡੇ ਦੇ ਵਿੱਚ ਨੇ ਅਤੇ ਉਹ ਜੋ ਗੁਣ ਨੇ ਹੋਰ ਵੀ ਕਿਸੇ ਦੇ ਕੰਮ ਆ ਸਕਦੇ ਨੇ ਇਹ ਸ਼ੇਅਰ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਜੋ ਦਾਨ ਕਹਿ ਲਓ ਜਾਂ ਦੁਨੀਆ ਦਾ ਸਭ ਤੋਂ ਵੱਡਾ ਜੋ ਪੁੰਨ ਕਹਿ ਲਓ ਇਸ ਤੋਂ ਵੱਡਾ ਹੋਹੀ ਕੀ ਸਕਦਾ ਤਾਂ ਦੋਸਤੋ ਉਸੇ ਨਾਲ ਜੁੜਿਆ ਹੈ ਕਿ ਲੀਡਰਸ਼ਿਪ ਦਾ ਕੰਮ ਹੈ ਵਦੇਰੇ ਲੀਡਰ ਬਣਾਉਣਾ ਨਾ ਕਿ ਵਦੇਰੇ ਪੈਰੋਕਾਰ ਜਦੋਂ ਜਿਸ ਤਰ੍ਹਾਂ ਦੀਆਂ ਗੱਲਾਂ ਅਸੀਂ ਜਿਸ ਤਰ੍ਹਾਂ ਕਰਾਂਗੇ ਵੈਸੇ ਹੀ ਲੋਕ ਬਣ ਜਾਂਦੇ ਨੇ ਸਪੈਸ਼ਲੀ ਜੋ ਆਪਣੇ ਫੈਮਲੀ ਦੇ ਵਿੱਚ ਛੋਟੇ ਬੱਚੇ ਨੇ ਸਟੂਡੈਂਟਸ ਠੀਕ ਹੈ ਤਾਂ ਉਹਨਾਂ ਲਈ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਬੈਟਰ ਬਣ ਸਕਣ ਤਾਂ ਜੋ ਹੈ ਹਮੇਸ਼ਾ ਜੋ ਅੰਕਰੇਜਮੈਂਟ ਦੀਆਂ ਠੀਕ ਹੈ ਲੀਡਰਸ਼ਿਪ ਦੀਆਂ ਗੱਲਾਂ ਹੀ ਸਾਨੂੰ ਕਰਨੀਆਂ ਚਾਹੀਦੀਆਂ ਨੇ ਤਾਂ ਦੋਸਤੋ ਇਹ ਸੋਹਣੇ ਜਿਹਾ ਵਿਚਾਰ ਨਾਲ ਅਸੀਂ ਹੈ ਅੱਗੇ ਚੱਲਦੇ ਹਾਂ ਅੱਜ ਦੇ ਕਰੰਟ ਅਫੇਅਰ ਦੇ ਅਗਲੇ ਸੈਕਸ਼ਨ ਦੇ ਵਿੱਚ ਸਟੂਡੈਂਟਸ ਜਿਹਦੇ ਵਿੱਚ ਮੈਂ ਦੱਸਦਾ ਕਿ ਸਾਡੇ ਜੋ ਵੱਖਰੇ ਵੱਖਰੇ ਜੋ ਕੋਰਸਸ ਚੱਲ ਰਹੇ ਨੇ ਚਾਹੇ ਉਹ ਪੰਜਾਬ ਪੁਲਿਸ ਦਾ ਹੋਵੇ ਪਟਵਾਰੀ ਦਾ ਹੋਵੇ ਕੰਬੋ ਕੋਰਸ ਹੋਣ ਠੀਕ ਹੈ ਸਾਰੇ ਦੇ ਸਾਰੇ ਜੋ ਕੋਰਸਸ ਨੇ ਠੀਕ ਹੈ ਤਾਂ ਬੜੇ ਤੁਮ ਤਰਾਕੇ ਨਾਲ ਚੱਲ ਰਹੇ ਨੇ ਜੇ ਤੁਸੀਂ ਵੀ ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਾਡੇ ਨੰਬਰਸ ਤੇ ਕਾਲ ਕਰਕੇ ਜੋ ਸਾਡਾ ਅਫੀਸ਼ੀਅਲ ਨੰਬਰ ਹੈ ਠੀਕ ਹੈ ਜੋ ਸਾਡਾ ਅਫੀਸ਼ੀ Thank <laughs> you. in 9353 ਠੀਕ ਹੈ 000041 ਠੀਕ ਹੈ ਤਾਂ ਦੋਸਤੋ ਇੱਥੇ ਕਾਲ ਕਰਕੇ ਤੁਸੀਂ ਇਹ ਕੋਰਸਸ ਬਾਰੇ ਜਾਣਕਾਰੀ ਲੈ ਸਕਦੇ ਹੋ ਇਸ ਦੇ ਨਾਲ ਹੀ ਦੋਸਤੋ ਅੱਜ ਮੈਂ ਇੱਕ ਹੋਰ ਨਵੀਂ ਚੀਜ਼ ਤੁਹਾਨੂੰ ਦੱਸਣ ਲੱਗਿਆ ਬਹੁਤ ਸਾਰੇ ਸਟੂਡੈਂਟਸ ਨੇ ਦੇਖੋ ਪਟਵਾਰੀ ਦਾ ਐਗਜ਼ਾਮ ਹੈ ਤੁਹਾਨੂੰ ਜਿਵੇਂ ਪਤਾ ਹੈ 2.5 ਲੱਖ ਤੋਂ ਜ਼ਿਆਦਾ ਬੱਚੇ ਨੇ ਨਿਫਲ ਕੀਤਾ ਹੋਇਆ ਠੀਕ ਹੈ ਅਤੇ ਹੁਣ ਪੇਪਰ ਬਹੁਤ ਨਜ਼ਦੀਕ ਆ ਚੁੱਕਾ ਹੈ ਠੀਕ ਹੈ ਲਗਭਗ ਦੋਸਤੋ ਲਗਭਗ ਅਸੀਂ ਕਹਿ ਸਕਦੇ ਹਾਂ ਕਿ 23 ਦਿਨ ਦਾ ਜੋ ਸਮਾਂ ਹੈ ਉਹ ਬਚਿਆ ਹੈ ਸਾਡੇ ਪੇਪਰ ਦੇ ਵਿੱਚ ਅਤੇ ਤੁਸੀਂ ਆਪਣੀ ਤਿਆਰੀ ਹੈ ਹੋਰ ਤੇਜ਼ ਕਰ ਦਿੱਤੀ ਹੋ ਠੀਕ ਹੈ ਤਾਂ ਇਸ ਤਿਆਰੀ ਬਾਰੇ ਦੋਸਤੋ ਅਸੀਂ ਅਲੱਗ ਮੈਂ ਸੈਸ਼ਨਸ ਲਊਗਾ ਠੀਕ ਹੈ ਅਗਲੇ 22 23 ਦਿਨ ਕਿਵੇਂ ਹੋਣੇ ਚਾਹੀਦੇ ਨੇ ਲੇਕਿਨ ਨਾਲ ਹੀ ਨਾਲ ਦੋਸਤੋ ਜੋ ਹੈ ਮੈਂ ਡੇਲੀ ਜੋ ਕਰੰਟ ਅਫੇਅਰ ਤੁਹਾਨੂੰ ਕਰਾਉਣਾ ਹੈ ਕੱਲ ਤੋਂ ਠੀਕ ਹੈ ਕੱਲ ਤੋਂ ਦੋਸਤੋ ਕੱਲ 15 ਜੁਲਾਈ ਤੋਂ ਮੈਂ ਇਸ ਪਟਵਾਰੀ ਦਾ ਜੋ ਬੈਚ ਸਾਡਾ ਚੱਲ ਰਿਹਾ ਹੈ ਜਿਵੇਂ ਤੁਹਾਨੂੰ ਪਤਾ ਹੈ ਦੋਸਤੋ ਜਿਸ ਦੇ ਵਿੱਚ ਅਸੀਂ ਡੇਲੀ ਐਮਸੀਕਿਊਜ਼ ਕਰਵਾਉਨੇ ਆ ਬੱਚਿਆਂ ਨੂੰ ਤਾਂ ਕਿ ਇੱਕ ਲਾਸਟ ਰਿਵੀਜ਼ਨ ਹੋ ਸਕੇ ਤਾਂ ਇੱਕ ਮੈਂ ਸਕਾਲਰਸ਼ਿਪ ਪ੍ਰੋਗਰਾਮ ਲੈ ਕੇ ਆਵਾਂਗਾ ਦੋਸਤੋ ਠੀਕ ਹੈ ਜਿਹਦੇ ਵਿੱਚ ਕੁਝ ਜੋ ਕੋਰਸਸ ਐ ਫ੍ਰੀ ਆਫ ਕੋਸਟ ਵੀ ਦਿੱਤੇ ਜਾਣਗੇ ਅਤੇ ਕੁਝ ਜੋ ਕੋਰਸਸ ਐ 50% ਡਿਸਕਾਊਂਟ ਮਤਲਬ ਸਿਰਫ 899 ਦਾ ਕੋਰਸ ਹੈ ਉਹ ਸਿਰਫ 500 ਰੁਪਏ ਦੇ ਵਿੱਚ ਦਿੱਤੇ ਜਾਣਗੇ ਤਾਂ ਜੇ ਤੁਸੀਂ ਇਸ ਨਾਲ ਜੁੜਨਾ ਚਾਹੁੰਦੇ ਹੋ ਇਆ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਸਟੂਡੈਂਟਸ ਨੂੰ ਜ਼ਰੂਰਤ ਹੈ ਇਸ ਦੀ ਤਾਂ ਕਿ ਉਹ ਫ੍ਰੀ ਐਸ ਨੂੰ ਅਚੀਵ ਕਰ ਸਕਣ ਇਸ ਨੂੰ ਫ੍ਰੀ ਲੈ ਸਕਣ ਤਾਂ ਕਿ ਉਹਨਾਂ ਦਾ ਫਾਇਦਾ ਹੋ ਸਕੇ ਤਾਂ ਸੈਸ਼ਨ ਨੂੰ ਦੋਸਤੋ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਉਹਨਾਂ ਤੱਕ ਵੀ ਆਪਣਾ ਸੈਸ਼ਨ ਹੈ ਪਹੁੰਚ ਸਕੇ ਤਾਂ ਕੱਲ ਤੋਂ ਮੈਂ ਉਹ ਜੋ ਸਕਾਲਰਸ਼ਿਪ ਹੈ ਇਸ ਕਰੰਟ ਅਫੇਅਰ ਦੇ ਵਿੱਚ ਹੈ ਉਸ ਦੀ ਸ਼ੁਰੂਆਤ ਕਰਾਂਗਾ ਜੀ ਠੀਕ ਹੈ ਤਾਂ ਦੋਸਤੋ ਉਸ ਤੋਂ ਬਾਅਦ ਜੋ ਹੈ ਸਭ ਤੋਂ ਪਹਿਲਾਂ ਅੱਜ ਦੇ ਟਰਬਿਊਨ ਦੀ ਸ਼ੁਰੂਆਤ ਕਰਦੇ ਹਾਂ ਜੀ ਠੀਕ ਹੈ ਤਾਂ ਉਸ ਤੋਂ ਪਹਿਲਾਂ ਦੋਸਤੋ ਗੁੱਡ ਮਾਰਨਿੰਗ ਜੀ ਸਭ ਨੂੰ ਜਸਵਿੰਦਰ ਦਿਲਜੀਤ ਕਵਿਤਾ ਸੰਜੀਵ ਸਿੰਘਲਾ ਗੁਰਪ੍ਰੀਤ ਕੌਰ ਹਾਂਜੀ ਸਭ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਦਿਕਸ਼ਾ ਮਨਹਾਸ ਟ੍ਰਿਪਲ ਸਿੱਧੂ ਗੁਰਦੀਪ ਮੋਨਿਕਾ ਰਾਣੀ ਸਭ ਨੂੰ ਗੁੱਡ ਮਾਰਨਿੰਗ ਜੀ ਠੀਕ ਹੈ ਅਤੇ ਕੁਝ ਬੱਚੇ 4 ਅਗਸਤ ਨੂੰ ਪੀਐਸਟੀਸੀਐਲ ਉਹਦੇ ਲਈ ਵੀ ਬੜੀ ਜਲਦੀ ਕੁਝ ਨਾ ਕੁਝ ਤੁਹਾਨੂੰ ਪ੍ਰੋਵਾਈਡ ਕਰਾਂਗੇ ਜੀ ਠੀਕ ਹੈ ਤਾਂ ਜੀ ਗੁਰਪ੍ਰੀਤ ਕੌਰ ਹਾਂ ਜੀ ਰਿੱਕੀ ਗਿੱਲ ਦਲਜੀਤ ਕੌਰ ਸਭ ਨੂੰ ਜੀ ਗੁੱਡ ਮਾਰਨਿੰਗ ਠੀਕ ਹੈ ਅਤੇ ਦੋਸਤੋ ਇੱਕ ਵਾਰ ਸੈਸ਼ਨ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਠੀਕ ਹੈ ਜੇ ਤੁਹਾਨੂੰ ਸੈਸ਼ਨ ਹੈ ਹਰ ਉਸ ਚੰਗਾ ਲੱਗਦਾ ਹੈ ਤਾਂ ਠੀਕ ਹੈ ਤਾਂ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਤਾਂ ਦੋਸਤੋ ਪਹਿਲੀ ਜੋ ਨਿਊਜ਼ ਹੈ ਠੀਕ ਹੈ ਤਾਂ ਪਹਿਲੀ ਨਿਊਜ਼ ਹੈ ਦੋਸਤੋ ਠੀਕ ਹੈ ਤਾਂ 1983 ਦਾ ਜੋ ক্রিকেট वर्ल्ड कप ਹੋਇਆ ਸੀ ਦੋਸਤੋ ਠੀਕ ਹੈ ਤਾਂ 1983 ਦਾ ਇਹ ਜੋ ক্রিকেট वर्ल्ड कप ਸੀ ਠੀਕ ਹੈ ਤਾਂ ਪਹਿਲੀ ਵਾਰ ਸੀ ਇੰਡੀਅਨ ਜੋ ਇੰਡੀਅਨ ক্রিকেট ਟੀਮ ਨੇ ਕੋਈ ਵੱਡਾ ਟੂਰਨਾਮੈਂਟ ਹੈ ਦੋਸਤੋ ਅੰਤਰਰਾਸ਼ਟਰੀ ਪੱਧਰ ਤੇ ਜਿੱਤੇ ਆ ਸੀ ਅਤੇ ਅਸੀਂ ਅੱਜ ਤੱਕ ਦੇਖਦੇ ਹਾਂ ਕਿ ਇਸ ক্রিকেট ਟੀਮ ਦੇ ਜੋ ਮੈਂਬਰ ਸਨ ਠੀਕ ਹੈ ਚਾਹੇਓ ਕਪਿਲ ਦੇਵ ਹੋਵੇ ਚਾਹੇਓ ਚਾਹੇ ਉਹ ਮਹਿੰਦਰ ਅਮਰਨਾਥ ਹੋਵੇ ਚਾਹੇ ਸੈਦ ਕਰਮਾਨੀ ਹੋਣ ਠੀਕ ਹੈ ਤਾਂ ਜਿ ਚਾਹੇ ਸ਼੍ਰੀ ਕਾਂਤ ਹੋਣ ਚਾਹੇ ਯਸ਼ਪਾਲ ਸ਼ਰਮਾ ਜੀ ਹੋਣ ਤਾਂ ਇਹਨਾਂ ਨੂੰ ਹੈ ਬਹੁਤ ਸਾਰੀਆਂ ਥਾਵਾਂ ਤੇ ਵੱਡੇ ਵੱਡੇ ਪ੍ਰੋਗਰਾਮਸ ਦੇ ਵਿੱਚ ਬਲਾਕੇ ਸਨਮਾਨਿਤ ਕੀਤਾ ਜਾਂਦਾ ਹੈ ਹਾਲਾਂਕਿ ਵਰਲਡ ਕੱਪ ਅਸੀਂ 2011 ਦੇ ਵਿੱਚ ਵੀ ਜਿੱਤਿਆ ਲੇਕਿਨ 1983 ਦਾ ਉਹ ਜੋ ਵਰਲਡ ਕੱਪ ਦੋਸਤੋ ਉਸ ਦੀ ਗੱਲ ਹੀ ਕੁਝ ਹੋਰ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਕ੍ਰਿਕਟ ਦੀ ਦੁਨੀਆ ਦੇ ਵਿੱਚ ਇੱਕ ਰੈਵਿਊਲੂਸ਼ਨ ਆਇਆ ਕਿ ਇੰਡੀਆ ਦੇ ਵਿੱਚ ਇਹ ਬੱਚਾ ਬੱਚਾ ਹੈ ਕ੍ਰਿਕਟ ਖੇਡਣ ਲੱਗ ਪਿਆ ਤਾਂ ਦੋਸਤੋ ਉਸੇ ਕ੍ਰਿਕਟ ਟੀਮ ਦਾ ਇੱਕ ਪਲੇਅਰ ਜਿਨ੍ਹਾਂ ਦਾ ਨਾਮ ਹੈ ਉਹ ਹੈ ਜੀ ਯਸ਼ਪਾਲ ਸ਼ਰਮਾ ਦੋਸਤੋ ਠੀਕ ਹੈ ਤਾਂ ਦੋਸਤੋ ਯਸ਼ਪਾਲ ਸ਼ਰਮਾ ਠੀਕ ਹੈ ਅਤੇ ਦੋਸਤੋ ਅਸੀਂ ਕਿਉਂਕਿ ਪੰਜਾਬ ਦੇ ਐਗਜ਼ਾਮਸ ਦੇਣੇ ਨੇ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਦੋਸਤੋ ਇਹ ਪੰਜਾਬ ਤੋਂ ਬਿਲੋਂਗ ਕਰਦੇ ਨੇ ਯਸ਼ਪਾਲ ਸ਼ਰਮਾ ਜੀ ਲੁਧਿਆਣਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤਾਂ ਦੋਸਤੋ ਇਹਨਾਂ ਨੇ ਹੈ ਕੱਲ ਦੁਨੀਆ ਨੂੰ ਹੈ ਦੋਸਤੋ ਅਲਵਿਦਾ ਕਹਿ ਦਿੱਤਾ ਠੀਕ ਹੈ ਤਾਂ 11 ਅਗਸਤ 1954 ਦੇ ਵਿੱਚ ਇਹਨਾਂ ਦਾ ਜਨਮ ਹੈ ਲੁਧਿਆਣਾ ਦੇ ਵਿੱਚ ਹੋਇਆ ਸੀ ਅਤੇ ਕੱਲ 13 ਜੁਲਾਈ 2021 ਨੂੰ ਹੈ ਦੋਸਤੋ ਇਹਨਾਂ ਨੇ ਜੋ ਇਸ ਦੁਨੀਆ ਨੂੰ ਹੈ ਅਲਵਿਦਾ ਕਹਿ ਦਿੱਤਾ ਜੀ ਠੀਕ ਹੈ ਤਾਂ ਜੋ ਹੈ ਲਗਭਗ ਦੋਸਤੋ इन्हना जो बेस्ट जो इनिंग्स बारे है थोड़ा दस्या है साढ़े ज़्यादा इंपॉर्टेंट नहीं है असं थोड़ा पढ़ ले दोस्तों इन्हले यशपाल शर्मा हू डाइड आफ्टर सफरिंग ए हार्ट अटैक ऑन ट्यूजडे ए फर्म रेजल्यूट स्टर्ब ऑन करैक्टर ही वॉज ग्रूम्ड इन द क्रिशिबेली ऑफ इंडिया फर्स्ट क्लास क्रिकेट वेयर मोस्ट प्लेयर्स स्पेंड दियर प्लेइंग लाइव स्ट्राइविंग टू बी नोट इस्ड इट इज़ नेवर ईजी टू फोरक अड स्पैशली इफ यू आर प्लेइंग फॉर ए स्टेट विच इज़ लैंगु सम वेर एट द बॉटम ऑफ द रंजी ट्रॉफी चैपियनशिप दोस्तों ठीक है दोस्तों इन्हना बारे ही है जो करैक्ट्रिस्टिक्स लिखिया ने ठीक है एक किस तरह के प्लेयर सर ठीक है लेकिन ये इंपॉर्टेंट है ठीक है साढ़े लिए आ जाएँ ਠੀਕ ਹੈ ਕਿ ਰੰਜੀ ਟਰਾਫੀ ਤੋਂ ਇਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਠੀਕ ਹੈ ਤਾਂ ਦੋਸਤੋ ਤੁਹਾਨੂੰ ਇਹ ਆ ਸਕਦਾ ਹੈ ਕਿ ਜੋ ਰੰਜੀ ਟਰਾਫੀ ਹੈ ਠੀਕ ਹੈ ক্রিকেট ਨਾਲ ਜੁੜੀਆਂ ਬਹੁਤ ਸਾਰੀ ਡੋਮੈਸਟਿਕ ਟਰਾਫੀਜ਼ ਨੇ ਜਾਂ ਸਪੋਰਟਸ ਨਾਲ ਜੁੜੀਆਂ ਬਹੁਤ ਸਾਰੀਆਂ ਡੋਮੈਸਟਿਕ ਟਰਾਫੀਜ਼ ਹੁੰਦੀਆਂ ਨੇ ਕਈ ਵਾਰ ਇਹ ਪ੍ਰਸ਼ਨ ਹੈ ਸਾਡੂ ਮਿਸਲੀਨੀਅਸ ਦੇ ਵਿੱਚ ਆ ਜਾਂਦਾ ਜਿਵੇਂ ਕਿ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ক্রিকেট ਦੀ ਜਿਵੇਂ ਗੱਲ ਕਰਾਂ ਦੋਸਤੋ ਤਾਂ ਰੰਜੀ ਟਰਾਫੀ ਹੈ ਠੀਕ ਹੈ ਇਸ ਤੋਂ ਇਲਾਵਾ ਜਿਵੇਂ ਗੱਲ ਕਰਾਂ ਰੰਜੀ ਟਰਾਫੀ ਤੋਂ ਇਲਾਵਾ ਦੋਸਤੋ ਦਲੀਪ ਟਰਾਫੀ ਹੈ ਠੀਕ ਹੈ ਜੋ ਸਾਡੇ ਨੇਸ਼ਨਲ ਲੈਵਲ ਤੇ ਹੈ ਖੇਡੀ ਜਾਂਦੀ ਹੈ ਠੀਕ ਹੈ ਜਿਵੇਂ ক্রিকেট ਤੋਂ ਇਲਾਵਾ ਦੋਸਤੋ ਫੁੱਟਬਾਲ ਦੀ ਗੱਲ ਕਰਾਂ ਠੀਕ ਹੈ ਤਾਂ ਸੰਤੋਸ਼ ਟਰੋਫੀ ਠੀਕ ਹੈ ਬਹੁਤ ਇੰਪੋਰਟੈਂਟ ਹੈ ਕਈ ਵਾਰ ਪੇਪਰ ਦੇ ਵਿੱਚ ਆਈ ਹੈ ਠੀਕ ਹੈ ਫਿਰ ਦੋਸਤੋ ਹਾਕੀ ਦੀ ਮੈਂ ਗੱਲ ਕਰਾਂ ਲੇਡੀ ਰਤਨ ਟਾਟਾ ਟਰੋਫੀ ਠੀਕ ਹੈ ਤਾਂ ਇਹ ਸਾਰੀਆਂ ਜੋ ਟਰੋਫੀਜ਼ ਨੇ ਠੀਕ ਹੈ ਨਹੀਂ ਜੀ ਠੀਕ ਹੈ ਇਹ ਸਾਰੀਆਂ ਜੋ ਟਰੋਫੀਜ਼ ਨੇ ਅਲੱਗ-ਅਲੱਗ ਸਪੋਰਟਸ ਨਾਲ ਜੁੜੀਆਂ ਹੋਈਆਂ ਨੇ ਠੀਕ ਹੈ ਤਾਂ ਰੰਜੀ ਟਰਾਫੀ ਦੀ ਜਦੋਂ ਅਸੀਂ ਗੱਲ ਕਰਦੀ ਸੀ ਕਰਦੀ ਸੀ ਯਸ਼ਪਾਲ ਸ਼ਰਮਾ ਜੀ ਨੇ ਯਾ ਲਗਭਗ ਹਰ ਇੱਕ ਕ੍ਰਿਕਟਰ ਨੇ ਦੋਸਤੋ ਆਪਣੇ ਜੋ ਕ੍ਰਿਕਟ ਦੀ ਜਿਹੜੀ ਸ਼ੁਰੂਆਤ ਹੈ ਰੰਜੀ ਟਰਾਫੀ ਤੋਂ ਹੀ ਕੀਤੀ ਹੈ ਠੀਕ ਹੈ ਤਾਂ ਯਸ਼ਪਾਲ ਪਲੇਡ ਫੋਰ ਪੰਜਾਬ 1970 ਦੇ ਦਹਾਕੇ ਦੇ ਵਿੱਚ ਹੈ ਪੰਜਾਬ ਤੋਂ ਖੇਡਣਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਦੋਸਤੋ ਉਹ ਦਿੱਲੀ ਮਾਈਗ੍ਰੇਟ ਹੋ ਗਏ ਉਹਨਾਂ ਦੀ ਜ਼ਿੰਦਗੀ ਬਾਰੇ ਥੋੜਾ ਲਿਖਿਆ ਹੈ ਦੋਸਤੋ ਦਾ ਬॉय ਫ্রম ਪੰਜਾਬ ਐਂਡ ਇੰਡੀਆਜ਼ ਹੌਜ਼ਰੀ ਹੱਬ ਠੀਕ ਹੈ ਲੁਧਿਆਣਾ ਤੋਂ ਬਿਲੋਂਗ ਕਰਦੇ ਸੀ ਦੇਖੋ ਹੋਜ਼ਰੀ ਹੱਬ ਠੀਕ ਹੈ ਤਾਂ ਤੁਹਾਨੂੰ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਿਹੜਾ ਸ਼ਹਿਰ ਹੈ ਜਿਹਨੂੰ ਹੋਜ਼ਰੀ ਦਾ ਹੱਬ ਮੰਨਿਆ ਜਾਂਦਾ ਹੈ ਠੀਕ ਹੈ ਹੋਜ਼ਰੀ ਦਾ ਹੱਬ ਜਿੱਤੋਂ ਇਹ ਸਾਡੇ ਜੋ ਸਰਦੀਆਂ ਵਾਲੇ ਜੋ ਕੱਪੜੇ ਬਣਦੇ ਨੇ ਦੋਸਤੋ ਠੀਕ ਹੈ ਤਾਂ ਲੁਧਿਆਣਾ ਇੰਡੀਆਜ਼ ਹੋਜ਼ਰੀ ਹਬ ਸ਼ਹਿਰ ਤੋਂ ਬਿਲੋਂਗ ਕਰਦਾ ਚੂਜ਼ੇ ਲੋਨਲੀ ਪਾਥ ਅਕਸੈਪਟਿੰਗ ਦਾ ਚੈਲੰਜ ਆਫ ਕਾਰਵਿੰਗ ਆਊਟ ਅ ਸਕਸੈਸਫੁਲ ਕੈਰੀਅਰ ਵਿਦਾਊਟ ਅਮੈਂਡਿੰਗ ਹਿਸ ਹੋਮ ਟਰਫ ਤਾਂ ਘਰ ਤੋਂ ਬਾਹਰ ਨਿਕਲ ਕੇ ਦੋਸਤੋ ਇਸ ਨੇ ਜੋ ਪੂਰੇ ਪੰਜਾਬ ਦਾ ਆਪਣੇ ਲੁਧਿਆਣੇ ਦਾ ਜੋ ਨਾਮ ਹੈ ਉਹ ਰੋਸ਼ਨ ਕੀਤਾ ਦੋਸਤੋ ਇਸ ਤੋਂ ਇਲਾਵਾ ਰஞ்சிਤ ਟਰੋਫੀ ਦਲੀਪ ਟਰੋਫੀ ਠੀਕ ਹੈ ਤਾਂ ਇੱਥੇ ਬਹੁਤ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਹੈ ਇੰਡੀਅਨ ਟੀਮ ਦੇ ਵਿੱਚ ਇਹਨਾਂ ਨੂੰ ਜੋ 1978 ਦੇ ਵਿੱਚ ਹੈ ਜੋ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ ਠੀਕ ਹੈ ਸੂਨ ਇਨਫ ਆਲ ਇੰਡੀਆ ਕੇਮ ਐਂਡ ਹੀ ਵਾਸ ਓਨ ਦਾ ਫਲਾਈ ਟੂ ਪਾਕਿਸਤਾਨ ਇਨ 1978 ਥਰੋ ਇਟ ਟੈਸਟ ਰਿਬਿਊਟ ਇਲੂਡਡ ਹਿਮ देयर ਸੋ ਹੀ ਵਾਸ ਦਾ ਬੈਕ ਡੋਰ ਬாய் ਹੂ ਨੀਡੇਡ ਟੂ ਪ੍ਰੂਵ ਹਿਮਸੈਲਫ ਦੋਸਤੋ 1978 ਦੇ ਦੌਰ ਜੋ 1978 ਦਾ ਪਾਕਿਸਤਾਨ ਦਾ ਦੌਰਾ ਸੀ ਉਸ ਦੇ ਵਿੱਚ ਇਹਨਾਂ ਨੂੰ ਚੁਣਿਆ ਜ਼ਰੂਰ ਗਿਆ ਲੇਕਿਨ ਉੱਥੇ ਇਹਨਾਂ ਨੂੰ ਪਹਿਲਾ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਉੱਥੇ ਸਿਰਫ ਤੇ ਸਿਰਫ ਜੋ ਹੈ ਕੁਝ ਇਹ ਕਹਿ ਸਕਦੇ ਹਾਂ 12ਵਾਂ ਜਾਂ 13ਵਾਂ ਪਲੇਅਰ ਬਣ ਕੇ ਹੀ ਇਹ ਰਹੇ ਇਹਨਾਂ ਨੂੰ ਆਪਣਾ ਪਹਿਲਾ ਟੈਸਟ ਮੈਚ ਖੇਡਣ ਦਾ ਮੌਕਾ ਦੋਸਤੋ ਇੰਗਲੈਂਡ ਦੇ ਖਿਲਾਫ ਮਿਲਿਆ 1979 ਦੇ ਵਿੱਚ ਠੀਕ ਹੈ ਤਾਂ ਜੋ ਇੰਗਲੈਂਡ ਦਾ ਜੋ ਟੂਰ ਸੀ ਇੰਡੀਆ ਦਾ ਤਾਂ ਦੋਸਤੋ ਇੱਥੋਂ ਇੱਕ ਨਵਾਂ ਕੁਐਸਚਨ ਬਣਦਾ ਹੈ ਕਿ ਇਹਨਾਂ ਨੇ ਆਪਣੇ ਟੈਸਟ ਮੈਚਸ ਦੀ ਜੋ ਸ਼ੁਰੂਆਤ ਹੈ ਆਪਣੇ ਕ੍ਰਿਕਟ ਦੀ ਸ਼ੁਰੂਆਤ ਹੈ ਕਿਸ ਦੇਸ਼ ਦੇ ਵਿਰੁੱਧ ਕੀਤੀ ਸੀ ਤਾਂ 1979 ਇੰਗਲੈਂਡ ਦੇ ਵਿੱਚ ਹੈ ਇਹਨਾਂ ਨੇ ਇੰਗਲੈਂਡ ਦੇ ਖਿਲਾਫ ਹੈ ਆਪਣੇ ਕ੍ਰਿਕਟ ਕ੍ਰਿਕਟ ਦੀ ਸ਼ੁਰੂਆਤ ਕੀਤੀ ਹੀ ਵੁੱਡ ਐਡਰੈਸ ਜਰਨਲਿਸਟ ਆਫ ਹਿਸ 에ਜ ਐਸ ਵੀਰੇ ਠੀਕ ਹੈ ਤਾ ਜੀ ਬੜੀ ਖੂਬਸੂਰਤ ਗੱਲ ਲਿਖੀ ਹੈ ਕਿ ਇਹ ਆਪਣੇ ਜੋ ਪੱਤਰਕਾਰ ਜੋ ਇਹਨਾਂ ਨਾਲ ਗੱਲਬਾਤ ਕਰਦੇ ਸੀ ਠੀਕ ਹੈ ਉਹਨਾਂ ਨੂੰ ਵੀਰੇ ਕਹਿੰਦੇ ਸੀ ਠੀਕ ਹੈ ਆਮ ਤੌਰ ਤੇ ਅਸੀਂ ਪੰਜਾਬ ਦੇ ਵਿੱਚ ਵੀਰਾ ਜਾਂ ਵੀਰੇ ਕਹਿ ਦਿੰਨੇ ਆ ਜੀ ਠੀਕ ਹੈ ਆਪਣੇ ਤੋਂ ਵੱਡੇ ਬ੍ਰਦਰ ਨੂੰ ਜੀ ਠੀਕ ਹੈ ਐਂਡ ਆਲਵੇਜ਼ ਰਿਮਾਈਂਡ देम ਥੈਟ ਪਲੇਇੰਗ ਫॉर ਇੰਡੀਆ ਇਸ ਨੋ ਮੀਨਫੀਟ اسپੈਸ਼ਲੀ ਇਫ ਯੂ ਆਰ ਹੈਵ ਟੂ ਲੁੱਕ ਓਵਰ ਦਾ ਸ਼ੋਲਡਰ 올 ਦਾ ਟਾਈਮ ਠੀਕ ਹੈ ਤਾਂ ਦੋਸਤੋ ਉਹਨਾਂ ਬਾਰੇ ਸਾਰਾ ਕੁਝ ਲਿਖਿਆ ਹੈ ਤਾਂ ਯਸ਼ਪਾਲ ਸ਼ਰਮਾ ਜੀ ਬਾਰੇ ਜੋ ਚਾਰ ਪੰਜ ਇੰਪੋਰਟੈਂਟ ਸੀਜ਼ਾਂ ਦੋਸਤੋ ਅਸੀਂ ਦੇਖੀਆਂ ਤਾਂ ਸ਼ੁਰੂਆਤ ਹੈ ਦੋਸਤੋ ਲ ਦੋਸਤੋ ਇਸ ਦੇ ਨਾਲ ਨਾਲ ਹੈ ਪਹਿਲਾ ਟੈਸਟ ਮੈਚ ਪਹਿਲਾ ਦੌਰਾ ਜ਼ਰੂਰ ਪਾਕਿਸਤਾਨ ਦਾ ਸੀ 1978 ਦੇ ਵਿੱਚ ਲੇਕਿਨ 1979 ਦੇ ਵਿੱਚ ਇੰਗਲੈਂਡ ਦੇ ਖਿਲਾਫ ਆਪਣਾ ਪਹਿਲਾ ਟੈਸਟ ਮੈਚ ਹੈ ਉਸ ਨਾਲ ਡੈਬਿਊਟ ਕੀਤਾ ਦੋਸਤੋ ক্রিকেট ਦੀ ਗੱਲ ਕਰ ਰਹੇ ਆ ਯਸ਼ਪਾਲ ਸ਼ਰਮਾ ਦੀ ਗੱਲ ਕਰ ਰਹੇ ਆ 1983 ਦੀ ਗੱਲ ਕਰ ਰਹੇ ਆ ਠੀਕ ਹੈ ਤਾਂ ਦੋਸਤੋ ਇਸ ਦੇ ਨਾਲ ਹੀ ਨਾਲ ਮੈਂ ਇਹ ਦੱਸ ਦਵਾਂ ਕਿ ਹੁਣ 2023 ਦੇ ਵਿੱਚ ਠੀਕ ਹੈ 2023 ਦਾ ਜੋ ਆਉਣ ਵਾਲਾ ਜੋ ਵਰਲਡ ਕੱਪ ਹੈ ਉਹ ਵੀ ਇੰਡੀਆ ਦੇ ਵਿੱਚ ਹੋਣਾ ਹੈ ਜੀ ਠੀਕ ਹੈ ਤਾਂ ਦੋਸਤੋ ਇੰਡੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਅੱਜ ਤੱਕ 1987 ਦੇ ਵਿੱਚ ਵਰਲਡ ਕੱਪ ਹੋਇਆ ਸੀ ਜੋ ਆਸਟ੍ਰੇਲੀਆ ਨੇ ਜਿੱਤਿਆ ਸੀ 1996 ਦੇ ਵਿੱਚ ਵਰਲਡ ਕੱਪ ਹੋਇਆ ਸੀ ਏ ਵੀ ਸਟੂਡੈਂਟਸ ਸ਼੍ਰੀਲੰਕਾ ਨੇ ਜਿੱਤਿਆ ਸੀ ਫਿਰ 2011 ਦੇ ਵਿੱਚ ਵਰਲਡ ਕੱਪ ਹੋਇਆ ਸੀ ਜੋ ਇੰਡੀਆ ਨੇ ਜਿੱਤਿਆ ਅਤੇ 12 ਸਾਲ ਬਾਅਦ 2023 ਦੇ ਵਿੱਚ ਫਿਰ ਇੰਡੀਆ ਦੇ ਵਿੱਚ ਹੈ ਇਹ ਜੋ ਵਰਲਡ ਕੱਪ ਹੋਵੇਗਾ ਤਾਂ ਯਾਦ ਰੱਖਣਾ 2023 ਠੀਕ ਹੈ ਤਾਂ ਇਹਨਾਂ ਬਾਰੇ ਦੋਸਤੋ ਥੋੜਾ ਲਿਖਿਆ ਹੋਇਆ ਜੀ ਠੀਕ ਹੈ ਤਾਂ ਇਹਨਾਂ ਨੇ 37 ਟੈਸਟ ਖੇਡੇ ਸੀ 42 ODI ਮੈਚਸ ਖੇਡੇ ਨੇ ਠੀਕ ਹੈ ਲੁਧਿਆਣੇ ਦੇ ਵਿੱਚ ਦੋਸਤੋ ਇਹਨਾਂ ਦਾ ਜਨਮ ਹੋਇਆ ਅਤੇ ਲਾਸਟ ਟੈਸਟ ਮੈਚ ਹੈ 1983 ਦੇ ਵਿੱਚ ਹੈ वेस्ट ਇੰਡੀਜ਼ ਦੇ ਖਿਲਾਫ ਖੇਡ ਕੇ ਇਹ ਰਟਾਇਰ ਹੋ ਚੁੱਕੇ ਸਨ ਦੋਸਤੋ ਠੀਕ ਹੈ ਤਾਂ ਦੋਸਤੋ ਇਸ ਦੇ ਨਾਲ ਹੀ ਚੱਲ ਰਹੀ ਹੈ ਤਾਂ ক্রিকেট ਦੇ ਮਹਾਨ ਪਲੇਅਰ ਦੀ ਗੱਲ ਚੱਲ ਰਹੀ ਹੈ ਤਾਂ ਇੱਕ ਹੋਰ ਮਹਾਨ ਜੋ ਹੈ ਖੜਾਰਨ ਦੀ ਗੱਲ ਮੈਂ ਕਰਨਾ ਚਾਹਾਂਗਾ ਦੋਸਤੋ ਤੁਸੀਂ ਜ਼ਰੂਰ ਉਹਨਾਂ ਦਾ ਨਾਮ ਸੁਣਾ ਹੋਏਗਾ ਪਿੱਛੇ ਜੇ ਠੀਕ ਹੈ ਪਿਛਲੇ 5-6 ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਨੇ ਹਰਲੀਨ ਦਿਓਲ ਠੀਕ ਹੈ ਜੀ ਕਿੰਨੇ ਬੱਚੇ ਪਤਾ ਨੇ ਦੋਸਤੋ ਕਿੰਨੇ ਬੱਚਿਆਂ ਨੂੰ ਪਤਾ ਹੈ ਉਹਨਾਂ ਦਾ ਨਾਮ ਅਤੇ ਕਿਉਂ ਚਰਚਾ ਦੇ ਵਿੱਚ ਨੇ ਹਰਲੀਨ ਦਿਓਲ ਠੀਕ ਹੈ ਮੁਹਾਲੀ ਵੈਸੇ ਪਟਿਆਲੇ ਤੋਂ ਬਿਲੋਂਗ ਕਰਦੇ ਉਹਨਾਂ ਦੀ ਫੈਮਿਲੀ ਠੀਕ ਹੈ ਲੇਕਿਨ ਜੋ ਮੁਹਾਲੀ ਦੇ ਵਿੱਚ ਰਹਿੰਦੇ ਨੇ ਮੁਹਾਲੀ ਦੇ ਵਾਈਪੀਏ ਸਕੂਲ ਤੋਂ ਜੋ ਹੈ ਇਹ ਪੜ੍ਹੀ ਹੈ ਇਹ ਜੋ ਪਲੇਅਰ ਹੈ ক্রিকেট ਦੀ ਹਰਲੀਨ ਦਿਓ ਠੀਕ ਹੈ ਅੱਜ ਕੱਲ ਚਰਚਾ ਦੇ ਵਿੱਚ ਹੈ ਇੰਡੀਆ ਇੰਗਲੈਂਡ ਦੇ ਦੌਰੇ ਤੇ ਦੋਸਤੋ ਗਈ ਹੋਈ ਹੈ ਅਤੇ ਉੱਥੇ ਪਹਿਲਾ ਜੋ ODI T20 ਮੈਚ ਸੀ ਉਸ ਦੇ ਵਿੱਚ ਦੋਸਤੋ ਇੱਕ ਬਹੁਤ ਹੀ ਮੁਸ਼ਕਲ ਕੈਚ ਠੀਕ ਹੈ ਆਮ ਤੌਰ ਤੇ ਅਸੀਂ ਉਸ ਨੂੰ ਜੋ ਹੈ men's cricket ਦੇ ਵਿੱਚ ਦੇਖਦੇ ਹਾਂ ਜਿਸ ਦੇ ਵਿੱਚ ਕੀ ਹੈ ਕਿ ਤੁਸੀਂ ਬਾਉਂਡਰੀ ਦੇ ਉੱਪਰ ਹੈ ਦੋਸਤੋ ਟੱਚ ਕਰਕੇ ਬਾਲ ਨੂੰ ਇੱਕ ਵਾਰ ਬਾਉਂਡਰੀ ਤੋਂ ਬਾਹਰ ਜਾ ਕੇ ਦੁਬਾਰਾ ਬਾਉਂਡਰੀ ਦੇ ਅੰਦਰ ਆ ਕੇ ਕੈਚ ਕਰ ਲੈਣੇ ਹੋ ਤਾਂ ਇਸ ਤਰ੍ਹਾਂ ਦਾ ਸਿਰਫ ਅਸੀਂ men's cricket ਦੇ ਵਿੱਚ ਦੇਖਿਆ ਸੀ ਉਹ ਅਸੀਂ ਪਹਿਲੀ ਵਾਰ ਹੈ women's cricket ਦੇ ਵਿੱਚ ਵੀ ਦੇਖ ਰਹੇ ਹਾਂ ਤਾਂ ਹਰਲੀਨ ਦਿਓਲ ਦੋਸਤੋ ਇੰਡੀਅਨ ਕਰੈਕਟਰ ਹੈ ਅਤੇ ਭਾਰਤੀ ਮਹਿਲਾ ਕ੍ਰਿਕਟ ਦੀ ਬਹੁਤ ਹੀ ਪ੍ਰਤਿਭਾਸ਼ਾਲੀ ਹੈ ਇੱਕ ਕਰੈਕਟਰ ਹੈ ਠੀਕ ਹੈ ਤਾਂ ਨਾਮ ਉਹਨਾਂ ਦਾ ਨਾਮ ਹੈ ਰੱਖਣਾ ਠੀਕ ਹੈ ਬੈਸਟ ਕੈਚ ਹੈ ਸਚਿਨ ਵਰਗੇ ਵੱਡੇ ਪਲੇਅਰਸ ਨੇ ਵੀ ਉਹਨਾਂ ਨੂੰ ਸਾਲ ਦਾ ਸਭ ਤੋਂ ਬਿਹਤਰੀਨ ਕੈਚ ਹੈ ਉਹ ਦੱਸਿਆ ਹੈ ਦੋਸਤੋ ਠੀਕ ਹੈ ਤਾਂ ਨਾਮ ਹੈ ਹਰਲੀਨ ਦਿਓਲ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖਣਾ ਜੀ ਠੀਕ ਹੈ ਬਾਉਂਡਰੀ ਜੰਪਿੰਗ ਕੈਚ ਵੈਰੀ ਗੁੱਡ ਜੀ ਠੀਕ ਹੈ ਤਾਂ ਦੋਸਤੋ ਇੱਕ ক্রিকেট ਬਾਰੇ ਥੋੜੀ ਜੋ ਚਰਚਾ ਸੀ ਠੀਕ ਹੈ ਫਿਰ ਅਗਲੀ ਚਰਚਾ ਦੋਸਤੋ ਕਰਨ ਤੋਂ ਪਹਿਲਾਂ ਮੈਨੂੰ ਇੱਕ ਹੋਰ ਕੁਐਸਚਨ ਯਾਦ ਆ ਗਿਆ ਜੇ ਤੁਹਾਨੂੰ ਯਾਦ ਹੋਵੇਗਾ ਕਿ ਜੋ ਸੀਈਓ ਨੇ ਆਈਸੀਸੀ ਦੇ ਠੀਕ ਹੈ ਜੋ ক্রিকেট ਦੀ ਕਾਉਂਸਲ ਬਾਡੀ ਹੈ ਜੋ ਗਵਰਨਿੰਗ ਬਾਡੀ ਹੈ ਉਹ ਵੀ ਨਵੇਂ ਬਣੇ ਸਨ ਜੇ ਤੁਹਾਨੂੰ ਯਾਦ ਹੈ ਤਿੰਨ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਦੋਸਤੋ ਕਿਉਂਕਿ ਰਿਜ਼ਾਈਨ ਕਰਤਾ ਸੀ ਜੀ ਠੀਕ ਹੈ ਆਈਸੀਸੀ ਦੇ ਜੋ ਆਲਰੇਡੀ ਜੋ ਸੀਈਓ ਨੇ ਤਾਂ ਨਵੇਂ ਜੋ ਸੀਈਓ ਨੇ ਜੋ ਐਕਟਿੰਗ ਸੀਈਓ ਨੇ ਉਹ ਕੌਣ ਬਣੇ ਨੇ ਉਹਨਾਂ ਦਾ ਨਾਮ ਵੀ ਮੈਨੂੰ ਜਲਦੀ ਨਾਲ ਦੱਸੋ ਜੀ ਠੀਕ ਹੈ ਤਾਂ ਮੈਂ ਦੋਸਤੋ ਅਗਲਾ ਜੋ ਹੈ ਪ੍ਰਸ਼ਨ ਹੈ ਅਗਲੀ ਜੋ ਖਬਰ ਹੈ ਜੀ ਉਹ ਸਾਡੀ ਜੁੜੀ ਹੋਈ ਹੈ ਜੀ ਪ੍ਰਾਈਮ ਮਿਨਿਸਟਰ ਜੀ ਦਾ ਇੱਕ ਸੰਦੇਸ਼ ਹੈ ਕਿ ਇਸ ਦੇ ਵਿੱਚ ਸਾਡੇ ਲਈ ਕੁਐਸਚਨ ਕੁਝ ਨਹੀਂ ਹੈ ਠੀਕ ਹੈ ਲੇਕਿਨ ਇੱਕ ਸੰਦੇਸ਼ ਹੈ ਕਿ ਜੀ ਕੋਸ਼ਿਸ਼ ਕਰੋ ਠੀਕ ਹੈ ਠੀਕ ਫਿਲਹਾਲ ਕੁਝ ਦਿਨਾਂ ਲਈ ਦੋਸਤੋ ਹਿਲ ਸਟੇਸ਼ਨ ਦੇ ਉੱਪਰ ਨਾ ਜਾਓ ਪ੍ਰਾਈਮ ਮਿਨਿਸਟਰ ਵਾਰਨਸ ਅਗੇਂਸਟ ਓਵਰਕਰਾਉਡਿੰਗ ਇਨ ਹਿਲ ਸਟੇਜ ਠੀਕ ਹੈ ਤਾਂ ਉਹਨਾਂ ਨੇ ਹੈ ਉੱਥੇ ਓਵਰਕਰਾਉਡਿੰਗ ਜੋ ਹੋ ਜਾਂਦੀ ਹੈ ਜਿਵੇਂ ਅਸੀਂ ਪਿੱਛੇ ਜੇ ਮਨਾਲੀ ਦੇ ਵਿੱਚ ਦੇਖੀ ਦੋਸਤੋ ਕਿ ਕੋਈ ਵੀ ਜੋ ਹੋਟਲ ਹੈ ਹੋਟਲਸ ਦੇ ਵਿੱਚ ਕਮਰੇ ਹੀ ਅਵੇਲੇਬਲ ਨਹੀਂ ਸੀ ਇੰਨਾ ਜ਼ਿਆਦਾ ਉੱਥੇ ਕਰਾਊਡ ਹੋ ਚੁੱਕਿਆ ਸੀ ਅਤੇ ਜਿੱਥੋਂ ਘੁੰਮਣ ਫਿਰਨ ਦੀ ਗੱਲ ਹੋਵੇ ਦੋਸਤੋ ਸਪੈਸ਼ਲੀ ਇਹ ਦੋ ਸਟੇਟਸ ਦੇ ਲੋਕ ਬਹੁਤ ਹੀ ਜ਼ਿਆਦਾ ਹੈ ਦੋਸਤੋ ਕਿੱਥੇ ਵੀ ਤੁਸੀਂ ਹਿੰਦੁਸਤਾਨ ਦੇ ਵਿੱਚ ਚਲੇ ਜਾਓ ਮਿਲ ਜਾਂਦੇ ਨੇ ਠੀਕ ਹੈ ਪਹਿਲੇ ਪੰਜਾਬੀ ਨੇ ਅਤੇ ਦੂਜੇ ਦਿੱਲੀ ਦੇ ਲੋਕ ਨੇ ਦੋਸਤੋ ਠੀਕ ਹੈ ਤਾਂ ਸਪੈਸ਼ਲੀ ਇਹਨਾਂ ਨੇ ਕਿਹਾ ਕਿ ਦੋਸਤੋ ਕੀ ਹੈ ਫਿਲਹਾਲ ਜੋ ਹੈ ਤੁਹਾਨੂੰ ਓਵਰ ਕਰਾਊਡਿੰਗ ਉੱਤੇ ਨਹੀਂ ਕਰਨੀ ਚਾਹੀਦੀ ਐ ਮੇਡ ਰਿਡਕਸ਼ਨ ਇਨ ਦਾ ਡੇਲੀ ਕੋਵਿਡ ਇਨਫੈਕਸ਼ਨਸ ਇਨ ਦਾ ਕੰਟਰੀ ਐਂਡ ਅ ਸਰਜ ਗਲੋਬਲੀ ਪ੍ਰਾਈਮ ਮਿਨਿਸਟਰ ਓਨ ਟਿਊਜ਼ਡੇ ਠੀਕ ਹੈ ਤਾਂ that is unsafe ਕਰਾਊਡਿੰਗ ਇਨ ਦਾ ਹਿਲ ਸਟੇਸ਼ਨਸ ਠੀਕ ਹੈ ਬਿਲਕੁਲ ਹੀ ਅਨਸੇਫ ਹੈ ਠੀਕ ਹੈ ਇਸ ਨਾਲ ਹੈ ਬਹੁਤ ਵੱਡੀ ਚਿੰਤਾ ਦਾ ਕਾਰਨ ਹੋ ਸਕਦੀ ਹੈ ਠੀਕ ਹੈ ਤਾਂ ਇਹ ਜੋ ਮੀਟਿੰਗ ਹੈ ਸਪੈਸ਼ਲੀ ਦੋਸਤੋ ਜੋ ਪਹਾੜੀ ਇਲਾਕਿਆਂ ਦੇ ਨਾਰਥ ਵੈਸਟ ਦੇ ਜੋ ਮੁੱਖ ਮੰਤਰੀ ਨੇ ਉਹਨਾਂ ਨਾਲ ਇੱਕ ਮੀਟਿੰਗ ਦੇ ਵਿੱਚ ਹੈ ਪ੍ਰਧਾਨ ਮੰਤਰੀ ਜੀ ਨੇ ਕਹੀ ਹੈ ਇੰਟਰੈਕਟਿੰਗ ਵਿਦ ਦਾ ਸੀਐਮ ਆਫ ਨਾਰਥ ਈਸਟਰਨ ਸਟੇਟਸ ਠੀਕ ਹੈ ਵਿਟਨੈਸਿੰਗ ਇਸ ਸ਼ਾਰਪ ਸਪਾਈਕ ਆਫ ਦਾ ਲੇਟ ਠੀਕ ਹੈ ਤਾਂ ਮਾਈਂਡ ਸ਼ੁਡਨਟ ਬੀ ਵੈਨ ਦਾ ਥਰਡ ਵੇਵ ਊਡ ਹਿਟ ਬਟ ਹਾਊ ਟੂ ਪ੍ਰੀਵੈਂਟ ਇਟ ਤਾਂ ਦੋਸਤੋ ਸਾਨੂੰ ਹੁਣ ਤੋਂ ਹੀ ਥਰਡ ਵੇਵ ਤੋਂ ਹੈ ਕਿਵੇਂ ਬਚਿਆ ਜਾ ਸਕਦਾ ਹੈ ਉਸ ਬਾਰੇ ਸੁਰੱਖਿਆ ਹੈ ਕਰਨੀ ਚਾਹੀਦੀ ਹੈ ਇਥੇ ਨਾਰਥ-ਈਸਟ ਦੇ ਸਟੇਟਸ ਨਾਲ ਇਹ ਮੁਲਾਕਾਤ ਸੀ ਦੋਸਤੋ ਇੱਥੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਨਾਰਥ-ਈਸਟ ਠੀਕ ਹੈ ਦੇਖੋ ਇੱਥੇ ਦੋ ਤਿੰਨ ਵਾਰ ਪ੍ਰਸ਼ਨ ਪੁੱਛਲੇ ਜਾਂਦੇ ਨੇ ਠੀਕ ਹੈ ਤਾਂ ਦੋਸਤੋ ਇਹ ਜੋ ਨਾਰਥ-ਈਸਟ ਹੈ ਕਈ ਵਾਰ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਨਾਰਥ-ਈਸਟੀਆਂ 7 ਸਿਸਟਰਸ ਦੇ ਵਿੱਚੋਂ ਕਿਹੜਾ ਸਟੇਟ ਨਹੀਂ ਹੈ ਠੀਕ ਹੈ ਉੱਥੇ ਆਮ ਤੌਰ ਤੇ ਦੋਸਤੋ 8 ਸਟੇਟਸ ਨੇ ਨਾਰਥ-ਈਸਟ ਦੇ ਵਿੱਚ ਦੋ ਅਸੀਂ ਗੱਲ ਕਰਦੇ ਹਾਂ ਤੇ ਇਹ 8 ਸਟੇਟ ਕਿਹੜੇ ਨੇ ਜੀ ਠੀਕ ਹੈ ਅਰੁਣਾਚਲ ਹੈ ਦੋਸਤੋ ਅਰੁਣਾਚਲ ਹੈ ਠੀਕ ਹੈ ਮਣੀਪੁਰ ਹੈ ਠੀਕ ਹੈ ਜੀ ਮਿਜ਼ੋਰਮ ਹੈ मिजोरम त्रिपुरा ठीक है जी फिर दोस्तों उस तो बाद मेघालय मेघालय असम ठीक है जी वन टू थ्री फोर फाइव सिक्स ठीक है फिर दोस्तों सिक्किम है ठीक है दोस्तों एक रहा ठीक है तो अरुणाचल मणिपुर मिजोरम त्रिपुरा मेघालय असम एंड ਦੋਸਤੋ ਇੱਕ ਜਲਦੀ ਨਾਲ ਤੁਸੀਂ ਦੱਸੋ ਜੋ ਮੈਂ ਸਕਿਪ ਕਰ ਰਹੇ ਹਾਂ ਇੱਕ ਸਟੇਟ ਅਰੁਣਾਚਲ ਨਾਗਾਲੈਂਡ ਜੀ ਠੀਕ ਹੈ ਨਾਗਾਲੈਂਡ ਤਾਂ ਦੋਸਤੋ ਯਾਦ ਰੱਖਣਾ ਕਿ ਜਦੋਂ ਕਈ ਵਾਰ ਕੁਐਸਚਨ ਕੁਝ ਪੁੱਛਿਆ ਜਾਵੇ ਤੁਹਾਨੂੰ ਕਿ ਨਾਰਥ-ਈਸਟ ਦੀਆਂ ਸੱਤ ਪੈਣਾ ਕਿੰਨਾਂ ਨੂੰ ਕਿਹਾ ਜਾਂਦਾ ਹੈ ਸੈਵਨ ਸਿਸਟਰਸ ਕਿੰਨਾਂ ਨੂੰ ਕਿਹਾ ਜਾਂਦਾ ਤਾਂ ਦੋਸਤੋ ਇਹ ਜੋ ਲਾਸਟ ਵਾਲਾ ਲਿਖਿਆ ਮੈਂ ਸਿੱਕਿਮ ਸਿੱਕਿਮ ਨੂੰ ਛੱਡ ਕੇ ਬਾਕੀ ਸਾਰੇ ਸਟੇਟਸ ਨੂੰ ਹੈ ਸੈਵਨ ਸਿਸਟਰਸ ਆਫ ਨਾਰਥ-ਈਸਟ ਕਿਹਾ ਜਾਂਦਾ ਠੀਕ ਹੈ दूजा दोस्तों कई बार इन्हों का कैपिटल है वैसे आम तौर तो पर अचक प्रश्न नहीं पूछे जाते लेकिन नॉर्थ ईस्ट की कैपिटल पुछण के रेरैस चांसिज ने दोस्तों स्पेसली जो पुलिस वाला बैच है तो पुलिस वाले जो जो स्टूडेंट्स ने जरूर इन्होंने कैपिटल्स याद रखन जिमें कि दोस्तों अरुणाचल है अरुणाचल की कैपिटल है ईटानगर ठीक है जी मणिपुर की कैपिटल है दोस्तों इंफाल ठीक है तो दोस्तों मिजोरम की कैपिटल है ठीक है दोस्तों त्रिपुरा की है अगरतला ਠੀਕ ਹੈ ਮੇਘਾਲਿਆ ਦੀ ਦੋਸਤੋ ਕੈਪੀਟਲ ਹੈ ਸ਼ੀਲੌਂਗ ਅਸਾਮ ਦੀ ਕੈਪੀਟਲ ਹੈ ਦੋਸਤੋ ਦਿਸਪੁਰ ਨਾਗਾਲੈਂਡ ਦੀ ਕੈਪੀਟਲ ਹੈ ਕੋਹੀਮਾ ਅਤੇ ਸਿੱਕਮ ਦੀ ਕੈਪੀਟਲ ਹੈ ਗੈਂਗਟੋਕ ਠੀਕ ਹੈ ਤਾਂ ਦੋਸਤੋ ਇਹਨਾਂ ਦੀਆਂ ਕੈਪੀਟਲਸ ਅਤੇ ਕੈਪੀਟਲਸ ਦੇ ਨਾਲ-ਨਾਲ ਸੈਵਨ ਸਿਸਟਰਸ ਦੇ ਵਿੱਚ ਕਿਹੜੇ ਆਉਂਦੇ ਨੇ ਜੋ ਨਹੀਂ ਆਉਂਦੇ ਉਹ ਸਾਨੂੰ ਕਲੀਅਰ ਹੋ ਚੁੱਕੇ ਸਿੱਖੇ ਮੇਸ ਦੇ ਵਿੱਚ ਨਹੀਂ ਆਉਂਦਾ ਠੀਕ ਹੈ ਤਾਂ ਦੋਸਤੋ ਫਿਰ ਅਗਲੀ ਜੋ ਖਬਰ ਹੈ ਅਗਲੀ ਖਬਰ ਹੈ ਨੇਪਾਲ ਤੋਂ ਦੋਸਤੋ ਠੀਕ ਹੈ ਤਾਂ ਨੇਪਾਲ ਦੇ ਵਿੱਚ ਕਾਫੀ ਦਿਨਾਂ ਤੋਂ ਦੋਸਤੋ ਠੀਕ ਹੈ ਉੱਥੇ ਜੋ ਹੈ ਕਹਿ ਸਕਦੇ ਹੋ ਪੋਲਿਟੀਕਲੀ ਕਾ ਕਿ ਆਮ ਤੌਰ ਤੇ ਦੋਸਤੋ ਜਿੱਥੇ ਵੀ ਡੈਮੋਕਰੇਸੀ ਹੁੰਦੀ ਹੈ ਉੱਥੇ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਵੋਟਾਂ ਤੋਂ ਬਾਅਦ ਕੀ ਹੁੰਦਾ ਹੈ ਕਿ ਜੋ ਵੀ ਪਾਰਟੀ ਹੈ 50% ਤੋਂ ਜ਼ਿਆਦਾ ਸੀਟਾਂ ਜਿੱਤ ਕੇ ਆਉਂਦੀ ਹੈ ਉਸ ਨੂੰ ਹੈ ਦੋਸਤੋ ਜੇਤੂ ਘਰਾੜ ਦਿੱਤਾ ਜਾਂਦਾ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਦੋਸਤੋ ਜਿਵੇਂ ਕਿ ਟੋਟਲ 117 ਸੀਟਾਂ ਨੇ ਠੀਕ ਹੈ ਜੀ ਤਾਂ 117 ਦੇ ਵਿੱਚ ਅਗਲੇ ਸਾਲ ਜੋ ਵੀ 59 ਸੀਟਾਂ ਜਿੱਤਲੇਗਾ 50% ਤੋਂ ਜ਼ਿਆਦਾ ਸੀਟਾਂ ਜਿੱਤਲੇਗਾ ਉਸ ਨੂੰ ਮੁੱਖ ਮੰਤਰੀ ਉਸ ਪਾਰਟੀ ਦਾ ਬੰਦਾ ਮੁੱਖ ਮੰਤਰੀ ਬਣ ਜਾਵੇਗਾ ਠੀਕ ਹੈ ਤਾਂ ਦੋਸਤੋ ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਪ੍ਰਧਾਨ ਮੰਤਰੀ ਦੇ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ 543 ਸੀਟਾਂ ਉੱਪਰ ਇਲੈਕਸ਼ਨ ਹੁੰਦਾ ਤਾਂ ਜੋ ਜੋ ਵੀ ਜੋ ਪਾਰਟੀ ਹੈ 272 ਤੋਂ ਜ਼ਿਆਦਾ ਸੀਟਾਂ ਜਿੱਤਦੀ ਹੈ ਤਾਂ ਦੋਸਤੋ ਉਹ ਪਾਰਟੀ ਆਪਣਾ ਪ੍ਰਧਾਨ ਮੰਤਰੀ ਲਾ ਸਕਦੀ ਹੈ ਠੀਕ ਹੈ ਲੇਕਿਨ ਦੋਸਤੋ ਇੰਡੀਆ ਦੇ ਵਿੱਚ ਅਤੇ ਇੰਡੀਆ ਵਰਗੇ ਕਈ ਹੋਰ ਕੰਟਰੀਜ਼ ਦੇ ਵਿੱਚ ਜਿੱਥੇ ਇਹ ਸਿਸਟਮ ਚੱਲਦਾ ਹੈ ਤਾਂ ਦੋਸਤੋ ਕਈ ਵਾਰ ਇੱਕ ਸਿੰਗਲ ਪਾਰਟੀ ਹੈ ਮੈਜੋਰਿਟੀ ਨਹੀਂ ਲੈ ਕੇ ਆਉਂਦੀ ਕਈ ਵਾਰ ਜੋ ਹੈ ਜੋ ਮੈਜੋਰਿਟੀ ਹੈ ਠੀਕ ਹੈ ਜੋ 50% ਤੋਂ ਜ਼ਿਆਦਾ ਸੀਟਾਂ ਨੇ ਇੱਕ ਤੋਂ ਜ਼ਿਆਦਾ ਪਾਰਟੀਆਂ ਨੇ ਉਹ ਜੋ ਅਲਾਈਅንስ ਕਰਦੀਆਂ ਨੇ ਉਹ ਜਿੱਤਦੀਆਂ ਨੇ ਜਿਵੇਂ ਦੋਸਤੋ ਪੰਜਾਬ ਦੇ ਵਿੱਚ ਵੀ ਪਿਛਲੇ 20 ਸਾਲ ਦੇ ਵਿੱਚ ਜਦੋਂ ਵੀ ਅਕਾਲੀ ਦਲ ਪਾਰਟੀ ਗਵਰਨਮੈਂਟ ਦੇ ਵਿੱਚ ਆਉਂਦੀ ਸੀ ਤਾਂ ਅਕਾਲੀ ਦਲ ਨੇ ਹੈ ਜੋ ਸਮਝੌਤਾ ਕੀਤਾ ਹੋਇਆ ਸੀ ਬੀਜਪੀ ਦੇ ਨਾਲ ਤਾਂ ਦੋਨਾਂ ਦੀ ਇਕੱਠੀ ਸਰਕਾਰ ਬਣਦੀ ਸੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਇਹ ਜੋ ਸਮਝੌਤਾ ਹੈ ਅਕਾਲੀ ਦਲ ਦਾ ਬੀਜਪੀ ਨਾਲ ਟੁੱਟ ਕੇ ਬੀਐਸਪੀ ਪਾਰਟੀ ਨਾਲ ਬਣ ਚੁੱਕਾ ਹੈ ਠੀਕ ਹੈ ਅਤੇ ਸੈਂਟਰ ਦੇ ਵਿੱਚ ਵੀ ਦੋਸਤੋ ਕੁਝ ਪਾਰਟੀਆਂ ਨੇ ਜੋ ਕਾਂਗਰਸ ਨਾਲ ਇਲੈਕਸ਼ਨ ਲੜਦੀਆਂ ਨੇ ਕੁਝ ਪਾਰਟੀਆਂ ਨੇ ਜੋ ਬੀਜਪੀ ਨਾਲ ਸੈਕਸ਼ਨ ਲੜਦੀਆਂ ਨੇ ਉਸੇ ਤਰ੍ਹਾਂ ਦੋਸਤੋ ਨੇਪਾਲ ਦੇ ਵਿੱਚ ਵੀ ਜਦੋਂ 2017 ਦੇ ਵਿੱਚ ਇਲੈਕਸ਼ਨ ਹੋਈ ਸੀ ਤਾਂ ਉੱਥੋਂ ਦੀਆਂ ਦੋ ਮੁੱਖ ਪਾਰਟੀਆਂ ਨੇ ਦੋਸਤੋ ਮਿਲ ਕੇ ਗਵਰਨਮੈਂਟ ਬਣਾਈ ਸੀ ਠੀਕ ਹੈ ਇਥੇ ਯਾਦ ਰੱਖਣਾ ਉਹਨਾਂ ਨੇ ਮਿਲ ਕੇ ਗਵਰਨਮੈਂਟ ਬਣਾਈ ਸੀ ਅਤੇ ਡਿਸਾਈਡ ਕੀਤਾ ਸੀ ਕਿ 5 ਸਾਲ ਦੀ ਇਹ ਜੋ ਪਾਰਲੀਮੈਂਟ ਹੋਏਗੀ 2.5 ਸਾਲ ਸਾਡਾ ਪ੍ਰਧਾਨ ਮੰਤਰੀ ਰਹੇਗਾ 2.5 ਸਾਲ ਤੁਹਾਡਾ ਪ੍ਰਧਾਨ ਮੰਤਰੀ ਰਹੇਗਾ ਲੇਕਿਨ ਦੋਸਤੋ ਜੋ ਪਹਿਲਾ ਪ੍ਰਧਾਨ ਮੰਤਰੀ ਬਣੇ ਜਿਨ੍ਹਾਂ ਦਾ ਨਾਮ ਜੋ ਹੈ ਦੋਸਤੋ ਓਇਲੀ ਓਇਲੀ ਹੈ ਜੋ ਪੂਰਾ ਨਾਮ ਮੇਰੇ ਯਾਦ ਨਹੀਂ ਆ ਰਿਹਾ ਓਇਲੀ ਉਹਨਾਂ ਦਾ ਜੋ ਸਰਨੇਮ ਹੈ ਲਾਸਟ ਦੇ ਵਿੱਚ ਲਿਖਿਆ ਹੁੰਦਾ ਹੈ ਤਾਂ ਦੋਸਤੋ ਓਇਲੀ ਨੇ ਜੋ ਦੂਜੀ ਪਾਰਟੀ ਦੇ ਜੋ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਸਨ ਜਿਨ੍ਹਾਂ ਨੂੰ ਪ੍ਰਚੰਡ ਕਿਹਾ ਜਾਂਦਾ ਹੈ ਦੋਸਤੋ ਠੀਕ ਹੈ ਤਾਂ ਪ੍ਰਚੰਡ ਕਿ ਢਾਈ ਸਾਲ ਮੈਂ ਪ੍ਰਧਾਨ ਮੰਤਰੀ ਬਣ ਜਾਣਾ ਹੈ ਢਾਈ ਸਾਲ ਤੁਸੀਂ ਬਣ ਜਾਣਾ ਲੇਕਿਨ ਦੋਸਤੋ ਜਿਵੇਂ ਹੀ 2 ਸਵਾ 2 ਸਾਲ ਹੋਏ ਤਾਂ ਜੋ ਓਈਲੀ ਸਾਹਿਬ ਨੇ ਉਹਨਾਂ ਨੇ ਪ੍ਰਚੰਡ ਨੂੰ ਕਹਿ ਦਿੱਤਾ ਜੀ ਕਿ ਮੈਂ ਤਾਂ ਪ੍ਰਧਾਨ ਮੰਤਰੀ ਤੈਨੂੰ ਬਣ ਨਹੀਂ ਦੇਣਾ ਮੈਂ ਤਾਂ 5 ਸਾਲ ਖੁਦ ਹੀ ਪ੍ਰਧਾਨ ਮੰਤਰੀ ਬਣੂੰਗਾ ਜੀ ਠੀਕ ਹੈ ਤਾਂ ਦੋਸਤੋ ਹੋਇਆ ਕਿ ਉਸ ਤੋਂ ਬਾਅਦ ਕਿ 5-6 ਮਹੀਨਾ ਬਾਅਦ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਜੋ ਆਪੋਜੀਸ਼ਨ ਪਾਰਟੀ ਸੀ ਜੋ ਪ੍ਰਚੰਡ ਦੀ ਪਾਰਟੀ ਸੀ ਉਹ ਉੱਥੇ ਨੋ ਕੰਫੀਡੈਂਸ ਮੋਸ਼ਨ ਲੈ ਆਈ ਠੀਕ ਹੈ ਨੋ ਕੰਫੀਡੈਂਸ ਮੋਸ਼ਨ ਤੁਹਾਨੂੰ ਯਾਦ ਹੋਏਗਾ ਇੱਥੇ ਵੀ ਅਸੀਂ ਪੋਲਿਟੀ ਦੇ ਵਿੱਚ ਪੜ੍ਹਦੇ ਆ ਆ ਵਿਸ਼ਵਾਸ ਪ੍ਰ ਜਦੋਂ ਜੇ ਕੋਈ ਆਪੋਜੀਸ਼ਨ ਪਾਰਟੀ ਉਸ ਨੂੰ ਲੈ ਆਵੇ ਤਾਂ ਦੋਸਤੋ ਜੋ ਸੱਤਾਧਾਰੀ ਪਾਰਟੀ ਹੈ ਉਸ ਨੂੰ ਆਪਣੀ 50% ਮੈਜੋਰਿਟੀ ਹੈ ਉਹ ਪ੍ਰੂਵ ਕਰਨੀ ਪੈਂਦੀ ਹੈ ਠੀਕ ਹੈ ਤਾਂ ਦੋਸਤੋ ਨੇਪਾਲ ਦੇ ਵਿੱਚ ਜਿਵੇਂ ਮੈਂ ਇੱਥੇ ਗੱਲ ਕੀਤੀ ਇੰਡੀਆ ਦੇ ਵਿੱਚ 543 ਸੀਟਾਂ ਨੇ ਨੇਪਾਲ ਦੇ ਵਿੱਚ ਟੋਟਲ ਸੀਟਾਂ ਨੇ 275 ਤਾਂ ਦੋਸਤੋ ਜਿੱਤਣ ਲਈ ਤੁਹਾਨੂੰ 132 ਦਾ ਆਂਕੜਾ ਕਰਾਸ ਕਰਨਾ ਪਏਗਾ 133 ਦਾ ਆਂਕੜਾ ਕਰਾਸ ਕਰਨਾ ਪਏਗਾ ਠੀਕ ਸੌਰੀ ਦੋਸਤੋ ਜਿੰਨ ਲਈ ਤੁਹਾਨੂੰ 138 ਦਾ ਆંકੜਾ ਹੈ ਕਲੀਅਰ ਕਰਨਾ ਪੜੇਗਾ ਠੀਕ ਹੈ ਜੋ 275 ਸੀਟਾਂ ਨੇ ਤਾਂ 138 ਸੀਟਾਂ ਚਾਹੀਦੀਆਂ ਨੇ ਤਾਂ ਦੋਸਤੋ ਇਹ 2017 ਦਾ ਜੋ ਇਲੈਕਸ਼ਨ ਸੀ ਤਾਂ 2020 ਦੇ ਵਿੱਚ ਜਦੋਂ ਇਹ ਵਿਸ਼ਵਾ ਵਿਸ਼ਵਾਸ ਪ੍ਰਸਤਾਵ ਆਇਆ ਨੋ ਕੰਫੀਡੈਂਸ ਮੋਸ਼ਨ ਆਇਆ ਤਾਂ ਉਸ ਦੇ ਵਿੱਚ ਜੋ ਓਇਲੀ ਨੂੰ ਹੈ ਸਿਰਫ ਸਿਰਫ 93 ਹੀ ਜੋ ਸੀਟਾਂ ਆਈਆਂ ਦੋਸਤੋ ਠੀਕ ਹੈ ਤਾਂ ਜਦੋਂ 93 ਸੀਟਾਂ ਆਈਆਂ ਇਸ ਦਾ ਮਤਲਬ ਹੈ ਓਇਲੀ ਦੀ ਸਰਕਾਰ ਹੈ ਹੁਣ ਜੋ ਹੈ ਖਤਮ ਹੋ ਜਾਵੇਗੀ ਠੀਕ ਹੈ ਅਤੇ ਦੋਸਤੋ ਨੇਪਾਲ ਦੇ ਸੰਵਿਧਾਨ ਦੇ ਵਿੱਚ ਲਿਖਿਆ ਕਿ ਉੱਥੇ 5 ਸਾਲਾਂ ਤੋ ਪਹਿਲਾਂ ਸਰਕਾਰ ਜੇ ਕੋਈ ਆਪਣਾ ਬਹੁਮਤ ਸਿੱਧ ਨਾ ਕਰ ਪਾਵੇ ਤਾਂ ਜੋ ਰਾਸ਼ਟਰਪਤੀ ਹੈ ਆਪਣੀ ਮਰਜ਼ੀ ਦੇ ਅਕੋਰਡਿੰਗ ਹੈ ਕਿਸੇ ਨੂੰ ਵੀ ਅੱਗੇ ਹੈ ਪ੍ਰਧਾਨ ਮੰਤਰੀ ਬਣਾ ਸਕਦਾ ਤਾਂ ਦੋਸਤੋ ਉੱਥੇ ਉਹਨਾਂ ਨੇ ਕੀ ਕੀਤਾ ਕਿ ਉੱਥੋਂ ਦੀ ਜੋ ਪ੍ਰਧਾਨ ਮੰਤਰੀ ਨੇ ਠੀਕ ਹੈ ਪਹਿਲੀ ਮਹਿਲਾ ਰਾਸ਼ਟਰਪਤੀ ਨੇ ਜੀ ਠੀਕ ਹੈ ਉਹਨਾਂ ਦਾ ਨਾਮ ਵੀ ਮੇਰੇ ਮਾਈਂਡ ਦੇ ਵਿੱਚ ਨਹੀਂ ਆ ਰਿਹਾ ਬੰਡਹਾਰੀ ਬੰਡਹਾਰੀ ਕੁਛ ਨਾਮ ਹੈ ਉਹਨਾਂ ਦਾ ਜਦੋਂ ਅਸੀਂ ਨਿਊਜ਼ ਪੜਾਂਗੇ ਉਸ ਦੇ ਵਿੱਚ ਆ ਜਾਏਗਾ ਤਾਂ ਉਹਨਾਂ ਨੇ ਕੀ ਕੀਤਾ ਦੁਬਾਰਾ ਤੋਂ ਔਇਲੀ ਨੂੰ ਹੀ ਪ੍ਰਧਾਨ ਮੰਤਰੀ ਕੋਸ਼ਿਸ਼ ਕਰਤਾ ਤਾਂ ਦੋਸਤੋ ਉੱਥੇ ਇਸ ਕਰਕੇ ਬੜੇ ਹੀ ਵਿਵਾਸਪਦ ਹੈ ਜੋ ਹਾਲਾਤ ਬਣੇ ਹੋਏ ਨੇ ਕਿ ਤੁਸੀਂ ਕਹਿ ਸਕਦੇ ਕਿ ਹੈ ਤਾਂ ਡੈਮੋਕ੍ਰੇਸੀ ਲੇਕਿਨ ਤੱਕੇ ਨਾਲ ਹੈ ਓਇਲੀ ਸਾਹਿਬ ਹੈ ਦੁਬਾਰਾ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਪਰ ਬੈਠ ਜਾਂਦੇ ਨੇ ਲੇਕਿਨ ਫਿਲਹਾਲ ਕੀ ਹੋਇਆ ਕਿ ਜੋ ਸ਼ੇਰ ਬਹਾਦਰ ਦਿਓਬਾ ਹੈ ਦੋਸਤੋ ਜੋ ਹੈ ਨੇਪਾਲ ਦੇ ਪ੍ਰਾਈਮ ਮਿਨਿਸਟਰ ਬਣੇ ਜ਼ਰੂਰ ਨੇ ਨੇਪਾਲੀ ਕਾਂਗਰਸ ਪ੍ਰੈਜ਼ੀਡੈਂਟ ਠੀਕ ਹੈ ਸ਼ੇਰ ਬਹਾਦਰ ਦਿਓਬਾ ਠੀਕ ਹੈ ਤਾਂ ਟਿਊਜ਼ਡੇ ਨੂੰ ਦੋਸਤੋ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਪੰਜਵੀਂ ਵਾਰ ਠੀਕ ਹੈ ਅਤੇ ਦੋਸਤੋ ਇਹ ਜੋ ਪ੍ਰਧਾਨ ਮੰਤਰੀ ਬਣੇ ਨੇ ਠੀਕ ਹੈ ਸੁਪਰੀਮ ਕੋਰਟ ਦੀ ਕਿਉਂਕਿ ਜੋ ਰਾਸ਼ਟਰਪਤੀ ਨੇ ਠੀਕ ਹੈ ਉਹ ਤਾਂ ਆਇਲੀ ਨੂੰ ਚਾਹੁੰਦੇ ਸੀ ਪ੍ਰਧਾਨ ਮੰਤਰੀ ਬਣਾਉਣਾ ਲੇਕਿਨ ਸੁਪਰੀਮ ਕੋਰਟ ਨੇ ਦੋਸਤੋ ਇੰਟਰਵੈਂਸ਼ਨ ਕੀਤੀ ਹੈ ਫਿਰ ਜਾ ਕੇ ਜੋ ਹੈ ਸ਼ੇਰ ਬਹਾਦਰ ਦਿਓਬਾ ਹੈ ਉੱਥੋਂ ਦੇ ਪ੍ਰਧਾਨ ਮੰਤਰੀ ਬਣੇ ਨੇ ਦੋਸਤੋ ਅਤੇ ਉਹ ਨੇਪਾਲ ਦੇ ਪ੍ਰਾਈਮ ਮਿਨਿਸਟਰ ਪੰਜਵੀਂ ਵਾਰ ਬਣੇ ਨੇ ਦੋਸਤੋ ਠੀਕ ਹੈ ਤਾਂ ਫਿਰ ਸੁਪਰੀਮ ਕੋਰਟ ਔਨ ਮੰਡੇ ਓਵਰਟਰਨਡ ਪ੍ਰਾਈਮ ਮਿਨਿਸਟਰ ਕੇ ਪੀ ਓਇਲੀ ਤਾਂ ਦੋਸਤੋ ਇਹ ਜੋ ਕੇ ਪੀ ਓਇਲੀ ਪੂਰਾ ਨਾਮ ਜੋ ਮੈਂ ਤੁਹਾਨੂੰ ਦੱਸ ਰਿਹਾ ਸੀ ਠੀਕ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਪਦ ਤੋਂ ਹਟਾ ਦਿੱਤਾ ਠੀਕ ਹੈ ਐਂਡ ਮਈ 21 ਡਿਸੀਜਨ ਟੂ ਡਿਜ਼ੋਲਵ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਐਂਡ ਆਰਡਰ ਦਾ ਅਪੋਇੰਟਮੈਂਟ ਆਫ ਦਿਓਬਾ ਤਾਂ ਦੋਸਤੋ ਇਹ ਜੋ ਕੇ ਪੀ ਓਇਲੀ ਨੂੰ ਗੈਰ ਸੰਵਿਧਾਨਕ ਤਰੀਕੇ ਨਾਲ ਹੈ ਉਥੋਂ ਦੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਬਣਾਇਆ ਸੀ ਉਥੋਂ ਦੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਹਟਾ ਦਿੱਤਾ ਅਤੇ ਜੋ ਪ੍ਰਧਾਨ ਮੰਤਰੀ ਹੈ ਉਹ ਸ਼ੇਰ ਬਹਾਦਰ ਦਿਓਬਾ ਨੂੰ ਬਣਾ ਦਿੱ ਸਨ ਅਪਹਿੱਲ ਟਾਸਕ ਬਿਕੋਜ਼ 23 ਐਮਪੀ ਆਫ ਦਾ ਮਾਧਵ ਨੇਪਾਲ ਫੈਕਸ਼ਨ ਆਫ ਆਇਲੀ ਪਾਰਟੀਆਂ ਵਿਚ ਹੈਡ ਪ੍ਰੋਵਾਈਡਡ ਸਿਗਨੇਚਰ ਟੂ ਦਾ ਪੇਟੀਸ਼ਨ ਅਗੇਂਸਟ ਹਾਊਸ ਡਿলিউਸ਼ਨ ਲੇਕਿਨ ਫੇਅਰ ਵੀ ਬਹੁਤ ਸਾਰੇ ਜੋ ਉੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਨੇ ਦੋਸਤੋ ਦਿਓਬਾ ਦੇ ਖਿਲਾਫ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਵਾਈ ਜਾਂ ਉਹਨਾਂ ਦੇ ਖਿਲਾਫ ਹੈ ਵੋਟ ਪਾਸ ਸਕਦੇ ਨੇ ਠੀਕ ਹੈ ਤਾਂ ਇਫ ਦਿਓਬਾ wins ਦਾ ਵੋਟ ਆਫ ਕੰਫੀਡੈਂਸ ਅਤੇ ਦੋਸਤੋ ਦੇਖੋ ਰਾਸ਼ਟਰਪਤੀ ਜ਼ਰੂਰ ਬਣੇ ਨੇ ਠੀਕ ਹੈ ਲੇਕਿਨ ਫਿਲਹਾਲ ਇਹਨਾਂ ਨੂੰ ਮੈਜੋਰਿਟੀ ਜ਼ਰੂਰ ਪ੍ਰੂਵ ਕਰਨੀ ਪਵੇਗੀ ਠੀਕ ਹੈ ਕਿਉਂਕਿ ਉੱਥੇ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਹਾਂ ਦੋਸਤੋ ਕਿ ਇਲੈਕਸ਼ਨ ਹੈ 5 ਸਾਲ ਤੋਂ ਪਹਿਲਾਂ ਹੋਣ ਦਾ ਕੋਈ ਪ੍ਰੋਵੀਜ਼ਨ ਨਹੀਂ ਲਿਖਿਆ ਠੀਕ ਹੈ ਉੱਥੋਂ ਦੇ ਸੰਵਿਧਾਨ ਦੇ ਵਿੱਚ ਤਾਂ ਇੱਥੇ ਇਹਨਾਂ ਨੇ ਕਿਹਾ ਕਿ ਫਿਲਹਾਲ ਜੋ ਸੁਪਰੀਮ ਕੋਰਟ ਦੇ ਇੰਟਰਵੈਂਸ਼ਨ ਨਾਲ ਹੈ ਸ਼ੇਰ ਭਾਦਰ ਦਿਓਬਾ ਪ੍ਰਧਾਨ ਮੰਤਰੀ ਜ਼ਰੂਰ ਬਣ ਗਏ ਨੇ ਲੇਕਿਨ 12 ਅਗਸਤ ਤੱਕ ਇਹਨਾਂ ਨੂੰ ਵੀ ਆਪਣੀ ਉੱਥੇ ਮੈਜੋਰਿਟੀ ਹੈ 138 ਸੀਟਾਂ ਹੈ 138 ਵੋਟਾਂ ਆਪਣੇ ਫੇਵਰ ਦੇ ਵਿੱਚ ਹੈ ਦੇਖਣੀਆਂ ਪੈਣਗੀਆਂ ਨਹੀਂ ਤਾਂ ਇਹਨਾਂ ਨੂੰ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਰਿਜ਼ਾਈਨ ਕਰਨਾ ਪੈ ਜਾਵੇ ਠੀਕ ਹੈ ਤਾਂ ਸ਼ੇਰ ਭਾਦਰ ਦਿਓਬਾ ਅਤੇ ਕੇ ਪੀ ਔਇਲੀ ਦੇ ਵਿਚਕਾਰ ਦੋਸਤੋ ਇਹ ਜੰਗ ਹੈ ਕਾਫੀ ਦਿਨਾਂ ਤੋਂ ਨੇਪਾਲ ਦੇ ਵਿੱਚ ਚੱਲ ਰਹੀ ਹੈ ਛੋਟਾ ਜਿਹਾ ਕੰਟਰੀ ਹੈ ਸਾਡੇ ਤੁਹਾਨੂੰ ਦੋਸਤੋ ਪਤਾ ਹੈ ਸਾਡੇ ਨਾਰਥ-ਈਸਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਅਤੇ ਦੋਸਤੋ ਉੱਥੇ ਜੋ ਸਟੇਬਿਲਿਟੀ ਬ ਇੰਪੋਰਟੈਂਟ ਹੈ ਠੀਕ ਹੈ ਕਿਉਂਕਿ ਕਿਉਂਕਿ ਚਾਈਨਾ ਕਾਫੀ ਹੱਦ ਤੱਕ ਹੈ ਉੱਥੇ ਜੋ ਹੈ ਕੰਟਰੋਲ ਕਰ ਚੁੱਕਾ ਹੈ ਬਹੁਤ ਵੱਡੇ ਵੱਡੇ ਲੋਨ ਦੇ ਚੁੱਕਾ ਹੈ ਅਤੇ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਸਾਡੇ ਜੋ ਗੁਆਂਢ ਦੇ ਵਿੱਚ ਚਾਹੇ ਉਹ ਨੇਪਾਲ ਹੋਵੇ ਚਾਹੇ ਉਹ ਸ਼੍ਰੀਲੰਕਾ ਹੋਵੇ ਦੋਸਤੋ ਸਪੈਸ਼ਲੀ ਇਹ ਦੋ ਕੰਟਰੀਜ਼ ਜਿੱਥੇ ਬਹੁਤ ਜ਼ਿਆਦਾ ਹੈ ਜੋ ਚਾਈਨਾ ਦਾ ਇਨਫਲੂਐਂਸ ਆਲਰੇਡੀ ਆ ਚੁੱਕਾ ਹੈ ਤਾਂ ਉੱਥੇ ਦੋਸਤੋ ਜੇ politically disturbance ਹੁੰਦੀ ਹੈ ਤਾਂ ਇਸ ਦਾ ਫਾਇਦਾ ਡਾਇਰੈਕਟਲੀ ਚਾਈਨਾ ਨੂੰ ਮਿਲ ਸਕਦਾ ਹੈ ਠੀਕ ਹੈ ਤਾਂ ਨੇਪਾਲ ਦੋਸਤੋ ਕੈਪੀਟਲ ਤੁਹਾਨੂੰ ਪਤਾ ਹੈ ਕਾਠਮਾਂਡੂ ਹੈ ਅਤੇ ਇੱਕ ਬੜੀ ਮਹੱਤਵਪੂਰਨ ਆ ਵੀ ਕਿੱਥੇ ਹੈ ਜੀ ਕਾਠਮਾਂਡੂ ਦੇ ਵਿੱਚ ਹੈ ਦੋਸਤੋ ਠੀਕ ਹੈ ਤਾਂ ਜਿਨ੍ਹਾਂ ਨੂੰ ਸਾਰਕ ਦਾ ਫੁੱਲ ਫਾਰਮ ਪਤਾ ਹੈ ਜਲਦੀ ਨਾਲ ਮੈਨੂੰ ਉਸ ਦਾ ਫੁੱਲ ਫਾਰਮ ਵੀ ਦੱਸ ਦੇਣ ਜੀ ਠੀਕ ਹੈ ਤਾਂ ਨੇਪਾਲ ਤੋਂ ਦੋਸਤੋ ਇੱਕ ਖਬਰ ਸੀ ਫਿਰ ਦੋਸਤੋ ਅਗਲੀ ਜੋ ਖਬਰ ਹੈ ਠੀਕ ਹੈ ਜੀ ਤਾਂ ਦੋਸਤੋ ਅਗਲੀ ਖਬਰ ਹੈ ਤਾਂ ਤੁਹਾਨੂੰ ਆਲਰੇਡੀ ਦੋਸਤੋ ਪਿਛਲੇ 3-4 ਸਾਲ ਤੋਂ ਜਦੋਂ ਤੋਂ ਡੀਮੋਨਟਾਈਜ਼ੇਸ਼ਨ ਹੋਇਆ ਹੈ ਤਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਭਾਰਤ ਦੇ ਵਿੱਚ ਜੋ ਲੋਕ ਆਮ ਤੌਰ ਤੇ ਡਿਜੀਟਲ ਪੇਮੈਂਟਸ ਦੀ ਤਰਫ ਹੈ ਕਾਫੀ ਉਹਨਾਂ ਦਾ ਚੁਕਾਅ ਹੋਇਆ ਹੈ ਠੀਕ ਹੈ ਚਾਹੇ ਉਹ ਪੇਟੀਐਮ ਯੂਜ਼ ਕਰਦੇ ਹੋਣ ਚਾਹੇ ਉਹ ਗੂਗਲ ਪੇ ਯੂਜ਼ ਕਰਦੇ ਹੋਣ ਚਾਹੇ ਉਹ ਫੋਨ ਪੀ ਯੂਜ਼ ਕਰਦੇ ਹੋਣ ਦੋਸਤੋ ਠੀਕ ਹੈ ਤਾਂ ਦੋਸਤੋ ਇਸੇ ਸੀਰੀਜ਼ ਦੇ ਵਿੱਚ ਹੈ ਗਵਰਨਮੈਂਟ ਆਫ ਇੰਡੀਆ ਨੇ ਵੀ ਆਪਣੀ ਇੱਕ ਐਪ ਲਾਂਚ ਕੀਤੀ ਸੀ ਕੁਝ ਸਾਲ ਪਹਿਲਾਂ ਜਿਸ ਦਾ ਨਾਮ ਸੀ ਭੀਮ ਐਪ ਦੋਸਤੋ ਠੀਕ ਹੈ ਤਾਂ ਭੀਮ ਐਪ ਤਾਂ ਆ ਦੋਸਤੋ ਇਹ ਜੋ ਭੀਮ ਐਪ ਹੈ ਠੀਕ ਹੈ ਹੁਣ ਨੇਪਾਲ ਦੇ ਵਿੱਚ ਵੀ ਹੈ ਲੋਕਾਂ ਨੂੰ ਹੈ ਫੈਸਿਲਿਟੀ ਪ੍ਰੋਵਾਈਡ ਕਰੇਗੀ ਤਾਂ ਇਸ ਦੀ ਕੋਸ਼ਿਸ਼ ਨਾਲ ਸਾਡੀ ਫਾਈਨਾਂਸ ਮਿਨਿਸਟਰ ਨਿਰਮਲਾ ਸਿਧਾਰਮਨ ਜੀ ਨੇ ਹੈ ਪ੍ਰੋਵਾਈਡ ਕੀਤੀ ਹੈ ਦੋਸਤੋ ਤਾਂ ਫਾਈਨਾਂਸ ਮਿਨਿਸਟਰ ਨਿਰਮਲਾ ਸਿਧਾਰਮਨ ਵਿਦ ਹਿਸ ਭੂਟਾਨੀਜ਼ ਕਾਉਂਟਰਪਾਰਟ ਦੋਸਤੋ ਭੂਟਾਨ ਦੇ ਜੋ ਫਾਈਨਾਂਸ ਮਿਨਿਸਟਰ ਨੇ ਉਹਨਾਂ ਦਾ ਨਾਮ ਹੈ ਲਿਓਂਗਪੋ ਨਾਮਗੇ ਠੀਕ ਹੈ ਲਿਓਂਗਪੋ ਨਾਮਗੇ ਤਾਂ ਉਹਨਾਂ ਨੇ ਦੋਸਤੋ ਦੋਨਾਂ ਨੇ ਜੋ ਭੀਮ ਐਪ ਹੈ ਭੂਟਾਨ ਦੇ ਵਿੱਚ ਹੈ ਵਰਚੂਅਲੀ ਤੌਰ ਤੇ ਉਸ ਦਾ ਉਦਘਾਟਨ ਕਰ ਦਿੱਤਾ ਵਿਦ ਦਾ ਲਾਂਚ ਇਨ ਭੂਟਾਨ ਦਾ ਪੇਮੈਂਟ ਇਨਫਰਾਸਟ੍ਰਕਚਰ ਆਫ ਦਾ ਟੂ ਕੰਟਰੀਜ਼ ਆਰ ਦਾ ਸੀਮਲੈ ਐਂਡ ਵਿਲ ਬੀ ਬੈਨੀਫਿਟ ਟੂ ਰਿਸ਼ਤਾ ਦੋਸਤੋ ਇਸੇ ਦੇ ਨਾਲ ਕਿਉਂਕਿ ਹੁੰਦਾ ਕੀ ਹੈ ਆਮ ਤੌਰ ਤੇ ਕਰੰਸੀ ਜਦੋਂ ਅਸੀਂ ਕਿਸੇ ਦੂਜੇ ਦੇਸ਼ ਦੇ ਵਿੱਚ ਘੁੰਮਣ ਜਾਂਦੇ ਹਾਂ ਤਾਂ ਸਾਨੂੰ ਕਰੰਸੀ ਐਕਸਚੇਂਜ ਕਰਨਾ ਪੈਂਦਾ ਹੈ ਤਾਂ ਇਹ ਜੋ ਲੋਕ ਭੂਟਾਨ ਘੁੰਮਣਾ ਚਾਹੁੰਦੇ ਨੇ ਜਾਂ ਘੁੰਮ ਜਾਂਦੇ ਨੇ ਤਾਂ ਉਹਨਾਂ ਲਈ ਵੀ ਬੜਾ ਬੈਨੀਫਿਸ਼ੀਅਲ ਹੋ ਜਾਏਗਾ ਜਾਂ ਭੂਟਾਨ ਦੇ ਲੋਕ ਜੋ ਇੰਡੀਆ ਆਉਂਦੇ ਨੇ ਤਾਂ ਉਹਨਾਂ ਨੂੰ ਜੋ ਹੈ ਕਰੰਸੀ ਐਕਸਚੇਂਜ ਕਰਨ ਦੀ ਵੀ ਜ਼ਰੂਰਤ ਨਹੀਂ ਹੋਏਗੀ ਆਟੋਮੈਟਿਕਲੀ ਤੁਸੀਂ ਭੀਮ ਐਪ ਦੇ ਥਰੂ ਹੈ ਭੂਟਾਨੀਜ਼ ਦਾ ਜੋ ਕਰੰਸੀ ਹੈ ਉਸ ਨੂੰ ਯੂਜ਼ ਕਰ ਸਕਦੇ ਹੋ ਭੂਟਾਨ ਦੇ ਵਿੱਚ ਜਾ ਕੇ ਅਤੇ ਭੂਟਾਨ ਦੇ ਲੋਕ ਇੰਡੀਆ ਦੇ ਵਿੱਚ ਆ ਕੇ ਇੰਡੀਅਨ ਕਰੰਸੀ ਇਸ ਐਪ ਦੇ ਥਰੂ ਹੈ ਯੂਜ਼ कर सकते हैं दोस्तों ठीक है तब भीम ठीक है तब भीम ऐप दोस्तों है वेरी वेरी इंपोर्टेंट अ नेपाल भूटान मिलकर दोस्तों भूटानी लॉन्च कर दी है सरकारी ऐप है ठीक है जी तो दोस्तों भीम वैसे जो भीम का जो वर्ड यूज़ कर रहे दो बी आर अंबेदकर याद होंगे ने ठीक है इसका जो फुल फॉर्म है लेकिन दोस्तों दैट दैट इज भारत इंटरफेस फॉर मनी ठीक है इसका जो फुल फॉर्म है मैं लिख देना भारत भारत इंटरफेस फॉर मनी जी ठीक है ਤਾਂ ਦੋਸਤੋ ਇਹ ਇਸ ਦਾ ਫੁੱਲ ਫਾਰਮ ਹੈ ਜੀ ਠੀਕ ਹੈ ਤਾਂ ਇਸ ਨੂੰ ਯਾਦ ਰੱਖਣਾ ਫਿਰ ਦੂਜਾ ਦੋਸਤੋ ਠੀਕ ਹੈ ਕੱਲ ਦੋਸਤੋ ਮੈਂ ਇੱਕ ਨਵੀਂ ਜੋ ਹੈ ਜਿਵੇਂ ਅਸੀਂ ਕਰੰਟ ਅਫੇਅਰ ਦੀ ਸੀਰੀਜ਼ ਕਰਦੇ ਆ ਉਸੇ ਤਰ੍ਹਾਂ ਇੱਕ ਨਵੀਂ ਸੀਰੀਜ਼ ਹੈ ਸਟਾਰਟ ਕੀਤੀ ਹੈ ਠੀਕ ਹੈ ਜਿਸ ਦਾ ਨਾਮ ਰੱਖਿਆ ਹੈ ਮੈਂ ਦਾਣਾ ਪਾਣੀ ਜੋ ਕਿ ਇਕਨੋਮਿਕਸ ਤੇ ਹੋਵੇਗੀ ਠੀਕ ਹੈ ਇਕਨੋਮਿਕਸ ਦੇ ਕਰੰਟ ਅਫੇਅਰ ਜਾਂ ਇਕਨੋਮਿਕਸ ਦੇ ਵਿੱਚ ਜੋ ਵੀ ਜੋ ਅਰਥ ਵਿਵਸਥਾ ਵਿੱਚ ਨਵੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਸ ਨਾਲ ਰਿਲੇਟਡ ਹੋਏਗੀ ਤਾਂ ਦੋਸਤੋ ਇਹ ਜੋ ਖਬਰ ਹੈ ਇਕਨੋਮਿਕਸ ਨਾਲ ਰਿਲੇਟਡ ਹੈ ਠੀਕ ਹੈ ਜੀ ਤਾਂ ਦੋਸਤੋ ਉਸ ਦੇ ਵਿੱਚ ਮੈਂ ਜ਼ਿਆਦਾ ਵਿਸਤਾਰ ਨਾਲ ਚਰਚਾ ਕਰਾਂਗਾ ਠੀਕ ਹੈ ਇੱਥੇ ਇੱਕ ਕਰੰਟ ਅਫੇਅਰ ਦੇ ਤੌਰ ਤੇ ਮੈਂ ਦੱਸ ਰਹਾਂ ਤਾਂ ਦੋਸਤੋ ਅੱਜ ਜੋ ਜ਼ੋਮੈਟੋ ਹੈ ਆਪਣਾ ਆਈਪੀਓ ਲੈ ਕੇ ਆ ਰਿਹਾ ਜੀ ਠੀਕ ਹੈ ਅਤੇ ਉਸ ਨੂੰ ਉਮੀਦ ਹੈ ਦੋਸਤੋ ਕਿ ਲਗਭਗ 9375 ਕਰੋੜ ਹੈ ਦੋਸਤੋ ਉਹ ਹੈ ਆਪਣੇ ਆਈਪੀਓ ਤੋਂ ਪੈਸਾ ਇਕੱਠਾ ਕਰ ਲਵੇਗਾ ਠੀਕ ਹੈ ਜ਼ੋਮੈਟੋ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਠੀਕ ਹੈ ਇੱਕ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੀ ਕੰਪਨੀ ਹੈ ਫੂਡ ਡਿਲੀਵਰੀ ਕਰਦੀ ਹੈ ਅਤੇ ਦੋਸਤੋ ਲਗਭਗ 9000 ਕਰੋੜ ਤੋਂ ਜ਼ਿਆਦਾ ਪੈਸਾ ਇਸ ਨੇ ਇਕੱਠਾ ਕਰਨਾ ਹੈ ਆਈਪੀਓ ਤੋਂ ਤੁਹਾਡੇ ਲਈ ਪ੍ਰਸ਼ਨ ਕੀ ਹੈ ਤੁਹਾਡੇ ਲਈ ਪ੍ਰਸ਼ਨ ਦੋਸਤੋ ਇਹ ਹੋ ਸਕਦਾ ਹੈ ਕਿ ਇਹ ਜੋ ਆਈਪੀਓ ਜਿਸ ਦਾ ਫੁੱਲ ਫਾਰਮ ਹੁੰਦਾ ਹੈ ਇਨੀਸ਼ੀਅਲ ਪਬਲਿਕ ਆਫਰ ਠੀਕ ਹੈ ਜੋ ਲਗਾਤਾਰ ਬੱਚੇ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਵੇਗਾ ਜੀ ਇਨੀਸ਼ੀਅਲ ਪਬਲਿਕ ਆਫਰ ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਕੰਪਨੀ ਪਹਿਲੀ ਵਾਰ ਮਾਰਕੀਟ ਦੇ ਵਿੱਚ ਆਪਣੇ ਸ਼ੇਅਰ ਲੈ ਕੇ ਆਉਂਦੀ ਹੈ ਠੀਕ ਹੈ ਜਦੋਂ ਕੋਈ ਵੀ ਕੰਪਨੀ ਪਹਿਲੀ ਵਾਰ ਸ਼ੇਅਰ ਮਾਰਕੀਟ ਦੇ ਵਿੱਚ ਆਪਣੇ ਸ਼ੇਅਰ ਲੈ ਕੇ ਆਉਂਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਦੋਸਤੋ ਆਈ ਪੀਓ ਜਦੋਂ ਉਹੀ ਕੰਪਨੀ ਦੂਜੀ ਵਾਰ ਆਪਣੇ ਸ਼ੇਅਰਸ ਮਾਰਕੀਟ ਦੇ ਵਿੱਚ ਲੈ ਕੇ ਆਉਂਦੀ ਹੈ ਦੂਜੀ ਵਾਰ ਜਾਂ ਤੀਜੀ ਵਾਰ ਉਸ ਨੂੰ ਦੋਸਤੋ ਅਸੀਂ ਬੋਲਾਂਗੇ ਐਫ ਪੀਓ ਐਫ ਪੀਓ ਦਾ ਮਤਲਬ ਹੈ ਫਾਲੋ ਔਨ ਪਬਲਿਕ ਆਫਰ ਠੀਕ ਹੈ ਜੀ ਫੋਲੋ-ਆਨ ਪਬਲਿਕ ਆਫਰ ਪਹਿਲੀ ਵਾਰ ਦੋਸਤੋ ਇਨੀਸ਼ੀਅਲ ਪਬਲਿਕ ਆਫਰ ਅਤੇ ਦੂਜੀ ਤੀਜੀ ਉਸ ਤੋਂ ਕਦੋਂ ਵੀ ਬਾਅਦ ਲੈ ਕੇ ਆਓ ਫੋਲੋ-ਆਨ ਪਬਲਿਕ ਆਫਰ ਤਾਂ ਦੋਸਤੋ ਇਹ ਕੋਈ ਵੀ ਕੰਪਨੀ ਪਹਿਲੀ ਵਾਰ ਜਦੋਂ ਆਪਣੇ ਸ਼ੇਅਰ ਮਾਰਕੀਟ ਦੇ ਵਿੱਚ ਸ਼ੇਅਰ ਲੈ ਕੇ ਆਉਂਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਦੋਸਤੋ ਪਰਮਿਸ਼ਨ ਲੈਣੀ ਪੈਂਦੀ ਹੈ ਸੇਬੀ ਤੋਂ ਜੋ ਸਾਡੀ ਸ਼ੇਅਰ ਮਾਰਕੀਟ ਦਾ ਰੈਗੂਲੇਟਰ ਹੈ ਜਿਵੇਂ ਬੈਂਕਾਂ ਦਾ ਰੈਗੂਲੇਟਰ ਦੋਸਤੋ ਆਰਬੀਆਈ ਹੈ ਸ਼ੇਅਰ ਮਾਰਕੀਟ ਦਾ ਜੋ ਰੈਗੂਲੇਟਰ ਹੈ ਸੇਬੀ ਹੈ ਜੀ ਠੀਕ ਹੈ ਸੇਬੀ ਦਾ ਫੁੱਲ ਫਾਰਮ ਹੈ ਦੋਸਤੋ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਠੀਕ ਹੈ ਸਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਠੀਕ ਹੈ ਦੋਸਤੋ ਇਹਨੂੰ ਯਾਦ ਰੱਖਣਾ ਹੈ ਠੀਕ ਹੈ 1900 ਜੋ ਹੈ 88 ਦੇ ਵਿੱਚ ਬਣੀ ਸੀ ਅਤੇ ਇਹ ਸ਼ੇਅਰ ਮਾਰਕੀਟ ਦੀ ਰੈਗੂਲੇਟਰ ਹੈ ਸੇਬੀ ਠੀਕ ਹੈ ਜੀ ਤਾਂ ਦੋਸਤੋ ਇਹ Zomato ਆਪਣਾ IPL ਲੈ ਕੇ ਆ ਰਿਹਾ ਹੈ ਅਤੇ ਇੰਡੀਆ ਦੀ ਇਹ ਜੋ ਐਪ ਹੈ ਭਾਰਤ ਇੰਟਰਫੇਸ ਫੋਰ ਮਨੀ ਭੀਮ ਐਪ ਇਹ ਹੁਣ 부ਟਾਨ ਦੇ ਵਿੱਚ ਵੀ ਦੋਸਤੋ ट्रांजैक्शन ਲਈ ਇਹ ਯੂਜ਼ ਕੀਤੀ ਜਾ ਸਕੇਗੀ ਠੀਕ ਹੈ ਫਿਰ ਦੋਸਤੋ ਲਾਸਟ ਜੋ ਨਿਊਜ਼ ਹੈ ਸਾਡੀ ਲਾਸਟ ਨਿਊਜ਼ ਐਟ ਟ੍ਰਿਬਿਊਨ ਤੋਂ ਅੱਜ ਜ਼ਿਆਦਾ ਖਬਰਾਂ ਨਹੀਂ ਸੀ ਕਿ ਜੋ ਅਸੀਂ ਜੋ ਵੱਖਰੀਆਂ ਵੱਖਰੀਆਂ ਜੋ ਦਵਾਈਆਂ ਨੇ ਸਾਡੇ ਵੈਕਸੀਨ ਨੇ ਦੋਸਤੋ ਕੋਵਾ ਸ਼ੀਲਡ ਹੈ ਕੋਵੈਕਸਿਨ ਹੈ ਦੋਸਤੋ ਠੀਕ ਹੈ ਸਪੁਟਨਿਕ ਵੀ ਤੁਹਾਨੂੰ ਪਤਾ ਹੈ ਬਹੁਤ ਰਸ਼ੀਆ ਤੋਂ ਦੋਸਤੋ ਇੰਡੀਆ ਦੇ ਵਿੱਚ ਆ ਚੁੱਕੀ ਹੈ ਉਸ ਨੂੰ ਵੀ ਤੁਸੀਂ ਲਗਵਾ ਸਕਦੇ ਹੋ ਅਤੇ ਨਾਲ ਹੀ ਨਾਲ ਇੱਕ ਮਾਡਰਨ ਠੀਕ ਹੈ ਮੋਡਰਨਾ ਨਾਮ ਦੀ ਇੱਕ ਜੋ ਦਵਾਈ ਹੈ ਯੂਐਸਏ ਦੀ ਉਸ ਨੂੰ ਵੀ ਅਸੀਂ ਦੋਸਤੋ ਇੰਪੋਰਟ ਕਰ ਰਹੇ ਹਾਂ ਤਾਂ ਦੋਸਤੋ ਜੋ ਹੁਣ ਹਿੰਦੁਸਤਾਨ ਦੇ ਵਿੱਚ ਜੋ ਦਵਾਈ ਬਣਾਉਣ ਦੇ ਖੇਤਰ ਦੇ ਵਿੱਚ ਸਭ ਤੋਂ ਅਗੇਤਰੀ ਜੋ ਕੰਪਨੀ ਹੈ ਐਸਆਈਆਈ ਸੀਰਮ ਇੰਸਟੀਚਿਊਟ ਆਫ ਇੰਡੀਆ ਉਸ ਨੇ ਦੋਸਤੋ ਰਸ਼ੀਆ ਦੇ ਨਾਲ ਹੈ ਇਹ ਸਮਝੌਤਾ ਕੀਤਾ ਹੈ ਠੀਕ ਹੈ ਕਿ ਹੁਣ ਸਪਟੰਬਰ ਮਹੀਨੇ ਤੋਂ ਬਾਅਦ ਦੋਸਤੋ ਇਹ ਜੋ ਸਪੋਟਨਿਕ ਹੈ ਜੋ ਫਿਲਹਾਲ ਅਸੀਂ ਇੰਪੋਰਟ ਕਰ ਰਹੇ ਹਾਂ ਇਹ ਦਵਾਈ ਰਸ਼ੀਆ ਤੋਂ ਉਹ ਇੰਡੀਆ ਦੇ ਵਿੱਚ ਉਸ ਦੀ ਪ੍ਰੋਡਕਸ਼ਨ ਹੈ ਸਟਾਰਟ ਹੋ ਜਾਵੇਗੀ ਤਾਂ ਦੋਸਤੋ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ठीक है रशियन डायरेक्ट इन्वेस्टमेंट फंड आर डी आई एफ वेल्थ फंड एंड इंस्टीट्यूट ऑफ इंडिया दोस्तों रशिया दी जो एजेंसी है जिसने दवाई बनाई है स्पुटनिक रशियन डायरेक्ट इन्वेस्टमेंट फंड ठीक है एस आई ने समझौता किया कि अनाउंस कॉपरेशन टू प्रोड्यूस द रशियन स्पुटनिक वैक्सीनेशन अगेंस्ट कोविड अब दोस्तों इस दैक्सीन की इस स्पुटनिक दी जो प्रोडक्शन है सितंबर महीने तो है इंडिया है स्टार्ट हो जाएगी ठीक है दोस्तों इस देर जो इंपोर्टेंट है इस न्यूज़ के साथ इंपोर्टेंट है दोस्तों जिमें कि इतने लिखा है कि जो कोवाशील्ड है दोस्तों इसने ये जो किस कंपनी ने बनाई है एसट्राजेनिका दोस्तों ठीक को है कोवैक्सीन कोवैक्सीन दोस्तों किसने बनाई है ਨੋਵਾ ਵੈਕਸ ਨੇ ਠੀਕ ਹੈ ਅਤੇ ਇਸ ਦੇ ਨਾਲ ਹੀ ਦੋਸਤੋ ਐਂਡ ਕੰਡਕਟਿੰਗ ਆਫ ਜੋ ਹੈ ਅਲੱਗ-ਅਲੱਗ ਜੋ ਕੰਪਨੀਆਂ ਨੇ ਜੋ ਜੋ ਦਵਾਈਆਂ ਬਣਾਈਆਂ ਨੇ ਉਹਨਾਂ ਦੇ ਸਾਰਿਆਂ ਦੇ ਨਾਮ ਇੱਥੇ ਲਿਖੇ ਹੋਏ ਨੇ ਜੀ ਠੀਕ ਹੈ ਤਾਂ ਦੋਸਤੋ ਇਹਨਾਂ ਦੀ ਮੈਨੂਫੈਕਚਰ ਜ਼ਰੂਰੀ ਹੈ ਇੰਡੀਆ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਜੋ ਹੈ ਕੋਵੀ ਸ਼ੀਲਡ ਹੈ ਹਾਲਾਂਕਿ ਹੁਣ ਤਾਂ ਸਾਰੀਆਂ ਹੀ ਦਵਾਈਆਂ ਅਵੇਲੇਬਲ ਹੋ ਗਈਆਂ ਸ਼ੁਰੂਆਤੀ ਦੌਰ ਦੇ ਵਿੱਚ ਹੈ ਜੋ ਕੋਵਾ ਸ਼ੀਲਡ ਹੈ ਜ਼ਿਆਦਾ ਲੱਗੀ ਸੀ ਪੰਜਾਬ ਦੇ ਵਿੱਚ ਠੀਕ ਹੈ ਫਿਲਹਾਲ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਹੁਣੇ ਜੋ ਸਪੁਟਨਿਕ ਵੀ ਹੈ ਅਵੇਲੇਬਲ ਹੋ ਗਈ ਹਾਲਾਂਕਿ ਇਹ ਦੋਸਤੋ ਪੇਡ ਹੈ ਲੇਕਿਨ ਜੋ ਫ੍ਰੀ ਆਫ ਕੋਸਟ ਹੈ ਜੋ ਗਵਰਨਮੈਂਟ ਦੇ ਰਹੀ ਸੀ ਉਹ ਕੋਵਾ ਸ਼ੀਲਡia ਕੋਵੈਕਸਿਨ ਹੀ ਦੇ ਰਹੀ ਸੀ ਤਾਂ ਦੋਸਤੋ ਅਸੀਂ ਯਾਦ ਰੱਖਣਾ ਹੈ ਸਪੋਟਨਿਕ ਦਾ ਨਾਮ ਅਤੇ ਭਾਰਤ ਦੇ ਵਿੱਚ ਬਣਨ ਵਾਲੀਆਂ ਦਵਾਈਆਂ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਇਹ ਸਾਰੇ ਦੇ ਸਾਰੇ ਨਾਮ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਸਾਨੂੰ ਪੇਪਰ ਦੇ ਵਿੱਚ ਨੇ ਆ ਸਕਦੇ ਨੇ ਜੀ ਠੀਕ ਹੈ ਹਾਂਜੀ ਤਾਂ ਬਹੁਤ ਹੀ ਵਧੀਆ ਜੀ ਮੀਨੂ ਨੇ ਜੋ ਹੈ ਵੈਕਸੀਨ ਲਗਵਾ ਲਈ ਹੈ ਜੀ ਠੀਕ ਹੈ ਤਾਂ ਮਨਜੋਤ ਨੇ ਦੋਨੋਂ ਦਵਾਈਆਂ ਲਗਵਾ ਲੀਆਂ ਨੇ ਠੀਕ ਹੈ ਤਾਂ ਸਟੂਡੈਂਟਸ ਇਸ ਤੋਂ ਬਾਅਦ ਅਸੀਂ ਅਗਲਾ ਜੋ ਸੈਕਸ਼ਨ ਹੈ ਦੋਸਤੋ ਐਮਸੀਕਿਊਜ਼ ਦਾ ਉਸ ਦੀ ਸ਼ੁਰੂਆਤ ਕਰਦੇ ਹਾਂ ਠੀਕ ਹੈ ਅਤੇ ਦੋਸਤੋ ਇਸ ਦੇ ਵਿੱਚ ਜੋ ਹੈ ਕਰੰਟ ਅਫੇਅਰਸ ਹੈ ਜੋ ਐਮਸੀਕਿਊਜ਼ ਦੀ ਫਾਰਮ ਦੇ ਵਿੱਚ ਮੈਂ ਲੈ ਕੇ ਆਉਣਾ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਚਾਹਾਂਗਾ ਦੋਸਤੋ ਸੈਸ਼ਨ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਜੀ ਅੱਜ ਕੀ ਦੋਸਤੋ ਇਹ ਜੋ ਐਮਸੀਕਿਊਜ਼ ਦਾ ਸੈਸ਼ਨ ਹੈ ਥੋੜਾ ਸੁੱਕਾ ਹੁੰਦਾ ਹੈ ਬੱਚਿਆਂ ਨੂੰ ਸਮਝਣਾ ਹਾਲਾਂਕਿ ਕੋਸ਼ਿਸ਼ ਹੁੰਦੀ ਹੈ ਕਿ ਟਰਬਿਊਨ ਦੀਆਂ ਖਬਰਾਂ ਵੀ ਤੁਹਾਨੂੰ ਸੁੱਕੇ ਤਰੀਕੇ ਨਾਲ ਸਮਝਾਈਆਂ ਜਾ ਸਕਣ ਠੀਕ ਹੈ ਤਾਂ ਦੋਸਤੋ ਜੋ ਹੈ ਕਰੰਟ ਅਫੇਅਰ ਦੀ ਜਦੋਂ ਮੈਂ ਗੱਲ ਕਰਾਂ ਠੀਕ ਹੈ ਤਾਂ ਬਹੁਤ ਸਾਰੇ ਬੱਚਿਆਂ ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਡਿਮਾਂਡ ਆਈ ਹੈ ਕਿ ਸਰ ਤੁਸੀਂ ਪਿਛਲੇ 6-7 ਮਹੀਨੇ ਦੇ ਕਰੰਟ ਅਫੇਅਰ ਜ਼ਰੂਰ ਕਰਾਓ ਅਤੇ ਉਸ ਨੂੰ ਹੋਰ ਸੌਖੇ ਢੰਗ ਨਾਲ ਕਰਾਓ ਤਾਂ ਦੋਸਤੋ ਬੜੀ ਜਲਦੀ ਮੈਂ ਤੁਹਾਡੇ ਲਈ ਠੀਕ ਹੈ ਸਵੇਰੇ ਦਾ ਇਹ ਸੈਸ਼ਨ ਦਾ ਆਪਣਾ ਚੱਲਦਾ ਰਹੇਗਾ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਤੋਂ ਇਲਾਵਾ ਦੋਸਤੋ ਤੁਹਾਡੇ ਲਈ ਵਨ ਲਾਈਨਰਸ ਲੈ ਕੇ ਆਵਾਂ ਠੀਕ ਹੈ ਤਾਂ ਕਿ ਬੱਚਾ ਨੂੰ ਪੜ੍ਹਨ ਦੇ ਵਿੱਚ ਵੀ ਆਸਾਨੀ ਹੋਵੇ ਠੀਕ ਹੈ ਤਾਂ ਅਪਰੋਕਸੀਮੇਟ ਮੇਰੀ ਕੋਸ਼ਿਸ਼ ਰਹੇਗੀ ਕਿ ਦੋਸਤੋ ਪਿਛਲੇ ਸਾਲ ਦੇ ਦਸੰਬਰ ਜਾਂ ਇਸ ਸਾਲ ਦੀ ਜਨਵਰੀ ਤੋਂ ਲੈ ਕੇ ਹੁਣ ਤੱਕ ਦੇ ਜੁਲਾਈ ਤੱਕ ਦੇ ਜੂਨ ਤੱਕ ਆਨਲਾਈਨ ਦੀ ਫਾਰਮ ਦੇ ਵਿੱਚ ਇਹ ਪ੍ਰੋਵਾਈਡ ਕਰ ਸਕਾਂ ਤਾਂ ਕਿ ਦੋਸਤੋ ਤੁਹਾਨੂੰ ਪੜ੍ਹਨਾ ਹੋਰ ਆਸਾਨ ਹੋ ਸਕੇ ਨਾਲ ਹੀ ਨਾਲ ਇਹ ਜੋ ਸਾਡਾ ਕਰੰਟ ਅਫੇਅਰ ਹੈ ਦੋਸਤੋ ਇਸ ਦੇ ਵਿੱਚ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਹੀ ਪਿਛਲੇ 6 ਮਹੀਨੇ 8 ਮਹੀਨੇ ਦੇ ਜੋ ਕਰੰਟ ਅਫੇਅਰਸ ਨੇ ਉਹਨਾਂ ਨੂੰ ਤੋੜ-ਤੋੜ ਕੇ ਅਲੱਗ-ਅਲੱਗ ਸੈਕਸ਼ਨਸ ਨੂੰ ਦੋਸਤੋ ਤੁਹਾਡੇ ਲਈ ਲੈ ਕੇ ਆ ਸਕਾਂ ਜਿਵੇਂ ਕਿ ਅੱਜ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਕਿ ਜੋ ਜੂਨ ਮਹੀਨੇ ਦੀਆਂ ਸਾਰੀਆਂ ਇੰਪੋਰਟੈਂਟ ਅਪੁਆਇੰਟਮੈਂਟਸ ਨੇ ਠੀਕ ਹੈ ਤਾਂ ਦੋਸਤੋ ਆਇਸਤਾ ਆਇਸਤਾ ਮੈਂ ਪਿਛਲੇ 6-7 ਮਹੀਨੇ ਦੀਆਂ ਜੋ ਇੰਪੋਰਟੈਂਟ ਅਪੁਆਇੰਟਮੈਂਟਸ ਨੇ ਅ एग्रीमेंट्स ने ठीक है वो सारे दे, सारे मैं इस करंट अफेयर सैशन के दे करा देंग हालांकि मेरा वन लाइनर का जैशन है जो 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 दोस्तो मैं कोशिश करा या तो मैं इसे इनकलूड कराँगा या इस तो अलग दोस्तों थोड़ा बनावगा जी ठीक है हाँ जी तो कुछ बच्चे हाँ जी बिल्कुल जी बिल्कुल पी डी एफ बना के थोड़े ना शेयर कर देंगे जी ठीक है तो सारे ने हाँ जी वैक्सीन बारे ही चलो गल्बंत चल रही हैं दोस्तों जो है एम सी क्यूज की शुरुआत करते हैं शेयर लाइक जरूर कर दो एक बार तो दोस्तों पहला जो प्रश्न है जी पहला प्रश्न दोस्तों है साडा सा पहले एल एन जी ठीक है प्लांट ना जुड़ा हुआ दोस्तों ठीक है तो दोस्तों इंडिया का पहला ये एल एन जी प्लांट है दोस्तों ये जो लगाया है एक प्राइवेट फर्म ने लगाया है जिसका नाम है बैद्यानाथ ਆਯੁਰਵੈਦਿਕ ਗਰੁੱਪ ਦੋਸਤੋ ਠੀਕ ਹੈ ਤਾਂ ਇਹ ਦੱਸਣਾ ਹੈ ਅਸੀਂ ਕਿ ਬੈਦਨਾਥ ਆਯੁਰਵੈਦਿਕ ਗਰੁੱਪ ਨੇ ਇੰਡੀਆ ਦਾ ਪਹਿਲਾ ਪ੍ਰਾਈਵੇਟ ਐਲ ਐਨ ਜੀ ਪਲਾਂਟ ਹੈ ਦੋਸਤੋ ਕਿੱਥੇ ਲਗਾਇਆ ਹੈ ਠੀਕ ਹੈ ਤਾਂ ਦੋਸਤੋ ਇਹ ਜੋ ਪਲਾਂਟ ਹੈ ਪਹਿਲਾ ਐਲ ਐਨ ਜੀ ਪਲਾਂਟ ਇਹ ਲੱਗਿਆ ਹੈ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦਾ ਸ਼ਹਿਰ ਹੈ ਦੋਸਤੋ ਨਾਗਪੁਰ ਤਾਂ ਨਾਗਪੁਰ ਦੇ ਵਿੱਚ ਇਸ ਨੂੰ ਲਗਾਇਆ ਗਿਆ ਅਤੇ ਦੋਸਤੋ ਇਸ ਦੀ ਜੋ ਇਨੋਗਰੇਸ਼ਨ ਹੈ ਉੱਥੋਂ ਦੇ ਜੋ ਐਮਪੀ ਨੇ ਜਿਨ੍ਹਾਂ ਦਾ ਨਾਮ ਹੈ ਨਿਤਨ ਗੜਕਰੀ ਜੀ ਨੇ ਦੋਸਤੋ ਕੀਤੀ ਹੈ ਠੀਕ ਹੈ ਤਾਂ ਲਿਕੁਫਾਈਡ ਨੇਚਰਲ ਗੈਸ ਦੋਸਤੋ ਇਹ ਜੋ ਲਿਕੁਇਫਾਈਡ ਨੈਚੁਰਲ ਗੈਸ ਹੈ ਠੀਕ ਹੈ ਕਿਉਂਕਿ ਦੋਸਤੋ ਔਨ ਵਾਲੇ ਦਿਨਾਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜੋ ਪੈਟਰੋਲ ਡੀਜ਼ਲ ਜਿਸ ਤੇ ਦੋਸਤੋ ਮੰਗੋਂ ਲਈ ਉਸ ਨੂੰ ਇੰਪੋਰਟ ਕਰਨ ਲਈ ਸਾਡਾ ਬਹੁਤ ਸਾਰਾ ਪੈਸਾ ਡਾਲਰ ਖਰਚ ਹੋ ਜਾਂਦੇ ਨੇ ਤਾਂ ਉਸ ਦਾ ਸਬਸਟੀਟਿਊਟ ਹੈ ਅਸੀਂ ਇੱਥੇ ਬਣਾ ਸਕੀਏ ਤਾਂ ਦੋਸਤੋ ਜੋ ਐਲ ਐਨ ਜੀ ਪਲਾਂਟ ਹੈ ਇੱਥੇ ਉਮੀਦ ਹੈ ਕਿ ਜੋ ਇਥਨੋਲ ਹੈ ਦੋਸਤੋ ਇਥਨੋਲ ਦੀ ਜੋ ਪ੍ਰੋਡਕਸ਼ਨ ਹੈ ਵਧੇਗੀ ਅਤੇ ਸਾਡੇ ਟਾਰਗੇਟ ਨੇ ਲਗਭਗ ਕਿ ਅਸੀਂ 2030 ਤੱਕ ਹੈ ਦੋਸਤੋ ਪੈਟਰੋਲ ਦੀ ਜੋ ਖਪਤ ਹੈ 20% ਤੱਕ ਘਟਾ ਕੇ ਇਥਨੋਲ ਦੇ ਜੋ ਯੂਜ਼ ਹੈ उसने ले आईए दोस्तों ठीक है तो बहुत ही ज्यादा इंपोर्टेंट है ठीक है इथोनोल में बनाने लोस्तों इस एल एन जी प्रोजेक्ट की शुरुआत की है इसकी शुरुआत की है बैद्यनाथ आयुर्वेदिक ग्रुप ने दोस्तों ये शुरुआत हुई है नागपुर महाराष्ट्र तो जी ठीक है फिर दूजा प्रश्न है जी दोस्तों बंगा, ब, बंग 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 बंधु शेख मुजीबर रहमान दोस्तों बंग बंधु शेख मुजीबर रहमान ठीक है तो यह दोस्तों जो है जो शेख मुजीबर रहमान ने ठीक है तो ਇਹ ਜੋ 2021 ਦਾ ਜੋ ਸਾਲ ਹੈ ਠੀਕ ਹੈ 2021 ਦਾ ਸਾਲ ਹੈ ਇਹ ਇਹਨਾਂ ਦੀ 100ਵਾਂ ਜੋ ਬਰਥਡੇ ਹੈ ਦੋਸਤੋ 100ਵਾਂ ਜੋ ਇਹਨਾਂ ਦੀ ਜੋ ਬਰਥ ਯੂਨੀਵਰਸਿਟੀ ਚੱਲ ਰਹੀ ਹੈ ਹੁਣ ਬਹੁਤ سارے ਸਟੂਡੈਂਟ ਸੋਚ ਰਹੇ ਹੋਣਗੇ ਕਿ ਇਹ ਹੈ ਕੌਣ ਦੋਸਤੋ ਇਹ ਜੋ ਸ਼ੇਖ ਮੁਜੀਬਰ ਰਹਿਮਾਨ ਨੇ ਇਹ ਬੰਗਲਾਦੇਸ਼ ਦੀ ਜੋ ਪ੍ਰਾਈਮ ਮਿਨਿਸਟਰ ਹੈ ਸ਼ੇਖ ਹਸਿਨਾ ਉਹਨਾਂ ਦੇ ਫਾਦਰ ਸਾਹਿਬ ਨੇ ਤਾਂ ਹੁਣ ਦੋਸਤੋ ਇੰਡੀਅਨ ਗਵਰਨਮੈਂਟ ਨੇ ਕੀ ਕੀਤਾ ਇਹਨਾਂ ਦੇ ਨਾਮ ਤੋਂ ਦੋਸਤੋ ਤਾਂ ਕਿ ਸਾਡੇ ਦੋਨਾਂ ਕੰਟਰੀਜ਼ ਦੇ ਜੋ ਰਿਲੇਸ਼ਨਸ ਨੇ ਹੋਰ ਬੈਟਰ ਹੋ ਸਕਣ ਤਾਂ ਇੱਕ ਬੰਗ ਬੰਧੂ ਛੇ ਹੇ ਦੋਸਤੋ ਉਸ ਦੀ ਐਸਟੈਬਲਿਸ਼ਮੈਂਟ ਕੀਤੀ ਹੈ ਬੰਗ ਬੰਦੂ ਚੇਅਰ ਦਾ ਮਤਲਬ ਹੈ ਕਿ ਕਿਸੇ ਇੱਕ ਯੂਨੀਵਰਸਿਟੀਆਂ ਦੇ ਵਿੱਚ ਦੋਸਤੋ ਉਹਨਾਂ ਬਾਰੇ ਪੜਾਇਆ ਜਾਵੇਗਾ ਠੀਕ ਹੈ ਇੱਕ ਅਲੱਗ ਤੋਂ ਡਿਪਾਰਟਮੈਂਟ ਬਣਾਇਆ ਜਾਵੇਗਾ ਜਿਵੇਂ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖਦੇ ਹੋ ਦੋਸਤੋ ਵਿਵੇਕਾਨੰਦ ਸਟਡੀ ਹੁੰਦੀ ਹੈ ਕਿਤੇ ਗਾਂਧੀਨ ਸਟਡੀ ਹੁੰਦੀ ਹੈ ਦੋਸਤੋ ਊਮਨ ਸਟਡੀ ਹੁੰਦੀ ਹੈ ਤਾਂ ਉਸੇ ਤਰ੍ਹਾਂ ਇਹਨਾਂ ਨਾਲ ਵੀ ਜੋ ਰਿਲੇਟਡ ਹੈ ਕੁਝ ਜੋ ਦੋਸਤੋ ਸਟੱਡੀ ਹੋਏਗੀ ਠੀਕ ਹੈ ਤਾਂ ਇਹਨਾਂ ਦੇ ਨਾਮ ਤੇ ਇੱਕ ਚੇਅਰ ਹੈ ਬਣਾਈ ਜਾਏਗੀ ਦੋਸਤੋ ਤਾਂ ਦੱਸਣਾ ਹੈ ਕਿ ਇਹ ਜੋ ਬੰਗ ਬੰਦੂ ਚੇਅਰ ਹੈ ਕਿਸ ਯੂਨੀਵਰਸਿਟੀ ਦੇ ਵਿੱਚ ਸਟਾਰਟ ਹੋਏਗੀ ਦਿੱਲੀ ਪਬਲਿਕ ਲਾਇਬ੍ਰੇਰੀ ਪਾਰਲੀਮੈਂਟ ਆਫ ਇੰਡੀਆ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਜਾਂ ਸੈਂਟਰਲ ਸੈਕਟਰੀਟ ਲਾਇਬ੍ਰੇਰੀ ਤਾਂ ਜੋ ਕੁਝ ਬੱਚਿਆਂ ਨੇ ਆਨਸਰ ਦਿੱਤਾ ਹੈ ਵਾਸੂ ਸ਼ਰਮਾ ਵੈਰੀ ਗੁੱਡ ਠੀਕ ਹੈ ਤਾਂ ਜੋ ਬੱਚੇ ਜੋ ਇਸ ਦਾ ਸਹੀ ਆਨਸਰ ਹੈ दैट इज द ਦਿੱਲੀ ਯੂਨੀਵਰਸਿਟੀ ਦੋਸਤੋ ਠੀਕ ਹੈ ਤਾਂ ਦਿੱਲੀ ਯੂਨੀਵਰਸਿਟੀ ਹੈ ਦੋਸਤੋ ਉੱਥੇ ਇਹ ਬੰਗ ਬੰਦੂ ਜੋ ਚੇਅਰ ਹੈ ਰੱਖੀ ਜਾਏਗੀ ਅਤੇ ਦੋਸਤੋ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ 100ਵੀਂ ਬਰਥ ਅਨਿਵਰਸਰੀ ਹੈ ਨਾਰਿੰਗਨਾਰ 1971 ਦੇ ਵਿੱਚ ਦੋਸਤੋ ਠੀਕ ਹੈ 1971 ਦੀ ਜੰਗ ਨੂੰ ਵੀ 50 ਸਾਲ ਪੂਰੇ ਹੋ ਰਹੇ ਨੇ ਇਸੇ ਜੰਗ ਤੋਂ ਬਾਅਦ ਇਹ ਜੋ ਕੰਟਰੀ ਸੀ ਦੋਸਤੋ ਜਿਸ ਦਾ ਨਾਮ ਪਹਿਲਾਂ ਈਸਟ ਪਾਕਿਸਤਾਨ ਹੋਇਆ ਕਰਦਾ ਸੀ ਉਸ ਨੂੰ ਇੱਕ ਨਵਾਂ ਨਾਮ ਦਿੱਤਾ ਸੀ ਸਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਸ਼ਾ ਦੇ ਆਧਾਰ ਤੇ ਦੋਸਤੋ ਬੰਗਲਾਦੇਸ਼ ਤਾਂ ਬੰਗਲਾਦੇਸ਼ ਦੇ 50 ਸਾਲ ਵੀ ਹੈ ਬਣਨ ਦੇ ਪੂਰੇ ਹੋ ਰਹੇ ਨੇ 1971 ਤੋਂ 1921 ਦੇ ਵਿੱਚ ਠੀਕ ਹੈ ਤਾਂ ਦੋਸਤੋ ਯਾਦ ਰੱਖਣਾ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਹ ਚੇਅ ਰੱਖੀ ਜਾ ਰਹੀ ਹੈ ਫਿਰ ਦੋਸਤੋ ਫਾਈਨਾਂਸ ਮਿਨਿਸਟਰਸ ਦੇ ਠੀਕ ਹੈ ਅਤੇ ਦੋਸਤੋ ਜੋ ਸੈਡੇ ਸੈਂਟਰਲ ਬੈਂਕ ਨੇ ਠੀਕ ਹੈ ਜਿਵੇਂ ਇੰਡੀਆ ਦਾ ਸੈਂਟਰਲ ਬੈਂਕ ਕਿਹੜਾ ਹੈ ਆਰਬੀਆ ਹਾਂ ਦੋਸਤੋ ਉਹਨਾਂ ਦੇ ਗਵਰਨਰਸ ਦੀ ਇੱਕ ਮੀਟਿੰਗ ਹੋਈ ਹੈ ਜੀ 20 ਦੀ ਤਾਂ ਦੋਸਤੋ ਇਹ ਜੋ ਜੀ 20 ਮੀਟਿੰਗ ਹੈ ਠੀਕ ਹੈ ਇਹ ਦੋਸਤੋ ਕਿੱਥੇ ਹੋਈ ਹੈ ਮੈਂ ਤੁਹਾਨੂੰ ਆਲਰੇਡੀ ਦੋਸਤੋ ਦੱਸ ਚੁੱਕੇ ਹਾਂ ਕਿ ਚਾਹੇ ਉਹ ਬ੍ਰਿਕਸ ਹੋਵੇ ਜੀ 20 ਹੋਵੇ ਜੀ 7 ਹੋਵੇ ਉਹਨਾਂ ਦੇ ਜਿੰਨੀਆਂ ਵੀ ਮੀਟਿੰਗਸ ਹੋਣਗੀਆਂ ਇੱਕ ਸਾਲ ਦੇ ਵਿੱਚ ਦੋਸਤੋ ਉਹ ਇੱਕੋ ਹੀ ਦੇਸ਼ ਦੇ ਵਿੱਚ ਹੋਣਗੀਆਂ ਸ਼ਹਿਰ ਅਲੱਗ-ਅਲੱਗ ਹੋ ਸਕਦੇ ਨੇ ਜਿਵੇਂ ਮੈਂ ਬ੍ਰਿਕਸ ਦੀਆਂ ਦੋਸਤੋ ਵੱਖਰੀਆਂ-ਵੱਖਰੀਆਂ ਮੀਟਿੰਗ <laughs> दोस्तों जो है आप नहीं कह सकते कोई नागपुर होया कोई बॉम्बे होया कोई दिल्ली वर्चुअल तो वर्चुअल है लेकिन दोस्तों जी सैवन क्योंकि जो फिजिकल हो रही है तो दोस्तों वो अलग अलग शहरों के हो सकते लेकिन देश उही रहेगा ठीक है जिमेंसी जो जी सैवन है वह यूके असी एस सी यू है तुरमेकिस्तानी स एशियान ब्र्यूनी ब्रिक्स इंडिया के उस तरह जो जी ट्वेंटी है दोस्तों उसका सही आंसर है काफ़ी बच्चों ने दे भी दिता है आंसर बहुत ही वजिया जो हर रोज़ रेगूलर नहीं जी सही आंसर दे रहे दोस्तों नाम है ਇਟਲੀ ਠੀਕ ਹੈ ਤਾਂ ਜੀ 20 ਦੋਸਤੋ ਇਹ ਜੋ ਮੀਟਿੰਗ ਹੈ ਇਟਲੀ ਦੇ ਵਿੱਚ ਹੋ ਰਹੀ ਹੈ ਇਟਲੀ ਦੇ ਕਿਹੜੇ ਸ਼ਹਿਰ ਦੇ ਵਿੱਚ ਵੈਨਿਸ ਦੇ ਵਿੱਚ ਦੋਸਤੋ ਹੋ ਰਹੀ ਹੈ ਇੱਕੋ ਹੀ ਆਪਸ਼ਨ ਸੀ ਇਟਲੀ ਵਾਲਾ ਤਾਂ इजीली ਤੁਸੀਂ ਆਨਸਰ ਇਸ ਨੂੰ ਦੇ ਸਕਦੇ ਹੋ ਜੀ ਠੀਕ ਹੈ ਫਿਰ ਦੋਸਤੋ ਅਗਲਾ ਪ੍ਰਸ਼ਨ ਚੌਥਾ ਪ੍ਰਸ਼ਨ ਹੈ ਠੀਕ ਹੈ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਆਰਗੇਨਾਈਜੇਸ਼ਨ ਹੈ ਠੀਕ ਹੈ ਜਿਸਨੇ ਦੋਸਤੋ ਕੋਵਿਡ ਨਾਲ ਜੋ ਕੋਵਿਡ ਨਾਲ ਜੁੜੇ ਜੋ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਫੈਕਟ ਹੋਇਆ ਹੈ ਦੋਸਤੋ ਉਹਨਾਂ ਦੇਸ਼ਾਂ ਲਈ ਹੈ ਦੋਸਤੋ 650 बिलियन यूएस डॉलर ਦਾ ਦੋਸਤੋ ਜੋ ਹੈ ਅੰਡਰ एसडीआर ਸਕੀਮ ਹੈ ਪੈਸਾ ਦਿੱਤਾ ਹੈ ਠੀਕ ਹੈ ਤਾਂ ਇਹ ਜੋ ਕੁਐਸਚਨ ਦੋਸਤੋ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਤਾਂ ਸਪੈਸ਼ਲ ਡਰਾਇੰਗ ਰਾਈਟ ਦੇ ਤਹਿਤ ਹੈ 650 ਬਿਲੀਅਨ ਦਾ ਜੋ ਆਈਐਮਐਫ ਨੇ ਹੈਲਪ ਕੀਤੀ ਹੈ ਤਾਂ ਦੋਸਤੋ ਇੰਨਾ ਵੱਡਾ ਲੋਨ ਹੈ ਕਦੇ ਵੀ ਨਹੀਂ ਦਿੱਤਾ ਗਿਆ ਠੀਕ ਹੈ ਤਾਂ ਦੋਸਤੋ ਜੋ ਹੈ ਗੱਲਾਂ-ਗੱਲਾਂ ਦੇ ਵਿੱਚ ਮੇਰਾ ਅਨਸਰ ਵੀ ਆ ਗਿਆ ਹੈ ਇਸ ਕੁਐਸਚਨ ਦਾ ਮੇਰੇ ਮੂੰਹ ਦੇ ਉੱਪਰ ਠੀਕ ਹੈ ਤਾਂ ਦੋਸਤੋ ਯਾਦ ਰੱਖਣਾ ਇੱਥੇ ਕਿ ਦੁਨੀਆ ਦੇ ਜੋ ਸਭ ਤੋਂ ਵੱਡੇ ਬੈਂਕ ਹਜੇ ਤੱਕ ਜੋ ਕਹੇ ਜਾਂਦੇ ਨੇ ਠੀਕ ਹੈ ਹੋ ਸਕਦਾ ਹੈ ਕਿ ਫਿਊਚਰ ਦੇ ਵਿੱਚ ਚਾਈਨਾ ਦੇ ਐਨਡੀਬੀ ਜਾਂ ਏਆਈਬੀ ਉਹਨਾਂ ਨੂੰ ਕ੍ਰੋਸ ਕਰ ਦਨ ਲੇਕਿਨ ਫਿਲਹਾਲ ਇਹ ਜੋ ਦੋ ਵੱਡੇ ਬੈਂਕ ਨੇ ਦੋਸਤੋ ਇਹਨਾਂ ਦੋਨਾਂ ਬੈਂਕਾਂ ਦੀ ਸ਼ੁਰੂਆਤ 1945 ਦੇ ਵਿੱਚ ਕੀਤੀ ਗਈ ਸੀ ਪਹਿਲਾ ਬੈਂਕ ਹੈ ਵਰਲਡ ਬੈਂਕ ਅਤੇ ਦੂਜਾ ਹੈ ਦੋਸਤੋ ਆਈਐਮਐਫ ਠੀਕ ਹੈ ਜਿਸ ਦਾ ਜੋ ਫੁੱਲ ਫਾਰਮ ਹੈ ਇੰਟਰਨੈਸ਼ਨਲ ਮੋਨਟਰੀ ਫੰਡ ਹੈ ਦੋਸਤੋ ਇਹ ਜੋ ਵਰਲਡ ਬੈਂਕ ਤੇ ਆਈਐਮਐਫ ਠੀਕ ਹੈ ਆਮ ਤੌਰ ਤੇ ਇਹਨਾਂ ਦਾ ਜੋ ਮੇਨ ਜੋ ਮਕਸਦ ਨੇ ਮੁੱਖ ਕੰਮ ਨੇ ਕਿ ਉਹ ਨੇ ਲੋਨ ਦੇਣਾ ਜ਼ਰੂਰਤ ਦੇ ਸਮੇਂ ਤੇ ਉਧਾਰ ਦੇਣਾ ਲੇਕਿਨ ਉਧਾਰ ਦੋਸਤੋ ਕਿਸ ਕੰਡੀਸ਼ਨਸ ਦੇ ਵਿੱਚ ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਜੋ ਵਰਲਡ ਬੈਂਕ ਹੈ ਦੋਸਤੋ ਜੇ ਕਿਸੇ ਕੰਟਰੀ ਦੇ ਵਿੱਚ ਇਨਫਰਾਸਟ੍ਰਕਚਰ ਦੀ ਕੋਈ ਜ਼ਰੂਰਤ ਹੋਵੇ ਚਾਹੇ ਸੜਕਾਂ ਬਣਾਉਣ ਦੀ ਗੱਲ ਹੋਵੇ ਦੋਸਤੋ ਹਸਪਤਾਲ ਬਣਾਉਣ ਦੀ ਗੱਲ ਹੋਵੇ ਸਕੂਲ ਬਣਾਉਣ ਦੀ ਗੱਲ ਹੋਵੇ ਜਾਂ ਫਿਰ ਦੋਸਤੋ ਉੱਥੇ ਕੋਈ ਨੇਚਰਲ ਡਿਜ਼ਾਸਟਰ ਆ ਜਾਏ ਠੀਕ ਹੈ ਜੀ ਨੇਚਰਲ ਡਿਜ਼ਾਸਟਰ ਠੀਕ ਹੈ ਤੁਸੀਂ ਕਹਿ ਸਕਦੇ ਹੋ ਕਿ ਤੂਫਾਨ ਆ ਗਿਆ ਬਾੜ ਆ ਗਈ ਜਾਂ ਫਿਰ ਦੋਸਤੋ ਕੋਈ ਮਹਾਮਾਰੀ ਫੈਲ ਜਾਏ ਮਹਾਮਾਰੀ ਦੇ ਟਾਈਮ ਪੀਰੀਅਡ ਤੇ ਵੀ ਦੋਸਤੋ ਜਿਵੇਂ ਪੋਲੀਓ ਲਈ ਏਡਜ਼ ਲਈ ਬਹੁਤ ਫੰਡ ਦਿੱਤਾ ਵਰਲਡ ਬੈਂਕ ਨੇ ਲੇਕਿਨ ਦੋਸਤੋ ਆਈਐਮਐਫ ਹੈ ਇਹ ਬਿਲਕੁਲ ਇਸ ਦੇ ਵਿਪਰੀਤ ਇਹ ਲੋਨ ਉਸ ਟਾਈਮ ਪ੍ਰੋਵਾਈਡ ਕਰਦਾ ਹੈ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਦੋਸਤੋ ਤੁਸੀਂ ਕਹਿ ਸਕਦੇ ਹੋ ਫੋਰਨ ਰਿਜ਼ਰਵ ਡੈਫੀਸ਼ੀਟ ਆ ਜਾਏ ਦੋਸਤੋ ਠੀਕ ਹੈ ਫੋਰਨ ਰਿਜ਼ਰਵ ਡੈਫੀਸ਼ੀਟ ਦਾ ਮਤਲਬ ਹੈ ਦੋਸਤੋ ਉਹਨਾਂ ਕੋਲ ਉਹ ਜੋ ਵਿਦੇਸ਼ੀ ਕਰੰਸੀ ਜਾਂ ਜੋ ਕਰੰਸੀਸ ਦੁਨੀਆ ਭਰ ਦੇ ਵਿੱਚ ਚੱਲਦੀਆਂ ਨੇ ਯੂ ਐਸ ਡਾਲਰ ਠੀਕ ਹੈ ਜਾਂ ਯੂ ਕੇ ਦਾ ਪੌਂਡ ਠੀਕ ਹੈ ਨਾ ਹੋਣ ਠੀਕ ਹੈ ਕਿਉਂਕਿ ਦੋਸਤੋ ਜੋ ਤੁਸੀਂ ਕੋਵਿਡ ਕਰਕੇ ਕੀ ਹੋਇਆ ਪਿਛਲੇ ਕਾਫੀ ਸਮੇਂ ਦੇ ਵਿੱਚ ਹੈ ਲੋਕਾਂ ਦੇ ਇੰਪੋਰਟ ਐਕਸਪੋਰਟ ਤੇ ਜਾਂ ਦੋਸਤੋ ਜੋ ਵਪਾਰ ਤੇ ਇਕਨੋਮਿਕਸ ਤੇ ਬਹੁਤ ਵੱਡਾ ਇਫੈਕਟ ਪਿਆ ਤਾਂ ਦੋਸਤੋ ਉਹਨਾਂ ਦੀ ਮਦਦ ਲਈ ਕਿਉਂਕਿ ਉਹਨਾਂ ਕੰਟਰੀਜ਼ ਕੋਲ ਹੈ ਮਦਦ ਦਾ ਕੋਈ ਵੀ ਸੰਸਾਧਨ ਨਹੀਂ ਹੈ ਤਾਂ ਆਈਐਮਐਫ ਨੇ ਹੁਣ 650 ਯੂਐਸ ਡਾਲਰ ਦਾ ਜੋ ਮਦਦ ਹੈ ਉਹਨਾਂ ਨੂੰ ਕੀਤੀ ਹੈ ਦੋਸਤੋ ਤਾਂ ਇਸ ਦਾ ਆਨਸਰ ਹੈ ਆਈਐਮਐਫ ਇੰਟਰਨੈਸ਼ਨਲ ਮੌਨਟਰੀ ਫੰਡ ਦੋਸਤੋ ਦੋਨਾਂ ਇਹ ਬੈਂਕਾਂ ਦਾ ਜੋ ਹੈੱਡਕੁਆਟਰ ਹੈ ਠੀਕ ਹੈ ਇਹ ਜੋ ਦੋਨੋਂ ਬੈਂਕ ਨੇ ਇਹਨਾਂ ਦੋਨਾਂ ਬੈਂਕਾਂ ਦਾ ਜੋ ਹੈੱਡਕੁਆਟਰ ਹੈ ਉਹ ਹੈ ਜੀ ਵਾਸ਼ਿੰਗਟਨ ਦੇ ਵਿੱਚ ਠੀਕ ਹੈ ਜੀ ਵਾਸ਼ਿੰਗਟਨ ਦੇ ਵਿੱਚ ਅਤੇ ਨਾਲ ਹੀ ਨਾਲ ਦੋਸਤੋ ਇਹ ਜੋ SDR ਸ਼ਬਦ ਇੱਥੇ ਯੂਜ਼ ਕੀਤਾ ਗਿਆ ਠੀਕ ਹੈ ਇਸ ਬਾਰੇ ਵੀ ਮੈਂ ਥੋੜਾ ਦੱਸ ਦੇਣਾ ਠੀਕ ਹੈ ਤਾਂ SDR ਦਾ ਫੁੱਲ ਫਾਰਮ ਤਾਂ ਤੁਹਾਨੂੰ ਆਲਰੇਡੀ ਪਤਾ ਲੱਗ ਚੁੱਕਿਆ ਜੀ ਠੀਕ ਹੈ ਦੈਟ ਇਜ਼ ਦਾ ਸਪੈਸ਼ਲ ਡਰਾਇੰਗ ਰਾਈਟ ਅਤੇ ਦੋਸਤੋ ਸਪੈਸ਼ਲ ਡਰਾਇੰਗ ਰਾਈਟ ਹੁੰਦਾ ਕੀ ਹੈ ਕਿ ਜਿੰਨਾ ਤੁਹਾਡਾ आई एम एफ़ केसा है दोस्तों जो उन्नीस सौ पताली बनी सी ऑर्गनाइजेन हर एक कंट्री ने आपदा हिस्सा पाया सी। इंडिया ने भी अपना हिस्सा पाया सी दोस्तों जो इंडिया का जो हिस्सा है उत्तर फिलहाल टू पॉइंट सिक्स प्रसेंट है जी ठीक है दो पॉइंट छः प्रसेंट तो दोस्तों एस डी आर का मतलब है कि जिन्ना उत्थ हिस्सा होगा उन्ना पैसा तुम उदड्रॉ कर सकते हो एज ए लोन ठीक है स्पैशल ड्रॉ ड्रॉइंग राइट ठीक है तो दोस्तों जो स्पैशल ड्राॅइंग रइट है अक्सर उस वक्त है यूज़ कर उस वक्त आई एम एफ ਪਰਵਾਇਡ ਕਰਦਾ ਹੈ ਜਦੋਂ ਕਿਸੇ ਕੰਟਰੀ ਦਾ ਜੋ ਫਿਸਕਲ ਡੈਫੀਸਿਟ ਹੋ ਜਾਏ ਸਪੈਸ਼ਲੀ ਫੋਰਨ ਕਰੰਸੀ ਦੇ ਮਾਮਲੇ ਦੇ ਵਿੱਚ ਜਦੋਂ ਉਹਨਾਂ ਕੋਲ ਉਹ ਕਰੰਸੀ ਹੀ ਨਾ ਹੋਵੇ ਜਿਸ ਤੋਂ ਉਹ ਬਾਹਰਲੇ ਦੇਸ਼ਾਂ ਤੋਂ ਦੋਸਤੋਂ ਖਾਣ ਦੀਆਂ ਪੀਣ ਦੀਆਂ ਜਾਂ ਜ਼ਰੂਰਤਮੰਦ ਜੋ ਚੀਜ਼ਾਂ ਹੈ ਮੰਗਵਾ ਨਾ ਸਕਣ ਤਾਂ ਉਸ ਵਕਤ ਆਈਐਮਐਫ ਉਹਨਾਂ ਕੰਟਰੀਜ਼ ਦੀ ਹੈਲਪ ਕਰਦਾ ਹੈ ਜੀ ਠੀਕ ਹੈ ਤਾਂ ਦੋਸਤੋਂ ਬੜਾ ਇੰਪੋਰਟੈਂਟ ਕੁਐਸਚਨ ਹੈ ਅਗਲਾ ਕੁਐਸਚਨ ਹੈ ਦੋਸਤੋਂ ਇਹ ਕੁਐਸਚਨ ਦੱਸਣੇ ਕਿ ਫਿਲਹਾਲ ਇੱਥੇ ਇਲੈਕਸ਼ਨ ਹੋਏ ਦੋਸਤੋ ਦੱਸਣਾ ਹੈ ਕਿਸ ਕੰਟਰੀ ਦੇ ਵਿੱਚ ਅਤੇ ਦੁਬਾਰਾ ਤੋਂ ਉੱਥੇ ਪ੍ਰਾਈਮ ਮਿਨਿਸਟਰ ਚੁਣ ਕੇ ਆਏ ਨੇ ਅਬੀ ਅਹਿਮਦ ਠੀਕ ਹੈ ਅਬੀ ਅਹਿਮਦ ਪ੍ਰੋਸਪਰਿਟੀ ਉਹਨਾਂ ਦੀ ਜੋ ਪਾਰਟੀ ਹੈ ਜੀ ਪ੍ਰੋਸਪਰਿਟੀ ਪਾਰਟੀ ਹੈ ਉਹਨਾਂ ਨੇ ਮੈਜੋਰਿਟੀ ਜਿੱਤੀ ਹੈ ਦੋਸਤੋ ਤਾਂ ਅਸੀਂ ਦੱਸਣੇ ਅਬੇ ਅਹਿਮਦ ਹੈ ਕਿਸ ਦੇਸ਼ ਦੇ ਦੁਬਾਰਾ ਤੋਂ ਪ੍ਰਾਈਮ ਮਿਨਿਸਟਰ ਬਣੇ ਨੇ ਇਰੀਟਰੀਆ ਯੂਗਾਂਡਾ ਤੰਜ਼ਾਨੀਆ ਇਥੋਪੀਆ ਨਾਈਜੀਰੀਆ ਤਾਂ ਦੋਸਤੋ ਅਫਰੀਕਾ ਦਾ ਇਹ ਨੇਸ਼ਨ ਹੈ ਅਫਰੀਕਾ ਦਾ ਕੰਟਰੀ ਹੈ ਨਾਮ ਹੈ ਇਸ ਦਾ ਇਥੋਪੀਆ ਜੀ ਠੀਕ ਹੈ ਇਥੋਪੀਆ ਦੇ ਇਹ ਦੁਬਾਰਾ ਤੋਂ ਦੋਸਤੋ 5 ਸਾਲ ਲਈ ਪ੍ਰਾਈਮ ਮਿੰისტਰ ਬਣੇ ਨੇ ਨਾਲ ਹੀ ਨਾਲ ਮੈਨੂੰ ਜਲਦੀ ਨਾਲ ਦੱਸੋ ਦੋਸਤੋ ਹਾਈਤੀ ਦੇ ਰਾਸ਼ਟਰਪਤੀ ਦਾ ਨਾਮ ਦੱਸੋ ਜਿਨ੍ਹਾਂ ਨੂੰ ਹੈ ਰੀਸੈਂਟਲੀ ਮਰਡਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਹੈ ਗੋਲੀ ਚਲਾ ਕੇ ਹੈ ਮਾਰ ਦਿੱਤਾ ਗਿਆ ਸੀ ਠੀਕ ਹੈ ਤਾਂ ਜਲਦੀ ਨਾਲ ਉਹਨਾਂ ਦਾ ਨਾਮ ਹੈ ਮੈਨੂੰ ਦੱਸੋ ਹਾਈਤੀ ਦੇ ਪ੍ਰੈਜ਼ੀਡੈਂਟ ਦਾ ਜੀ ਠੀਕ ਹੈ ਤਾਂ ਦੋਸਤੋ ਮੈਂ ਅਗਲੇ ਪ੍ਰਸ਼ਨ 'ਤੇ ਤਰਫ ਚੱਲਦੇ ਹਾਂ ਅਗਲਾ ਜੋ ਪ੍ਰਸ਼ਨ ਹੈ ਦੋਸਤੋ ਕਿ ਅਗਲਾ ਜੋ ਪ੍ਰਸ਼ਨ ਹੈ ਜੇ ਤੁਸੀਂ ਕਰੰਟ ਅਫੇਅਰ छः सत्त महीने तो भी देखते हो तो ईजीली इसका आंसर दे इस दोगे तो दोस्तों इसरो ने रीसेंटली अपना एक सैटेलाइट लॉन्च किया जिसका नाम है, -1, है? दा है दा, जी सैट वन ठीक है जियो इमेजिंग सैटेलाइट वन इसका फुल फॉर्म है जी सैट का जियो इमेजिंग सैटेलाइट तो दोस्तो यो जी सैट है ये लॉन्च कितों किता गया है दोस्तों ठीक है तो इसरो ने विक्रम साराभाई स्पेस सेंटर तो सतीश धवन स्पेस सेंटर तो अब्दुल कलाम आयलैंड यूआर हाउस सैटेलाइट सेंटर या लिक्विड प्रोपल्शन सिस्टम सेंटर तमिलनाडु तो दोस्तों इसरो जो अपने जो सैटेलाइट है किथों लॉन्च करदा है तो थोनू इजीली मैं उम्मीद करदा है दोस्तों पता ही है वो करता है जी श्रीस धवन स्पेस सेंटर आंध्र प्रदेश दोस्तो, तो दोस्तों ठीक है इस दा तो दोस्तों इसदा जो करेक्ट आंसर है दैट इज द सेकंड ठीक है तो दोस्तों इसरो ਇੰਡੀਆ ਦੀ ਸਪੇਸ ਏਜੰਸੀ ਹੈ ਠੀਕ ਹੈ ਨਾਲ ਹੀ ਨਾਲ ਮੈਨੂੰ ਦੱਸੋ ਜੋ ਰੀਸੈਂਟਲੀ 11 ਜੁਲਾਈ ਨੂੰ ਜਿਸ ਕੰਪਨੀ ਨੇ ਹੈ ਆਂਤ੍ਰਿਕਸ਼ ਦੇ ਵਿੱਚ ਸਪੇਸ ਦੇ ਵਿੱਚ ਹੈ ਦੋਸਤੋ ਉਡਾਨ ਭਰੀ ਸੀ ਉਸ ਕੰਪਨੀ ਦਾ ਨਾਮ ਕੀ ਹੈ ਠੀਕ ਹੈ ਜਿਸ ਦਾ ਮਾਲਕ ਰਿਚਰਡ ਬ੍ਰੈਂਸਨ ਹੈ ਅਤੇ ਨਾਲ ਹੀ ਨਾਲ ਦੋਸਤੋ ਇੱਕ ਇੰਡੀਅਨ ਜੋ ਲੜਕੀ ਵੀ ਹੈ ਆਂਧਰਾ ਪ੍ਰਦੇਸ਼ ਦੀ ਉਹਨਾਂ ਨਾਲ ਗਈ ਸੀ ਸ੍ਰਿਸ਼ ਬਾਂਡਲਾ ਠੀਕ ਹੈ ਤਾਂ ਦੋਸਤੋ ਉਸ ਕੰਪਨੀ ਦਾ ਮੈਨੂੰ ਜਲਦੀ ਨਾਲ ਨਾਮ ਦੱਸੋ ਠੀਕ ਹੈ ਅਤੇ ਨਾਲ ਹੀ ਨਾਲ ਦੋਸਤੋ ਇਹ ਯਾਦ ਰੱਖਣਾ ISRO ISRO ਦੇ ਜੋ ਹੈੱਡਕੁਆਰਟਰ ਹੈ ਬੰਗਲੌਰੂ ਦੇ ਵਿੱਚ ਹੈ ਅਤੇ ਦੋਸਤੋ ਫਿਲਹਾਲ ਇਸ ਦੇ ਜੋ ਚੇਅਰਮੈਨ ਨੇ ਜੀ ਉਹਨਾਂ ਦਾ ਨਾਮ ਹੈ ਕੇ ਸਿਵਾਰ ठीक है के सिवान उन्हों का दोस्तों चेयरमैन का नाम है ठीक है फिर अगला जो प्रश्न है अगला प्रश्न दोस्तों जो क्वेश्चन थोड़ा मैं पूछा उस जुड़िया हुआ है दसना है कि दोस्तों ये जो कंपनी का नाम तो दसना ठीक है जी तो दोस्तों लेकिन उस कंपनी तो पहला मैं दोस्तों दसना चाहगा ठीक है कि यह कुछ कंपनीज़ के नाम लिखे ने ठीक है स्पेस एक्स ठीक है याद रखना यह जो कंपनी है दोस्तों एलन मस्क की कंपनी है यारियाँ प्राइवेट ਪ੍ਰਾਈਵੇਟ ਸਪੇਸ ਕੰਪਨੀਆਂ ਨੇ ਜਿਵੇਂ ਦੋਸਤੋ ਇਸਰੋ ਸਰਕਾਰੀ ਕੰਪਨੀ ਹੈ ਇੰਡੀਆ ਦੀ ਨਾਸਾ ਸਰਕਾਰੀ ਕੰਪਨੀ ਹੈ ਜੀ ਯੂ ਐਸ اے ਦੀ ਦੋਸਤੋ CNSA دوستو ਸਰਕਾਰੀ ਕੰਪਨੀ ਹੈ ਚਾਈਨਾ ਦੀ ESA ਇਹ ਸਰਕਾਰੀ ਕੰਪਨੀ ਹੈ ਯੂਰਪ ਦੀ ਉਸੇ ਤਰ੍ਹਾਂ ਦੋਸਤੋ SpaceX ਇਹ ਪ੍ਰਾਈਵੇਟ ਕੰਪਨੀਆਂ ਨੇ ਇਹ ਐਲਨ ਮਸਕ ਠੀਕ ਹੈ ਉਹੀ ਐਲਨ ਮਸਕ ਹੈ ਦੋਸਤੋ ਜੋ ਇੰਡੀਆ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਫਿਊਚਰ ਦੇ ਵਿੱਚ ਲੈ ਕੇ ਆ ਰਿਹਾ ਹੈ ਠੀਕ ਹੈ ਟੈਕਸਲਾ ਦਾ ਮਾਲਕ ਠੀਕ ਹੈ ਉਸ ਦੇ ਨਾਲ ਦੋਸਤੋ ਇੱਕ ਕੰਪਨੀ ਹੈ ਹੋਰ ਇੱਥੇ ਲਿਖਿਆ ਹੈ ਬਲੂ origin ਦੋਸਤੋ ਫਿਲਹਾਲ ਸ਼ਾਇਦ ਤੁਸੀਂ ਦੇਖਿਆ ਹੋਵੇਗਾ ਕਿ ਇਹ ਜੋ ਜੈਫ ਬੈਜ਼ੋਸ ਹੈ ਠੀਕ ਹੈ ਜੈਫ ਬੈਜ਼ੋਸ ਜੋ Amazon ਦਾ ਮਾਲਕ ਹੈ ਤਾ ਜੈਫ ਬੇਜ਼ੋਸ ਨੇ ਦੋਸਤੋ ਦੋ ਦਿਨ ਪਹਿਲਾਂ ਘੋਸ਼ਣਾ ਕੀਤੀ ਹੈ ਕਿ ਉਹ ਹੁਣ ਐਮਾਜ਼ੋਨ ਦਾ ਸੀਈਓ ਨਹੀਂ ਰਹੇਗਾ ਉਸਨੇ ਕਿਸੇ ਹੋਰ ਵਿਅਕਤੀ ਨੂੰ ਉਸ ਦਾ ਜੋ ਸੀਈਓ ਹੈ ਅਪੁਆਇੰਟ ਕਰਤਾ ਅਤੇ ਦੋਸਤੋ ਉਸ ਦਾ ਰੀਜ਼ਨ ਉਸਨੇ ਦੱਸਿਆ ਕਿ ਜੋ ਉਸ ਦੀ ਸਪੇਸ ਕੰਪਨੀ ਹੈ ਦੋਸਤੋ ਜਿਸ ਦਾ ਨਾਮ ਹੈ ਬਲੂ ਓਰੀਜਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਜ਼ਿਆਦਾ ਧਿਆਨ ਜੈਫ ਬੇਜ਼ੋਸ ਆਪਣੀ ਕੰਪਨੀ ਜੋ ਹੈ ਬਲੂ ਓਰੀਜਨ ਤੇ ਦਵੇਗਾ ਤਾਂ ਕਿ ਸਪੇਸ ਦੇ ਵਿੱਚ ਹੈ ਨਵੀਆਂ ਜੋ ਰਿਸਰਚ ਹੈ ਕਰਕੇ ਉੱਥੇ ਇੱਕ ਰੈਵੋਲੂਸ਼ਨ ਹੈ ਲੈ ਕੇ ਆਈ ਜਾ ਸਕੇ ਠੀਕ ਹੈ ਇਸ ਤੋਂ ਇਲਾਵਾ ਦੋਸਤੋ ਜੋ ਮੈਂ ਤੁਹਾਨੂੰ ਗੱਲ ਸੀ ਰੀਚਰਡ ਬ੍ਰੈਕਸਨ ਦੀ ਉਹਨਾਂ ਦੀ ਕੰਪਨੀ ਹੈ ਦੋਸਤੋ ਵਰਜਨ ਗੈਲੈਕਟਿਕ ਠੀਕ ਹੈ ਵਰਜਨ ਗੈਲੈਕਟਿਕ ਜਿਸ ਦੇ ਰਾਹੀਂ ਦੋਸਤੋ ਜੋ ਹੈ शुरीश बांडला ठीक है ये जो सरीश बांडला है ठीक है जो गई सी दोस्तों आंध्र प्रदेश की लड़की है चौंती साल की लड़की है इन्हों पेज का चक्कर लगा के गई सी दोस्तों तो इसका जो सही आंसर है जी वो है फिफ्थ शरीश बांडला कंपनी का नाम है वर्जन गलैक्टिक दोस्तों प्रश्न मैं पढ़िया नहीं ये फिर भी दस देना कि शरीश बांडला दोस्तों तीज लड़की इंडियन रिजन की बनी है तीजी लड़की का मतलब है दोस्तों इस पेल पता है ऑलरेडी मैं गल भी की सुनीता विलियम्स कल्पना चावला ठीक है कल्पना चावला दोस्तों दोस्त ਹਾਲਤੋਂ ਨੇ ਠੀਕ ਹੈ ਅਤੇ ਜੋ ਸੁਨੀਤਾ ਵਿਲੀਅਮਸ ਨੇ ਦੋਸਤੋ ਉਹ ਇੰਡੋ origin ਨੇ ਉਹਨਾਂ ਦੇ ਮਦਰ ਤਾਮਿਲਨਾਡੂ ਤੋਂ ਹੋਇਆ ਕਰਦੀ ਸੀ ਲੇਕਿਨ ਉਹਨਾਂ ਦਾ ਜਨਮ ਹੈ ਅਮਰੀਕਾ ਦੇ ਵਿੱਚ ਹੀ ਹੋਇਆ ਸੀ ਤਾਂ ਦੋਸਤੋ ਉਹਨਾਂ ਨੇ ਹੈ ਦੋਸਤੋ ਤੀਜੀ ਲੜਕੀ ਬਣੀ ਹੈ ਸ਼੍ਰੀਸ਼ਾ ਬਾਂਡਲਾ ਅਤੇ ਦੋਸਤੋ ਉਹ ਜੋ ਇਹ ਜੋ ਕੰਪਨੀ ਸੀ ਵਰਜਨ ਗੈਲੈਕਟਿਕ ਜੋ ਜਿਸਨੇ ਸਪੇਸ ਦੇ ਵਿੱਚ ਜਾ ਕੇ ਦੋਸਤੋ ਵਾਪਸ ਆਈ 11 ਜੁਲਾਈ ਨੂੰ ਇਸ ਮਿਸ਼ਨ ਦਾ ਨਾਮ ਮੈਂ ਕੱਲ ਵੀ ਦੱਸਿਆ ਸੀ ਯੂਨਿਟੀ 22 ਦੋਸਤੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਨਾਲ ਹੀ ਨਾਲ ਇਹ ਜੋ ਦੋ ਹੋਰ ਕੰਪਨੀਆਂ ਸਪੇਸਐਕਸ ਇਹ ਐਲਨ ਮਸਕ ਦੀ ਕੰਪਨੀ ਹੈ ਅਤੇ ਬਲੂ ਓਰੀਜਨ ਜੈਫ ਬਿਜ਼ੋਸ ਦੀ ਕੰਪਨੀ ਹੈ ਦੋਸਤੋ ਇਹ ਸਹੀ ਯਾਦ ਰੱਖਣਾ ਹੈ ਫਿਰ ਅਗਲਾ ਪ੍ਰਸ਼ਨ ਹੈ ਦੋਸਤੋ ਇਹ ਵਿਬਲਡਨ ਨਾਲ ਜੁੜਿਆ ਹੋਇਆ ਹੈ ਵਿਬਲਡਨ ਦੀ ਸੀ ਪਹਿਲਾਂ 2 ਦਿਨ ਤੋਂ ਅਸੀਂ ਗੱਲ ਕਰ ਹੀ ਰਹੇ ਹਾਂ ਲਗਾਤਾਰ ਅਸੀਂ ਗੱਲ ਕਰ ਰਹੇ ਸੀ ਨਵੋਕ ਡਜੋਕੋਵਿਕ ਦੀ ਅਸੀਂ ਗੱਲ ਕਰ ਰਹੇ ਸੀ ਕਿ ਉਹਨਾਂ ਨੇ 20ਵਾਂ ਗ੍ਰੈਂਡ ਸਲੇਮ ਜਿੱਤਿਆ ਹੈ ਲੰਡਨ ਦੇ ਵਿੱਚ ਇਹ ਹੁੰਦਾ ਹੈ ਠੀਕ ਹੈ ਤਾਂ ਸਾਰੀਆਂ ਇਹ ਗੱਲਾਂ ਬਾਤਾਂ ਅਸੀਂ ਕਰ ਰਹੇ ਸੀ ਅਸੀਂ ਦੇਖਦੇ ਹਾਂ ਇਹਨਾਂ ਨਾਲ ਜੁੜੇ ਕਿਹੜੇ ਪੁਆਇੰਟ ਠੀਕ ਨੇ ਤਾਂ ਜੀ ਪਹਿਲਾ ਪੁਆਇੰਟ ਹੈ ਨਵੋਕ ਡਜੋਕੋਵਿਕ ਨੇ ਦੋਸਤੋ 3rd ਕਨ ਲਗਾਤਾਰ ਤੀਜਾ ਹੈ ਜੋ ਸਿੰਗਲ ਟਾਈਟਲ ਜਿੱਤਿਆ ਹੈ ਵਿਬਲਡਨ ਦੇ ਵਿੱਚ ਦੋਸਤੋ ਦੂਜਾ ਇਸ ਦੇ ਵਿੱਚ ਪੁਆਇੰਟ ਹੈ ਚੁੱਕੇ ਨੇ ਅਤੇ ਦੋਸਤੋ ਹੀ অলਸੋ ਬਿਕਮ ਦਾ ਫਰਸਟ ਪਰਸਨ ਇਨ ਦਾ 21 ਸੈਂਚਰੀ ਟੂ ਵਿਨ 3 ਮੇਜਰ ਗ੍ਰੈਂਡ ਸਲੈਮਸ ਇਸੇ ਨਾਲ ਉਹ 21ਵੀਂ ਸਦੀ ਦੇ ਵਿੱਚ ਪਹਿਲੇ ਵਿਅਕਤੀ ਬਣ ਚੁੱਕੇ ਨੇ ਜਿਨ੍ਹਾਂ ਨੇ ਇੱਕੋ ਸਾਲ ਦੇ ਵਿੱਚ ਤਿੰਨ ਮੇਜਰ ਗ੍ਰੈਂਡ ਸਲੈਮ ਜਿੱਤ ਲਏ ਨੇ ਅਤੇ ਦੂਸਰਾ ਦੋਸਤੋ ਤੀਜਾ ਪੁਆਇੰਟ ਹੈ ਕਿ ਇਹ ਦਾ ਮੈਨਸ ਅਸੀਂ ਸਿੰਗਲਸ ਦੀ ਗੱਲ ਕਰ ਲਈ ਔਮਨ ਸਿੰਗਲਸ ਦੇ ਵਿੱਚ ਦੋਸਤੋ ਜੋ ਇਹ ਟਾਈਟਲ ਜਿੱਤਿਆ ਹੈ ਬਲਡਨ ਉਹ ਜਿੱਤਿਆ ਹੈ ਬਿਆਨ ਕਾ एंडरस्क्यू ने जी ठीक है व्यनका एंडरस्क्यू ने तो दोस्तों इस दे जो करेक्ट आंसर है जी वो करैक्ट आंसर है साडा जी दोस्तों फर्स्ट ठीक है तो पहले दोनों ठीक ने दोस्तों पहले दोनों बिल्कुल ठीक ने ठीक है तो इसका मतलब है कि दोस्तों ਇਸ ਸਾਲ ਠੀਕ ਹੈ ਡਜੋਕੋਵਿਕ ਲਗਾਤਾਰ ਤੀਜਾ ਜੋ ਮেইন ਸਿੰਗਲ ਟਾਈਟਲ ਜਿੱਤਿਆ ਹੈ ਵਿਬਲਡਨ ਦੇ ਵਿੱਚ ਇਹਦਾ ਮਤਲਬ ਹੈ ਕਿ ਪਿਛਲੇ ਸਾਲ ਵੀ ਵਿਬਲਡਨ ਇਹਨਾਂ ਨੇ ਜਿੱਤਿਆ ਸੀ ਉਸ ਤੋਂ ਪਿਛਲੇ ਸਾਲ ਵੀ ਵਿਬਲਡਨ ਇਹਨਾਂ ਨੇ ਜਿੱਤਿਆ ਸੀ ਉਸ ਤੋਂ ਇਲਾਵਾ ਦੋਸਤੋ ਜੋ ਦੂਜਾ ਪੁਆਇੰਟ ਸੀ ਵੀ ਗ੍ਰੈਂਡ ਸਲੈਮਸ ਵਾਲਾ ਇਹ ਆਲਰੇਡੀ ਸੀ ਕਰ ਹੀ ਚੁੱਕੇ ਆ ਅਤੇ ਉਸ ਦੇ ਨਾਲ-ਨਾਲ ਦੋਸਤੋ ਕਿ 3 ਮੇਜਰ ਗ੍ਰੈਂਡ ਸਲੈਮ ਇਨ ਅ ਸਿੰਗਲ ਸੀਜ਼ਨ ਇੱਕੋ ਸੀਜ਼ਨ ਦੇ ਵਿੱਚ ਤਿੰਨ ਗ੍ਰੈਂਡ ਸਲੈਮ ਜਿੱਤਣ ਵਾਲਾ ਵੀ ਅਕੇਲਾ ਪਲੇਅਰ ਹੈ ਇਸ ਦੇ ਨਾਲ ਜੇ ਅਸੀਂ ਊਮਨਸ ਪਲੇਅਰ ਦੀ ਗੱਲ ਕਰੀਏ ਦੋਸਤੋ ਤਾਂ ਊਮਨਸ ਪਲੇਅਰ ਨੇ ਆਸਟ ਐਸ਼ਲਿਕ ਬਾਟੀ ਤਾਂ ਦੋਸਤੋ ਐਸ਼ਲਿਕ ਬਾਟੀ ਨੇ ਦੋਸਤੋ ਇਸ ਵਾਰ ਦਾ ਜੋ ਹੈ ਆਸਟ੍ਰੇਲੀਆ ਦੀ 플레이ਰ ਹੈ ਇਹ ਜੋ ਵਿਬਲਡਨ ਹੈ ਜਿੱਤਿਆ ਹੈ ਨਾ ਕਿ ਬਿਆਨਕਾ ਐਂਡਰਸਕਿਊ ਨਹੀਂ ਜੀ ਠੀਕ ਹੈ ਤਾਂ ਸਹੀ ਯਾਦ ਰੱਖਣਾ ਹੈ ਤੀਜਾ ਗ੍ਰੈਂਡ ਸਲੈਮ ਹੁੰਦਾ ਹੈ ਸਾਲ ਦਾ ਅਤੇ ਇਸ ਦੇ ਜੋ ਵਿਨਰਸ ਨੇ ਬਹੁਤ ਇੰਪੋਰਟੈਂਟ ਨੇ ਸਾਡੇ ਲਈ ਜੀ ਠੀਕ ਹੈ ਫਿਰ ਦੋਸਤੋ ਅਗਲਾ ਪ੍ਰਸ਼ਨ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਟ੍ਰਿਬਿਊਨ ਨੂੰ ਈਜ਼ੀਲੀ ਪੜ੍ਹਦੇ ਹੋ ਹਰ ਰੋਜ਼ ਮੇਰੇ ਨਾਲ ਪੜ੍ਹਦੇ ਹੋ ਬਹੁਤ ਸਾਰੇ ਪ੍ਰਸ਼ਨ ਤੁਹਾਡੇ ਈਜ਼ੀਲੀ ਦੋਸਤੋ ਹੋ ਸਕਦੇ ਨੇ ਹੁਣ ਦੋਸਤੋ ਅਗਲਾ ਜੋ ਕੁਐਸਚਨ ਹੈ ਫੁੱਟਬਾਲ ਤੋਂ ਜੁੜਿਆ ਹੈ ਠੀਕ ਹੈ ਯੂਈਐਫ ਯੂਰੋਪ ਨੇ ਜਿੱਤਿਆ ਦੋਸਤੋ ਅਤੇ ਨਾਲ ਹੀ ਨਾਲ ਅਸੀਂ ਦੱਸਣਾ ਹੈ ਕਿ ਕਿਸ ਨੂੰ 골ਡਨ ਬੂਡ ਦਾ ਅਵਾਰਡ ਮਿਲਿਆ 골ਡਨ ਬੂਡ ਦਾ ਮਤਲਬ ਹੁੰਦਾ ਦੋਸਤੋ ਜਿਸ ਨੇ ਮੈਕਸਿਮਮ ਗੋਲਸ ਕੀਤੇ ਹੁਣ ਪੂਰੇ ਟੂਰਨਾਮੈਂਟ ਦੇ ਵਿੱਚ ਯਾਦ ਰੱਖਣਾ ਮੈਕਸਿਮਮ ਗੋਲਸ ਤਾਂ ਮੈਨੂੰ ਲੱਗਦਾ ਕੱਲ ਅਸੀਂ ਪੜਿਆ ਸੀ ਦੋਸਤੋ ਈਜ਼ੀਲੀ ਆਨਸਰ ਦੇ ਸਕਦੇ ਹੋ ਠੀਕ ਹੈ ਜਿੱਤਿਆ ਕਿਸ ਨੇ ਹੈ ਯੂਰਪ ਦੀ ਇਸ ਜੋ ਟੂਰਨਾਮੈਂਟ ਨੂੰ ਇੰਗਲੈਂਡ ਨੂੰ ਹੋਰਾ ਕੇ ਦੋਸਤੋ ਇਹ ਜੋ ਜਿੱਤਿਆ ਹੈ ਇਟਲੀ ਨੇ ਜਿੱਤਿਆ ਹੈ ਜੀ ਠੀਕ ਹੈ ਅੱਤੇ ਦੋਸਤੋ ਜੋ ਗੋਲਡਨ ਬੂਟ ਹੈ ਠੀਕ ਹੈ ਜੋ ਸਭ ਤੋਂ ਜ਼ਿਆਦਾ ਜੇ ਅਸੀਂ ਗੱਲ ਕਰੀਏ ਗੋਲਸ ਦੀ ਗੱਲ ਕਰੀਏ ਤਾਂ ਦੋਸਤੋ ਉਹ ਜੋ ਕੀਤੇ ਨੇ ਉਹ ਕੀਤੇ ਨੇ ਕ੍ਰਿਸਟਿਆਨੋ ਰੋनाल्डੋ ਨੇ ਠੀਕ ਹੈ ਤਾਂ ਕਰੈਕਟ ਆਨਸਰ ਹੈ ਇਸ ਦਾ ਜੀ ਸੈਕਿੰਡ ਦੋਸਤੋ ਗੋਲਸ ਨੇ ਦੋਸਤੋ ਇਸ ਦੇ ਵਿੱਚ ਹੈ ਕੀਤੇ ਨੇ ਇੰਗਲੈਂਡ ਹਾਂਜੀ ਤਾਂ ਵੋਂਡਸਟ ਇਸ ਦੇ ਨਾਲ ਹੀ ਦੋਸਤੋ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜੋ ਕ੍ਰਿਸਟiano ਰੋਨਲਡੋ ਨੇ ਉਹਨਾਂ ਨੂੰ ਗੋਲਡਨ ਬੂਟ ਮਿਲਿਆ ਅਤੇ ਜੋ ਸਟਾਰ ਆਫ ਦਾ ਮੈਚ ਜਿਨੂੰ ਅਸੀਂ ਕ੍ਰਿਕਟ ਦੇ ਵਿੱਚ ਮੈਨ ਆਫ ਦਾ ਮੈਚ ਕਹਿ ਦਿੰਦੇ ਹਾਂ ਫਾਈਨਲ ਦਾ ਜੋ ਸਟਾਰ ਆਫ ਦਾ ਮੈਚ ਹੈ ਉਹ ਮਿਲਿਆ ਹੈ ਲਿਉਨਾਡੋ ਮੈਨੂਕੀ لیکن ਸਾਡੇ ਲਈ ਉਹਨਾ ਇੰਪੋਰਟੈਂਟ ਨਹੀਂ ਹੈ ਜਿੰਨਾ Winner ਇੰਪੋਰਟੈਂਟ ਹੈ ਅਤੇ Golden Boot Award ਇੰਪੋਰਟੈਂਟ ਹੈ ਦੋਸਤੋ ٹھیک ہے ایتھے ਮੈਨੂੰ ਜਲਦੀ ਨਾਲ ਦੱਸੋ ਜੇ ਤੁਸੀਂ ਹਰ ਰੋਜ਼ ਕਲਾਸ ਲਗਾਉਂਦੇ ਹੋ ਤਾਂ ਕੱਲ ਦੋਸਤੋ ਮੈਂ ਤੁਹਾਨੂੰ ਇਸ ਦਾ ਫੁੱਲ ਫਾਰਮ ਵੀ ਦੱਸਿਆ ਸੀ UEFA ਦਾ ٹھیک ਹੈ ਅਤੇ ਇਹ ਵੀ ਦੱਸਿਆ ਸੀ ਕਿ ਇਸ ਦੇ ਕਿੰਨੇ ਮੈਂਬਰ ਕੰਟਰੀਜ਼ ਨੇ ਕਿੰਨੇ ਕੰਟਰੀਜ਼ ਇਸ ਦੇ ਮੈਂਬਰ ਨੇ ਜਲਦੀ ਨਾਲ ਤੁਸੀਂ ਦੱਸੋ ਜੇ ਕੱਲ ਵਾਲਾ ਜੇ ਤੁਸੀਂ ਸੈਸ਼ਨ ਹੈ ਚੰਗੀ ਤਰੀਕਾ ਨਾਲ ਲਗਾਇਆ ਸੀ ਇਸ ਦਾ ਫੁੱਲ ਫਾਰਮ यू ई एफ ए का इसके कंट्रीज़ ने इसके मैंबर ने ठीक है फिर अगला जो प्रश्न है दोस्तों वो भी जो फुटबॉल न जुड़ा है ठीक है कोपा अमेरिका कप ठीक है जो असं गल कर चुके हैं ऑलरेडी ठीक है तो दोस्तों इस कुछ पॉइंट्स ने दसने ठीक ने कि गलत ने तो दोस्तों यू ई एफ ए का फुल फॉर्म किसी बच्चे ने हजे दस रजिंदर ने यूनियन ऑफ यूरोपियन फुटबॉल एसोसीएशन एंड देर आर फिफ्टी फाइव जो कंट्रीज इसके मैंबर ने वेरी गुड बहुत ही उमदा जी ठीक है तो दोस्तो कोपा कप ऑलरेडी सूँ पता है याद होएगा ਅਰਜਨਟੀਨਾ ਨੇ ਦੋਸਤੋ ਜਿੱਤਿਆ ਹੈ ਠੀਕ ਹੈ ਅਤੇ ਦੋਸਤੋ ਜੋ ਹੈ ਬਹੁਤ ਲੰਬੇ ਸਮੇਂ ਬਾਅਦ ਹੈ ਕੋਈ ਵੱਡਾ ਕੱਪ ਹੈ ਜੋ ਇਸ ਲੋਇਨਲ ਮੈਸੀ ਦੀ ਟੀਮ ਨੇ ਜਿੱਤਿਆ ਦੋਸਤੋ ਤਾਂ ਉਰੂਗਵਾਏ ਅੰਡਰ ਦਾ ਕੈਪਟਨਸੀ ਆਫ ਨੇਮਾਰ ਵੋਨ ਦਾ 2021 ਕੋਪ ਅਮਰੀਕਾ ਠੀਕ ਹੈ ਤਾਂ ਦੋਸਤੋ ਇਹ ਪਹਿਲਾ ਪੁਆਇੰਟ ਤਾਂ ਬਿਲਕੁਲ ਹੀ ਸਾਨੂੰ ਗਲਤ ਲੱਗ ਰਿਹਾ ਕਿਉਂਕਿ ਇਹ ਕਹਿ ਰਿਹਾ ਪਹਿਲਾ ਪੁਆਇੰਟ ਕਿ ਉਰੂਗਵਾਏ ਨੇ ਜਿੱਤਿਆ ਲੇਕਿਨ ਜਿੱਤਿਆ ਕਿਸ ਨੇ ਦੋਸਤੋ ਅਰਜਨਟੀਨਾ ਨੇ ਜਿੱਤਿਆ ਹੈ ਠੀਕ ਹੈ ਤਾਂ ਪਹਿਲਾ ਜਿੱਥੇ ਜਿੱਥੇ ਪਹਿਲਾ ਲੱਗਿਆ ਦੋਸਤੋ ਇਹ ਤਾਂ ਠੀਕ ਹੋ ਹੀ ਨਹੀਂ ਸਕਦੇ ਇਹ ਵੀ ਠੀਕ ਨਹੀਂ ਹੋ ਸਕਦੇ ਕਿਉਂਕਿ ਪਹਿਲਾ ਪੁਆਇੰਟ ਤਾਂ ਬਿਲਕੁਲ ਹੀ ਗਲਤ ਹੈ ਦੂਜਾ ਦੋਸਤੋ ਹੈ कि जो लोयनल मेसी है उस दोस्तो, नु दोस्तों ਦੋਨੋ ਟੌਪ ਅਵਾਰਡਸ ਮਿਲੇ ਨੇ 골ਡਨ ਬੂਟ ਅਤੇ 골ਡਨ ਅਵਾਰਡ 골ਡਨ ਬੂਟ ਮੈਂ ਤੁਹਾਨੂੰ ਦੱਸ ਚੁੱਕਿਆ ਦੋਸਤੋ ਜੋ ਮੈਕਸਿਮਮ ਗੋਲਸ ਕਰਦਾ ਠੀਕ ਹੈ 골ਡਨ ਬਾਲ ਅਵਾਰਡ ਦਾ ਮਤਲਬ ਹੈ ਕਿ ਜੋ ਪੂਰੀ ਸੀਰੀਜ਼ ਦਾ ਸਭ ਤੋਂ ਬੈਸਟ ਪਲੇਅਰ ਹੋਵੇ ਉਸ ਨੂੰ ਮਿਲਦਾ ਹੈ ਅਤੇ ਤੀਜਾ ਦੋਸਤੋ ਜੋ ਪੁਆਇੰਟ ਹੈ ਅਰਜਨਟੀਨਾ ਦਾ ਜੋ ਐਮੈਲੀਨੋ ਹੈ ਉਸ ਨੂੰ ਦੋਸਤੋ 골ਡਨ ਗਲਵ ਫॉर ਦਾ ਟੂਰਨਾਮੈਂਟ 골ਡਨ ਗਲਵ ਦਾ ਮਤਲਬ ਹੁੰਦਾ ਦੋਸਤੋ ਜੋ ਬੈਸਟ ਗੋਲਕੀਪਰ ਹੈ ਚੁਣਿਆ ਗਿਆ ਹੋਵੇ ਬੈਸਟ ਗੋਲ ਕੀਪਰ ਤਾਂ ਦੋਸਤੋ ਅਸੀਂ ਦੇਖਣਾ ਹੈ ਕਿੰਨਾ ਵਿੱਚੋਂ ਕਿਹੜਾ ਜੋ ਹੈ ਪ੍ਰੈਸ਼ਨ ਠੀਕ ਹੈ ਕਿਹੜਾ ਪੁਆਇੰਟ ਠੀਕ ਹੈ ਤਾਂ ਦੋਸਤੋ ਥਰਡ ਆਪਸ਼ਨ ਠੀਕ ਹੈ ਓਨਲੀ ਬੀ ਐਂਡ ਸੀ ਠੀਕ ਹੈ ਤਾਂ ਦੋਨੋਂ ਹੀ ਠੀਕ ਨੇ ਜੋ ਪਹਿਲਾ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ ਸੀ ਕਿ ਅਰਜنٹੀਨਾ ਨੇ ਜਿੱਤੇ ਹੈ ਤਾਂ ਗੋਲਡਨ ਬੂਟ ਅਤੇ ਗੋਲਡਨ ਬਾਲ ਅਵਾਰਡ ਠੀਕ ਹੈ ਦੋਸਤੋ ਸਭ ਤੋਂ ਜ਼ਿਆਦਾ ਗੋਲਸ ਅਤੇ ਸਭ ਤੋਂ ਬੈਸਟ ਪਲੇਅਰ ਹੈ ਲਾਇਨਲ ਮੈਸੀ ਦੁਨੀਆ ਦਾ ਸਭ ਤੋਂ ਸਰਵਸ਼ੇਸ਼ਟ ਪਲੇਅਰ ਹੈ ਮਹਿੰਗਾ ਪਲੇਅਰ ਹੈ ਦੋਸਤੋ ਅਤੇ ਉਸ ਦੇ ਨਾਲ ਹੀ ਜੋ 골ਡਨ ਗਲਵ ਹੈ ਇਹ ਵੀ ਅਰਜنٹੀਨਾ ਦਾ ਜੋ ਗੋਲਕੀਪਰ ਹੈ ਗਲਵਸ ਦਾ ਮਤਲਬ ਸਮਝ ਲਓ ਗਲਵਸ ਦੇਖੋ ਹੱਥਾਂ ਦੇ ਵਿੱਚ ਪਾਉਂਦੇ ਆ ਤਾਂ ਦੋਸਤੋ ਹੱਥਾਂ ਨਾਲ ਹੀ ਇਹ ਫੁੱਟਬਾਲ ਰੋਕੀ ਜਾਂਦੀ ਹੈ ਤਾਂ 골ਡਨ ਗਲਵ ਹੈ ਇਹ ਗੋਲਕੀਪਰ ਨੂੰ ਦਿੱਤਾ ਜਾਂਦਾ ਹੈ ਅਤੇ ਇਹ ਅਵਾਰਡ ਮਿਲਿਆ ਹੈ ਜੋ ਹੈ ਐਮੇਲਿਨੋ ਮੈਟੇਨੀਜ਼ ਨੂੰ ਠੀਕ ਹੈ ਦੋਸਤੋ ਅਤੇ ਇਹ ਅਰਜنٹੀਨਾ ਦੇ ਵਿੱਚ ਹੀ ਹੋਇਆ ਸੀ ਅਤੇ ਦੋਸਤੋ ਬਹੁਤ ਸਮੇਂ ਬਾਅਦ ਹੈ ਅਰਜنٹੀਨਾ ਨੇ ਕੋਈ ਵੱਡਾ ਟੂਰਨਾਮੈਂਟ ਜਿੱਤਿਆ ਇਹ ਤਿੰਨੇ ਜੋ ਲਿਸਟ ਹੈ ਦੋਸਤੋ ਇਥੇ ਦਿੱਤੀ ਗਈ ਹੈ 골ਡਨ ਬੂਟ ਲਾਇਨਰ ਮੈਸੀ 골ਡਨ ਬਾਲ ਲਾਇਨਰ ਮੈਸੀ 골ਡਨ ਗਲਵ ਹੈ ਐਮਲੀਨੋ ਮਾਰਟੀਨਿਜ਼ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਅਰਜنٹੀਨਾ ਦੇ ਵਿੱਚ ਹੋਇਆ ਸੀ ਦੋਸਤੋ ਅਤੇ ਸਾਊਥ ਅਮਰੀਕਾ ਦੇ ਜੋ ਕੰਟਰੀਜ਼ ਨੇ ਬ੍ਰਾਜ਼ਿਲ ਹੈ ਪੁਰਤਗਾਲ ਹੈ ਠੀਕ ਹੈ ਅਰਜنٹინა ਹੈ ਸਾਰੇ ਕੰਟਰੀਜ਼ ਨੇ ਜੋ بڑے ਮਹਾਨ ਫੁੱਟਬਾਲ ਦੇ ਵਿੱਚ ਮੰਨੇ ਜਾਂਦੇ ਦੋਸਤੋ ਉਹਨਾਂ ਦੇ ਵਿੱਚਾਰੇ ਮੁਕਾਬਲੇ ਹੋਏ ਸਨ ਜੀ ਠੀਕ ਹੈ ਫਿਰ ਅਗਲਾ ਪ੍ਰਸ਼ਨ ਦੋਸਤੋ 11ਵਾਂ ਇਹ ਬੁੱਕ ਦੱਸਣੀ ਹੈ ਜੀ ਇਹ ਇਹ ਨਿਊ ਕੋਲਡ ਵਾਰ ਹੈਨਰੀ ਕਿਸਿੰਗਰ ਐਂਡ ਦਾ ਰਾਈਜ਼ ਆਫ ਚਾਈਨਾ ਠੀਕ ਹੈ ਤਾਂ ਦੋਸਤੋ ਇਹ ਜੋ ਬੁੱਕ ਹੈ ਕਿਸ ਨੇ ਲਿਖੀ ਹੈ ਠੀਕ ਹੈ ਤਾਂ ਕਿਉਂਕਿ ਦੋਸਤੋ ਇਹ ਜੋ ਬੁੱਕ ਹੈ ਇਹ ਬੁੱਕ ਜੋ ਸੰਜੇ ਬਾਰੂ ਨੇ ਹੈ ਦੋਸਤੋ ਇਹ ਮਿਲ ਕੇ ਲਿਖੀ ਹੈ ਕਿਸ ਨਾਲ ਸੰਜੇ ਬਾਰੂ ਨੇ ਦੋਸਤੋ ਰਾਹੁਲ ਸ਼ਰਮਾ ਨਾਲ ਮਿਲ ਕੇ ਲਿਖੀ ਹੈ ਠੀਕ ਹੈ ਤਾਂ ਇਸ ਕਰਕੇ ਇਹ ਸਾਡੇ ਕਰੰਟ ਅਫੇਅਰ ਦਾ ਪਾਰਟ ਬਣ ਗਈ ਕਿਉਂਕਿ ਸੰਜੇ ਬਾਰੂ ਦਾ ਨਾਮ ਸ਼ਾਇਦ ਤੁਹਾਨੂੰ ਯਾਦ ਹੋਏਗਾ ਦੋਸਤੋ ਇਹਨਾਂ ਨੇ 2014 ਦੇ ਵਿੱਚ ਠੀਕ ਹੈ ਇਲੈਕਸ਼ਨ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਲਈ ਇੱਕ ਬੁੱਕ ਲਿਖੀ ਸੀ ਜੇ ਤੁਹਾਨੂੰ ਯਾਦ ਹੋਵੇ ਉਹਨਾਂ ਦਾ ਨਾਮ ਜ਼ਰੂਰ ਦੱਸੋ ਜਿਸ ਦੇ ਉੱਪਰ ਬਾਅਦ ਦੇ ਵਿੱਚ ਦੋਸਤੋ ਮਨਮੋਹਨ ਸਿੰਘ ਉੱਪਰ ਇਹ ਬੁੱਕ ਸੀ ਤਾ ਇੱਕ ਮੂਵੀ ਵੀ ਬਣੀ ਸੀ ਦੋਸਤੋ ਠੀਕ ਹੈ ਤੁਹਾਨੂੰ ਯਾਦ ਹੋਵੇਗਾ ਤਾਂ ਸੰਜੇ 바ਰੂ ਪ੍ਰਾਈਮ ਮਿਨਿਸਟਰ ਦੇ ਮੀਡੀਆ ਐਡਵਾਈਜ਼ਰ ਵੀ ਰਹੇ ਨੇ ਇੰਪੋਰਟੈਂਟ ਦੋਸਤੋ ਪਰਸਨੈਲਿਟੀ ਨੇ ਤਾਂ ਇਹਨਾਂ ਦੁਆਰਾ ਲਿਖੀ ਗਈ ਬੁੱਕ ਹੈ ਇੰਪੋਰਟੈਂਟ ਹੋ ਸਕਦੀ ਹੈ ਬੁੱਕ ਦਾ ਨਾਮ ਇੱਕ ਵਾਰ ਫੇਰ ਦੇਖ ਲੈਣੇ ਆ ਇਹ ਨਿਊ ਕੋਲਡ ਵਾਰ ਹੈਨਰੀ ਕਿ ਸਿੰਗਰ ਐਂਡ ਦਾ ਰਾਈਜ਼ ਆਫ ਚਾਈਨਾ ਠੀਕ ਹੈ ਇਹ ਨਿਊ ਕੋਲਡ ਵਾਰ ਠੀਕ ਹੈ ਤਾਂ ਉਹ ਦੋਸਤੋ ਮੈਂ ਉਮੀਦ ਕਰਦਾ ਹਾਂ ਉਹ ਬੁੱਕ ਦਾ ਨਾਮ ਤੁਸੀਂ ਮੈਨੂੰ ਜ਼ਰੂਰ ਦੱਸੋਗੇ ਠੀਕ ਹੈ ਤਾਂ ਹਜੇ ਤੱਕ ਮੈਨੂੰ ਨਹੀਂ ਆਨਸਰ ਆਇਆ ਰਜਿੰਦਰ ਸਿੰਘ ਹੈ ਹਮੇਸ਼ਾ ਦੀ ਤਰ੍ਹਾਂ ਮੈਨੂੰ ਪਹਿਲਾ ਆਨਸਰ ਦੇ ਦਿੰਦੇ ਨੇ ਜੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਬਹੁਤ ਹੀ ਉਮਦਾ ਜੀ ਠੀਕ ਹੈ ਤਾਂ ਦੋਸਤੋ ਇਹ ਸਾਡਾ ਲਾਸਟ ਕੁਐਸਚਨ ਹੈ ਅੱਜ ਦਾ ਤਾਂ ਦੋਸਤੋ ਦੱਸਣਾ ਹੈ ਕਿ ਜੀ ਕਿ ਕਿਸ ਤਰੀਕ ਨੂੰ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਹੈ ਵਰਲਡ ਪੋਪੂਲੇਸ਼ਨ ਡੇ ਆਬਜ਼ਰਵ ਕਰਦੇ ਹਾਂ ਅਤੇ ਦੋਸਤੋ ਇਸੇ ਦਿਨ ਜੋ ਹੈ ਦੱਸਣਾ ਹੈ ਕਿ ਕਿਹੜੇ ਸਟੇਟ ਨੇ ਦੋਸਤੋ ਆਪਣੀ ਨਵੀਂ ਪੋਪੂਲੇਸ਼ਨ ਪਾਲਿਸੀ 2021 ਤੋਂ 2030 ਹੈ ਅਨਾਉਂਸ ਕਰ ਦਿੱਤੀ ਹੈ ਤਾਂ ਪਿੱਛੇ ਜੇ ਮੈਂ ਤੁਹਾਨੂੰ ਕਾਫੀ ਬਾਰ ਦੱਸਿਆ ਦੋਸਤੋ ਇੱਕੋ ਹੀ ਸਟੇਟ ਹੈ ਜੋ ਕਹਿ ਰਿਹਾ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦੀ ਪਾਲਿਸੀ ਆ ਜਾਵੇ ਕਿ ਉੱਥੇ ਜੇ ਦੋ ਤੋਂ ਜ਼ਿਆਦਾ ਬੱਚੇ ਹੋਣਗੇ ਤਾਂ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਉਹ ਲੋਕਲ ਬਾਡੀਜ਼ ਦੇ ਇਲੈਕਸ਼ਨਸ ਨਹੀਂ ਲੜ ਪਾਉਣਗੇ ਤਾਂ ਇਹ ਜੋ ਪਾਲਿਸੀ ਹੈ ਦੋਸ ਕਿਹੜਾ ਜੋ ਸਟੇਟ ਹੈ ਲੈ ਕੇ ਆ ਰਿਹਾ ਤਾਂ ਦੋਸਤੋ ਇਸ ਦਾ ਸਹੀ ਆਨਸਰ ਹੈ ਜੀ ਯੂਪੀ ਅਤੇ ਵਰਲਡ ਪੋਪੂਲੇਸ਼ਨ ਡੇ 11 ਜੁਲਾਈ ਨੂੰ ਹੈ ਦੋਸਤੋ ਅਬਜ਼ਰਵ ਕਰਿਆ ਜਾਂਦਾ ਹੈ 5th ਇਸ ਦਾ கரੈਕਟ ਆਨਸਰ ਉਥੋਂ ਦੇ ਮੁੱਖ ਮੰਤਰੀ ਨੇ ਯੋਗੀ ਅਦਿੱਤਿਆਨਾਥ ਜਿਨ੍ਹਾਂ ਨੇ ਇਸ ਪਾਲਿਸੀ ਦੀ ਦੋਸਤੋ ਇਨੋਗ੍ਰੇਸ਼ਨ ਹੈ ਕੀਤੀ ਹੈ ਜੀ ਠੀਕ ਹੈ ਤਾਂ ਦੋਸਤੋ ਇਹ ਸਾਡੇ ਇੰਪੋਰਟੈਂਟ ਕੁਐਸਚਨ ਸੀ ਇਸ ਤੋਂ ਇਲਾਵਾ ਮੈਂ ਉਮੀਦ ਕਰਦਾ ਹਾਂ ਦੋਸਤੋ 13 ਅਤੇ 14 ਜੁਲਾਈ ਦੇ ਕਰੰਟ ਅਫੇਅਰ ਨਾਲ-ਨਾਲ ਤੁਸੀਂ ਹੈ ਰਿਵਾਈਜ਼ ਹੈ ਕਰਦੇ ਰਹੋਗੇ ਜੀ ਠੀਕ ਹੈ ਤਾਂ ਫਿਰ ਦੋਸਤੋ ਉਸ ਤੋਂ ਬਾਅਦ ਸਾਡਾ ਲਾਸਟ ਸੈਕਸ਼ਨ ਲਾਸਟ ਸੈਕਸ਼ਨ ਹੈ ਜੀ ਸ਼ੋਰ 527 ਠੀਕ ਹੈ ਜੀ ਲੇਕਿਨ ਉਸ ਤੋਂ ਪਹਿਲਾਂ ਮੈਨੂੰ ਦੱਸੋ ਕਿ ਜੋ ਮੈਂ ਤੁਹਾਨੂੰ ਸਾਇਤ ਅਕੈਡਮੀ ਵਿਨਰਸ ਦੀਆਂ ਬੁੱਕਸ ਕੱਲ ਦਿੱਤੀਆਂ ਸੀ ਠੀਕ ਹੈ ਕਿੰਨੇ ਬੱਚੇ ਨੇ ਜਿਨ੍ਹਾਂ ਨੇ ਰਿਵਾਈਜ਼ ਕੀਤੀਆਂ ਜੀ ਏਟਲੀਸਟ ਇੱਕ ਵਾਰ ਰਿਵਾਈਜ਼ ਕੀਤੀਆਂ ਕਿੰਨੇ ਬੱਚਿਆਂ ਨੇ ਰਿਵਾਈਜ਼ ਕੀਤੀਆਂ ਨੇ ਠੀਕ ਹੈ ਜ਼ਰੂਰ ਦੱਸੋ ਠੀਕ ਹੈ ਜੀ ਕਿੰਨੇ ਬੱਚਿਆਂ ਨੇ ਉਹ ਰਿਵਾਈਜ਼ ਕੀਤੀਆਂ ਸੀ ਠੀਕ ਹੈ ਜੇ ਨਹੀਂ ਕੀਤੀਆਂ ਤਾਂ ਦੋਸਤੋ ਰਿਵਾਈਜ਼ ਕਰਨਾ ਸਟਾਰਟ ਕਰ ਦੋ ਪਤਾ ਨਹੀਂ ਕਿਹੜੀ ਬੁੱਕ ਹੈ ਤੁਹਾਨੂੰ ਪੇਪਰ ਦੇ ਵਿੱਚ ਆ ਜੇ ਥੋੜਾ ਇੱਕ ਨੰਬਰ ਪੱਕਾ ਕਰ ਦੇ ਠੀਕ ਹੈ ਤਾਂ ਦੋਸਤੋ ਇਹ 5 ਤੋਂ 7 ਮਾਰਕਸ ਵਾਲਾ ਜੋ ਹੈ ਇਸ ਦੇ ਵਿੱਚ ਅੱਜ ਜੋ ਮੈਂ ਦੋਸਤੋ ਨਵੀਂ ਚੀਜ਼ ਲੈ ਕੇ ਆਇਆ ਹਾਂ ਉਹ ਲੈ ਕੇ ਆਇਆ ਜੂਨ ਦੀਆਂ ਇੰਪੋਰਟੈਂਟ ਅਪਾਇੰਟਮੈਂਟਸ ਇੱਥੇ ਮੈਂ ਪਹਿਲਾਂ ਹੀ ਦੱਸਦਾ ਕਿ ਸਾਰੀਆਂ ਅਪਾਇੰਟਮੈਂਟਸ ਇੰਪੋਰਟੈਂਟ ਨਹੀਂ ਨੇ ਜੋ ਕੁਝ ਇੰਪੋਰਟੈਂਟ ਅਪਾਇੰਟਮੈਂਟਸ ਨੇ ਦੋਸਤੋ ਉਹ ਮੈਂ ਤੁਹਾਨੂੰ ਐ ਹੁਣ ਜਲਦੀ ਜਲਦੀ ਹੈ ਟਿਕ ਕਰਦਾਗਾ ਉਸ ਨੂੰ ਤੁਸੀਂ ਰਿਵਾਈਜ਼ ਕਰਨਾ ਹੈ ਦੋਸਤੋ ਠੀਕ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਜੋ ਹੈ ਦੀਪ ਸਿੰਘ ਠੀਕ ਹੈ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਠੀਕ ਹੈ फिर एडिशनल चार्ज ऑफ चेयरमैन ऑफ सबी डी टी दोस्तों ठीक है तो दोस्तों ये भी ज़्यादा इंपॉर्टेंट नहीं है ठीक है फिर उस तो बाद मैं गल करा एशियन ओशनिक रिप्रेजेंटेटिव इन द एआईओ ठीक है ज़्यादा इंपॉर्टेंट नहीं है पढ़ जरूर लेना दोस्तों ठीक है जो मैं कह रहा हाँ कि ज्यादा इंपॉर्टेंट है पढ़ने है जरूर ने ठीक है लेकिन कोई मैं ये नहीं कहूंगा कि बहुत इंपॉर्टेंट है ठीक है फिर दोस्तों पहली इंपॉर्टेंट जो साड़ी अपॉइंटमेंट uh, है वो है प्रेजिडेंट ऑफ सी आई आई कॉन्फिडरेशन ऑफ इंडियन इंडस्ट्री के जो प्रेजेंट बने ने टी वी नरेंद्र इंपॉर्टेंट है जी इजराइल के प्रेजिडेंट इंपॉर्टेंट हजरजोग बहुत बार अं कर चुके हैं फिर दोस्तों, दोस्तों जो साड़ी नेवी है, डेप्टी चीफ देखो जो एडमिरल नेटेंट होंगे ही होंगे ठीक है हुंदे हुंदे ने दोस्तों, नाना डेप्टी चीफ भी अं पढ़ सकते हैं जी ठीक है रवनीत सिंह इस तो नैशनल ह्यूमन राइट कमीशन चेयरपर्सन जस्टिस ए के मिश्रा ठीक है वेरी वेरी इंपोर्टेंट ठीक है फिर दोस्तों उस इंपोर्टेंट की गल करा ਅ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਮੈਨ ਦੋਸਤੋ ਡਾਕਟਰ ਪੈਟ੍ਰਿਕ ਅਮੂਥ ਠੀਕ ਹੈ ਫਿਰ ਉਸ ਤੋਂ ਬਾਅਦ ਇੰਪੋਰਟੈਂਟ ਜਿਮੇ ਗੱਲ ਕਰਾਂ ਦੋਸਤੋ WhatsApp ਦੇ ਜੋ ਗ੍ਰੀਵੈਂਸ ਆਫੀਸਰ ਨੇ ਪਰੇਸ਼ ਬੀ ਲਾਲ grievance officer ਠੀਕ ਹੈ ਤਾਂ whatsapp ਦਾ ਤੋਂ ਮੈਂ ਉਸ ਦਿਨ ਜ਼ਿਕਰ ਕੀਤਾ ਸੀ ਜਿਸ ਨੇ ਟਵਿੱਟਰ ਵਿਵਾਦ ਦੀ ਗੱਲ ਕੀਤੀ ਸੀ ਤੁਹਾਡੇ ਨਾਲ ਮੈਂ ਬਹੁਤ ਇੰਪੋਰਟੈਂਟ ਹੈ ਗ੍ਰੀਵੈਂਸ ਆਫੀਸਰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦੋਸਤੋ ਅਸਮ ਰਾਈਫਲਸ ਜੋ ਸਾਡੀ ਪੈਰਾਮਿਲਟਰੀ ਹੈ ਜੀ ਉਸ ਦੇ ਡਾਇਰੈਕਟਰ ਜਨਰਲ ਜਨਰਲ ਪ੍ਰਦੀਪ ਚੰਦਰ ਨਾਇਰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਵੇਂ ਗੱਲ ਕਰਾਂ ਜੀ ਨੈਕਸਟ ਅ ਦੋਸਤੋ ਬਾਅਦ ਦੋਸਤੋ ਜੇ ਗੱਲ ਕਰਾਂ ਅਗਲਾ ਇੰਪੋਰਟੈਂਟ ਜੋ ਕਿਹੜਾ ਹੋ ਸਕਦਾ ਹੈ ਸਾਡੇ ਲਈ ਉਹ ਹੋ ਸਕਦਾ ਹੈ ਜੀ ਹਾਂਜੀ ਦੋਸਤੋ ਪ੍ਰੈਜ਼ੀਡੈਂਟ ਠੀਕ ਹੈ ਜੋ ਇਸ ਸਾਲ 66ਵਾਂ ਸੈਸ਼ਨ ਹੋਣਾ ਹੈ ਯੂਨਾਈਟਿਡ ਨੇਸ਼ਨ ਦਾ ਠੀਕ ਹੈ ਇਸ ਸਤੰਬਰ ਦੇ ਮਹੀਨੇ ਦੇ ਵਿੱਚ ਦੋਸਤੋ ਸੈਸ਼ਨ ਹੁੰਦਾ ਹੈ ਇਸ ਸਾਲ ਯੂਨਾਈਟਿਡ ਨੇਸ਼ਨ ਨੇ ਆਪਣਾ ਪ੍ਰੈਜ਼ੀਡੈਂਟ ਹੈ ਦੋਸਤੋ ਜੋ ਹਰ ਸਾਲ ਹੈ ਜੋ ਬਦਲਦਾ ਹੈ ਉਹ ਪ੍ਰੈਜ਼ੀਡੈਂਟ ਕਿਸ਼ਨ ਲਗਾਏ ਅਬਦੁੱਲਾ ਸ਼ਾਹੀਦ ਤੁਹਾਨੂੰ ਯਾਦ ਹੋਏਗਾ ਫੋਰਨ ਮਿਨਿਸਟਰ ਨੇ ਮਾਲਦੀਵਸ ਦੇ ਠੀਕ ਹੈ ਜੀ ਮਾਲਦੀਵਸ ਦੇ ਫੋਰਨ ਮਿਨਿਸਟਰ ਨੇ ਇੰਪੋਰਟੈਂਟ ਹੈ ਫਿਰ ਦੋਸਤੋ ਅਗਲੀ ਇੰਪੋਰਟੈਂਟ ਆਰਗੇਨਾਈਜੇਸ਼ਨ ਦੀ ਗੱਲ ਕਰਾਂ ਠੀਕ ਹੈ ਤਾਂ ਦੋਸਤੋ ਜੋ ਇੰਟਰਨੈਸ਼ਨਲ ਸਵਿਮਿੰਗ ਫੈਡਰੇਸ਼ਨ ਦੇ ਜੋ ਪ੍ਰੈਜ਼ੀਡੈਂਟ ਬਣੇ अल मुस्लम ठीक है वेरी वेरी इंपॉर्टेंट ठीक है जी फिर अगला इंपॉर्टेंट दो, है जी दोस्तों अगला जो इंपॉर्टेंट है डेप्टी गवर्नर नवे बने जी रिजर्व बैंक ऑफ इंडिया के एम के जैन ठीक है जी दोबारा तो रिपोर्ट किया गया इसप्टी गवर्नर ऑफ आरबीआई जो बाकी ने ठीक है माइकल पात्रा ਠੀਕ ਹੈ ਐਮ ਕੇ ਜਾਨ ਰਵੀਸ਼ੰਕਰ ਐਂਡ ਰਾਜੇਸ਼ਵਰ ਰਾਓ ਇਹ ਚਾਰੋਂ ਯਾਦ ਰੱਖਣੇ ਨੇ ਯਾਦ ਰੱਖਣਾ ਦੋਸਤੋ ਆਰਬੀ ਦੇ ਵਿੱਚ ਚਾਰ ਡਿਪਟੀ ਗਵਰਨਰ ਹੁੰਦੇ ਨੇ ਇੱਕ ਗਵਰਨਰ ਹੁੰਦਾ ਹੈ ਗਵਰਨਰ ਤੁਹਾਨੂੰ ਯਾਦ ਹੋਏਗਾ ਸ਼ਕਤੀ ਕਾਂਤ ਦਾਸ ਹੈ ਚਾਰੋਂ ਡਿਪਟੀ ਗਵਰਨਰਸ ਦੇ ਨਾਮ ਇੱਥੇ ਲਿਖੇ ਹੋਏ ਨੇ ਮਾਈਕਲ ਪਾਤਰਾ ਐਮ ਕੇ ਜੈਨ ਰਵੀਸ਼ੰਕਰ ਅਤੇ ਐਮ ਰਾਜੇਸ਼ਵਰ ਰਾਓ ਠੀਕ ਹੈ ਜੀ ਫਿਰ ਦੋਸਤੋ ਯੂਨਾਈਟਿਡ ਨੇਸ਼ਨ ਦੇ ਜੋ ਦੁਬਾਰਾ ਤੋਂ ਚੀਫ ਬਣੇ ਨੇ ਠੀਕ ਹੈ ਸੈਕਟਰੀ ਜਨਰਲ ਬਣੇ ਨੇ ਐਂਟੋਨੀਓ ਗਿਊਟਰਸ ਵੈਰੀ ਵੈਰੀ ਇੰਪੋਰਟੈਂਟ ਜੀ ਠੀਕ ਹੈ ਐਂਟੋਨੀਓ ਗਿਊਟਰ ਹੈ ਰੀਡ ਆਊਟ ਕਰ ਸਕਦੇ ਹੋ ਓਖਨਾ ਖੁਰਲ ਸੇਖ ਠੀਕ ਹੈ ਫਿਰ ਦੋਸਤੋ ਜੋ ਐਲ ਆਈ ਸੀ ਦੇ ਚੇਅਰਮੈਨ ਇਹਨਾਂ ਦਾ ਜ਼ਿਕਰ ਕਾਫੀ ਵਾਰ ਆ ਚੁੱਕਾ ਐਮ ਆਰ ਕੁਮਾਰ ਹੁਣੇ ਚੇਅਰਮੈਨ ਨਹੀਂ ਹੋਣਗੇ ਸੀਓ ਹੋਣਗੇ ਇਹ ਵੀ ਤੁਹਾਨੂੰ ਯਾਦ ਹੋਏਗਾ ਠੀਕ ਹੈ ਫਿਰ ਉਸ ਤੋਂ ਇਲਾਵਾ ਦੋਸਤੋ ਸੀਓ ਫਰਾਰੀ ਠੀਕ ਹੈ ਬੈਂਡਿਟਾ ਵਿਜਨਾ ਠੀਕ ਹੈ ਫਿਰ ਉਸ ਤੋਂ ਬਾਅਦ ਜੇ ਅਸੀਂ ਇੰਪੋਰਟੈਂਟ ਦੇਖੀਏ ਦੋਸਤੋ ਯੂਨਿਕਟੈਡ ਠੀਕ ਹੈ ਇਸ ਦੇ ਸੈਕਟਰੀ ਜਨ ਰਿਬੀਕਾ ਗ੍ਰਾਇੰਡਸਪਨ ਠੀਕ ਹੈ ਯੂਨਿਕਟੈਡ ਦੋਸਤੋ ਯੂਨਾਈਟਿਡ ਨੇਸ਼ਨ ਦੀ ਇੱਕ ਇੰਪੋਰਟੈਂਟ ਜੋ ਹੈ ਆਰਗਨ ਹੈ ਠੀਕ ਹੈ ਫ ਉਸ ਤੋਂ ਬਾਅਦ ਦੋਸਤੋ ਜਿਵੇਂ ਗੱਲ ਕਰਾਂ ਤੁਸੀਂ ਦੇਖ ਸਕਦੇ ਹੋ ਜੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਵੈਰੀ ਵੈਰੀ ਇੰਪੋਰਟੈਂਟ ਨਫਤਾਲੀ ਬੈਨੇਟ ਤੁਹਾਨੂੰ ਪਤਾ ਹੈ ਇਸਤੀਫਾ ਦੇ ਦਿੱਤਾ ਸੀ ਜੋ ਹੈ ਦੋਸਤੋ ਪੁਰਾਣੇ ਪ੍ਰਾਈਮ ਮਿਨਿਸਟਰ ਨੇ ਫਿਰ ਜੋ ਮਾਈਕਰੋਸਾਫਟ ਦੇ ਦੋਸਤੋ ਜੋ ਸੀਈਓ ਨੇ ਠੀਕ ਹੈ ਜੀ ਸਤਿਆ ਨਡੇਲਾ ਠੀਕ ਹੈ ਫਿਰ ਨੈਕਸਟ ਜੋ ਹੈ ਦੋਸਤੋ ਪਿਊਮਾ ਦੇ ਜੋ ਬ੍ਰਾਂਡ ਬੈਸਟ ਬਣੇ ਨੇ ਯੁਵਰਾਜ ਸਿੰਘ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਪੜ੍ਹ जरूर ਲੈਣਾ ਚਾਹੀਦਾ ਠੀਕ ਹੈ ਫਿਰ नेक्स्ट जे देखिए दोस्तों प्रेजेंट ऑफ ईरान वेरी वेरी इंपोर्टेंट इब्राहिम रायसी वेरी इंपोर्टेंट ये सिर्फ जून कर इंपो uh, अपॉइंटमेंट्स uh, ने ठीक है फिर दोस्तों जो वन प्लस कंपनी है जिमें प्यूमा के ब्रांड एम्बेसडर युवराज सिंह बने ने वन प्लस के ब्रांड एम्बेसडर बने ने जसप्रीत बुमरा ठीक है फिर नैक्सट इंपोर्टेंट अपॉइंटमेंट दोस्तों इंटरनेशनल क्रिकेट काउंसिल दे दोस्तों नवे प्रोसीक्यूटर बने ने करीम खान ठीक है uh, फिर नैक्सट जो मैं गल करा दोस्तों एक्टिंग uh, चीफ लिफ्टर uh, फॉर्म हाँ जी दोस्तों तो दोस्तों लॉरेल हर्बर्ट ए इंपोर्टेंट इसलिए है ठीक है कि दोस्तों पहली ट्रांसजेंडर ट्रांसजेंडर प्लेयर बनी है जो ओलंपिक्स ओलंपिक हिस्सा ले रही है किसी भी देश तो ठीक है तो वेटलिफ्टर है लॉरेल हर्बर्ट इत मैं लिख देना ट्रांसजेंडर ठीक है ट्रांसजेंडर है दोस्तों ठीक है फिर उस तो अलावा जो मैं गल करा इंडियन इंडिया इंडिया दी जो मेंस हॉकी टीम दे कैप्टन है मनप्रीत सिंह ऑलरेडी ਅਸੀਂ ਕਾਫੀ ਵਾਰ ਜ਼ਿਕਰ ਕਰ ਚੁੱਕੇ ਹਾਂ ਕਿਉਂਕਿ ਇਹ ਦੋਸਤੋ ਫਲੈਗ ਬੀਰਰ ਵੀ ਹੋਣਗੇ ਮੈਰੀਕੋਮ ਦੇ ਨਾਲ-ਨਾਲ ਠੀਕ ਹੈ ਊਮਨ हॉकी ਟੀਮ ਦੀ ਕੈਪਟਨ ਹੈ ਰਾਣੀ ਰਾਮਪਾਲ ਠੀਕ ਹੈ ਜੀ ਫਿਰ ਦੋਸਤੋ ਨੈਕਸਟ ਜੇ ਮੈਂ ਦੇਖਾਂ ਵਾਈਸ ਚਾਂਸਲਰ ਨੇ ਜੀ ਦਿੱਲੀ ਸਪੋਰਟਸ ਯੂਨੀਵਰਸਿਟੀ ਦੇ ਫਿਰ ਉਸ ਤੋਂ ਬਾਅਦ ਸਪੈਸ਼ਲ ਡਾਇਰੈਕਟਰ ਅਤੇ ਦੋਸਤੋ ਫਿਰ ਜ਼ਿਆਦਾ ਇੰਪੋਰਟੈਂਟ ਹੈ ਜੀ ਟਵਿੱਟਰ ट्विटर दे दोस्तों जो ग्रीवियंस ऑफिसर ने ठीक है जेरेमी कैसल वेरी वेरी इंपोर्टेंट ठीक है जिम्मे वट्सएप इंपोरटेंट सी ट्विटर दे भी इंपोर्टेंट नहीं जी ठीक है फिर दोस्तों उस तो बाद ਅ ਇੰਡੀਅਨ ਫੈਡਰੇਸ਼ਨ ਆਵਰਾਈਟਰ ਨੇਸ਼ਨ ਠੀਕ ਹੈ ਤਾਂ ਦੋਸਤੋ ਇਹ ਜੋ ਅਪੁਆਇੰਟਮੈਂਟਸ ਜੋ ਮੈਂ ਟਿਕ ਕੀਤੀਆਂ ਨਹੀਂ ਜੀ ਇਹ ਸਾਰੀਆਂ ਦੀਆਂ ਸਾਰੀਆਂ ਬੜੀਆਂ ਇੰਪੋਰਟੈਂਟ ਨੇ ਇਸ ਤੋਂ ਇਲਾਵਾ ਅਕੈਡਮੀ ਅਵਾਰਡਸ ਤੁਹਾਨੂੰ ਮੈਂ ਕੱਲ ਦੱਸ ਹੀ ਦਿੱਤੇ ਸੀ ਦੋਸਤੋ ਉਹ ਤਾਂ ਨਾਲ-ਨਾਲ ਤੁਸੀਂ ਪੜ੍ਹਨੇ ਹੀ ਨੇ ਠੀਕ ਹੈ ਲੇਕਿਨ ਇਹ ਜੋ ਅਪੁਆਇੰਟਮੈਂਟਸ ਤੁਹਾਨੂੰ ਮੈਂ ਟਿਕ ਕਰਵਾ ਰਿਹਾ ਹਰ ਰੋਜ਼ ਮੈਂ ਕੋਸ਼ਿਸ਼ ਕਰਾਂਗਾ ਹੈ ਜੂਨ ਮਈ ਅਪ੍ਰੈਲ ਫਰਵਰੀ ਸਾਰੀ ਦੀਆਂ ਸਾਰੀਆਂ ਜੋ ਅਪੁਆਇੰਟਮੈਂਟਸ ਨੇ ਮੈਂ ਤੁਹਾਡੇ ਨਾਲ ਹੈ ਸ਼ੇਅਰ ਕਰ ਦਾਂਗਾ ਤਾਂ ਦੋਸਤੋ ਜੋ ਹੈ ਇਹਨਾਂ ਨੂੰ ਤੁਸੀਂ ਹੈ ਹਰ ਰੋਜ਼ ਠੀਕ ਹੈ ਜੋ ਇੱਕ ਇੱਕ ਦਿਨ ਦੇ ਵਿੱਚ ਇੱਕ ਇੱਕ ਮਹੀਨੇ ਦੀ ਕਿ ਤੁਹਾਡੇ ਲਈ ਰੀਡ ਆਊਟ ਕਰਨਾ ਵੀ ਸੌਖਾ ਹੋ ਜਾਵੇਗਾ ਠੀਕ ਹੈ ਤਾਂ ਇਹਨਾਂ ਨੂੰ ਤੁਸੀਂ ਰੀਡਿੰਗ ਕਰਨੀ ਹੈ ਅਤੇ ਦੋਸਤੋ ਜੋ ਡੇਲੀ ਹੈ ਇਸੇ ਤਰੀਕੇ ਨਾਲ ਹੈ ਜਦੋਂ ਕਲਾਸ ਹੁੰਦੀ ਹੈ ਉਸ ਤੋਂ ਬਾਅਦ ਜ਼ਿਆਦਾ ਨਹੀਂ ਮੈਂ ਕਹਿੰਦਾ 20 ਮਿੰਟ ਜ਼ਰੂਰ ਲਗਾ ਲਿਆ ਕਰੋ ਜੋ ਮੈਂ ਪੀਪੀਟੀ ਤੁਹਾਨੂੰ ਪੀਡੀਐਫ ਭੇਜਦਾ ਉਸ ਨੂੰ ਰੀਡ ਆਊਟ ਕਰ ਲਈ 20 25 ਮਿੰਟ ਜੇ ਲਗਾਉਗੇ ਦੋਸਤੋਂ ਤਾਂ ਮੈਨੂੰ ਲੱਗਦਾ ਕਿ ਇਹ ਜੋ ਕਰੰਟ ਅਫੇਅਰ ਦਾ ਜੋ ਸੈਕਸ਼ਨ ਹੈ ਜਿਸ ਦੇ ਵਿੱਚੋਂ ਟੋਟਲ ਤੁਹਾਨੂੰ 10 ਤੋਂ 12 ਨੰਬਰ ਆਉਣੇ ਨੇ ਇਹ ਤੁਹਾਡਾ ਕਿਤੇ ਵੀ ਨਹੀਂ ਜਾਏਗਾ ਤਾਂ ਦੋਸਤੋਂ ਉਮੀਦ ਕਰਦੇ ਕਿ ਜੋ ਮਿਹਨਤ ਨਾਲ ਜੋ ਦੋਸਤੋਂ ਜੋ ਕਰੰਟ ਅਫੇਅਰ ਬਣਾਉਨੇ ਆ ਜੀ ਉਨੇ ਹੀ ਮਿਹਨਤ ਨਾਲ ਤੁਸੀਂ ਘਰ ਦੇ ਵਿੱਚ ਬੈਠ ਕੇ ਇਹਨਾਂ ਨੂੰ ਪੜ੍ਹਦੇ ਹੋਵੋਗੇ ਅਤੇ ਦੋਸਤੋਂ ਜੋ ਹੈ ਇਸੇ ਕੋਸ਼ਿਸ਼ ਦੇ ਵਿੱਚ ਕਿ ਆਉਣ ਵਾਲੇ ਜੋ ਐਗਜ਼ਾਮਸ ਨੇ ਹੋਰ ਬੈਟਰ ਹੋਣ ਹੋਰ ਬੈਟਰ ਹੋਣ ਦੋਸਤੋਂ ਮ ਦੇ ਨਾਲ ਹੈ ਅੱਜ ਦਾ ਸੈਸ਼ਨ ਹੈ ਖਤਮ ਕਰਦੇ ਆ థాంਕ ਯੂ థాంਕ ਯੂ ਸੋ ਮਚ